ਦੂਜੇ ਬੰਦੇ ਨੇ ਕਹਾਣੀ ਸੁਣਾਈ, ਉਹਨੇ ਕਹਿਣਾ ਵੀ ਕਹਿੰਦਾ ਉਧਰੋਂ ਗੋਲੀ ਚੱਲੀ, ਕਹਿੰਦਾ ਥੌੜ ਐ ਕਰੀ ਗਿਆ। ਉਹ ਕਹਿੰਦਾ ਵੀ ਪ੍ਰੋਡਿਊਸਰ ਕਹਿੰਦਾ ਭਾਜੀ ਵੀ ਇਹ ਤਾਂ ਬੈਕਗਰਾਉਂਡ ਮਿਊਜ਼ਿਕ ਆ, ਤੁਸੀਂ ਕਹਾਣੀ ਦੱਸੋ ਸਾਨੂੰ ਕੀ ਹੈ। ਇਹ ਅਸੀਂ ਆਪੇ ਪਾ ਲਾਂਗੇ, ਇਹ ਕਹਿੰਦਾ ਅਸੀਂ ਆਪੇ ਪਾ ਲਾਂਗੇ। ਸਾਡਾ ਕੋਈ ਨੋ ਨਾ ਮੁੰਡਾ ਤੇ ਉਹ ਆਇਲਸ ਕਰਨ ਆ ਗਿਆ ਇੱਥੇ ਚੰਡੀਗੜ੍ਹ। 6 ਮਹੀਨੇ ਲਾਉਣ ਤੋਂ ਬਾਅਦ ਉਹਦੇ 3.5 ਬੈਂਡ ਆਏ। ਜਦੋਂ ਪਿੰਡ ਵਾਪਸ ਗਿਆ ਉਹਦਾ ਬਾਪੂ ਗਾਲਾਂ ਕੱਢੇ, ਕਹਿੰਦਾ ਯਾਰ ਕਹਿੰਦਾ ਮਹੀਨੇ ਦੇ ਹਿਸਾਬ ਨਾਲ 6 ਤੌੜੇ ਚਾਹੀਦੇ। ਫਿਰ ਤੁਸੀਂ ਇਹਦੇ ਵਿੱਚ ਸੀਰੀਜ਼ ਦੇ ਵਿੱਚ ਪੀਜੀ ਵਾਲੀ ਆਂਟੀ ਕਿਉਂ ਨਹੀਂ ਰੱਖੀ, ਅੰਕਲ ਕਿਉਂ ਰੱਖਿਆ? ਉਹ ਫਿਰ ਆਂਟੀ ਨੂੰ ਨਾ ਬੜਾ ਕੁਛ ਬੋਲ ਨਹੀਂ ਸੀ ਸਕਦੇ ਜੀ। ਇੱਕ ਫਿਰ ਪਹਿਲਾਂ ਤਾਂ ਗਾਲ ਕੱਢਣੀ ਇਹਨਾਂ ਨੇ, ਕੋਈ ਵੀ ਹੋਵੇ ਮੈਂ ਵੀ, ਚਾਹੇ ਕੱਲ ਨੂੰ ਅਸੀਂ ਵੀ ਕਿਸੇ ਕੰਮ, ਫਿਰ ਅਸੀਂ ਉਹ ਗਾਲ ਨੂੰ ਜਸਟੀਫਾਈ ਵੀ ਇਹ ਕਰਨਾ ਵੀ ਨਹੀਂ ਜੇ ਫੈਮਿਲੀ 'ਚ ਆਮ ਚੱਲਦੀਆਂ ਨੇ, ਬਾਈ ਤੁਹਾਡੀ 'ਚ ਚੱਲਦੀਆਂ ਹੋਣਗੀਆਂ, ਸਾਡੀ 'ਚ ਨਹੀਂ ਚੱਲਦੀ। ਧਰਮਿੰਦਰ ਮੇਰਾ ਨਾਮ ਪਿਆ ਹੋਇਆ ਸੀਗਾ, ਈਵਨ ਕਲਾਸ ਦੇ ਵਿੱਚ ਵੀ ਬੰਬੇ ਮੈਨੂੰ ਧਰਮਿੰਦਰ ਕਹਿੰਦੇ ਸੀ, ਪਿੰਡ 'ਚ ਵੈਸੇ ਖਿਜਾਉਣ ਲਈ ਕਹਿੰਦੇ ਸੀ ਆ ਗਿਆ ਧਰਮਿੰਦਰ। ਤਾਂ ਉਹ ਸੱਚੀ ਬਹੁਤ ਨੇੜੇ ਹੈਗਾ ਕੈਰੇਕਟਰ ਮੇਰੀ ਲਾਈਫ ਦੇ ਵੀ। ਮੈਂ ਉਹਨੂੰ ਕਿਹਾ ਯਾਰ ਮੇਰਾ ਜੀ ਕਰੀ ਜਾਂਦਾ ਮੈਂ ਮੋਹਿਤ ਦਾ ਕਰੈਕਟਰ। ਸਾਨੂੰ ਇਹ ਸੀ ਕਿ ਅਸੀਂ ਜਿੰਨੀ ਆਡੀਅੰਸ ਨੂੰ ਵੱਧ ਤੋਂ ਵੱਧ ਉਹਨਾਂ ਤੱਕ ਫੈਲਾ ਸਕਦੇ ਹਾਂ ਕੰਟੈਂਟ। ਕੱਲ ਨੂੰ ਜੇ ਉਹ ਕਿਸੇ ਘਰ ਦੇ ਵਿੱਚ ਮੰਨ ਲਓ LCD ਤੇ ਲੱਗਿਆ, LED ਤੇ ਲੱਗਿਆ, ਤੇ ਉਹ ਸਕਿਪ ਨਾ ਕਰਨਾ ਪਵੇ। ਇੱਕ ਨਾ ਜੀ ਬੰਦੇ ਨੇ ਬੜੀ ਵੱਡੀ ਸਟੇਟਮੈਂਟ ਕਹੀ ਸੀ, ਉਹ ਕਹਿੰਦਾ ਵੈਸਟ ਦੀ ਆਰਟ 'ਚ ਨਾ ਆਤਮਾ ਨਹੀਂ ਹੁੰਦੀ, ਉਹ ਕਮਰਸ਼ੀਅਲੀ ਆਉਂਦੇ ਨੇ ਪ੍ਰੋਪਰ। ਮੇਰਾ ਵੇਟ ਬਹੁਤ ਜ਼ਿਆਦਾ ਸੀਗਾ ਤਾਂ, ਪਰ ਇਹ ਇਹਦੇ ਚ ਤੁਸੀਂ ਮੇਨਟੇਨ ਕੀਤਾ। ਹਾਂਜੀ ਹਾਂਜੀ, ਤੁਸੀਂ ਕਿਰਾਇਆ ਭਾਜੀ। ਹਾਂ ਡੰਡੇ ਉਹ ਅਲਟੀਮੇਟ ਵੀ ਸੀਗਾ, ਜੇ ਉਹ ਜਸਟੀਫਾਈ ਨਾ ਕਰਦਾ ਕਰੈਕਟਰ ਤੇ ਫਿਰ ਉਹ ਪੰਦਾ ਲੱਗਦਾ। ਸ਼ਹਿਰੀਮਾਨ YouTube ਨੇ ਬਣਾਇਆ ਹੈ। ਹਾਂ ਕੋਈ ਕੋਈ ਕਹਿ ਦੂਗਾ ਅੱਜ ਐਡਾ ਆਰਟਿਸਟ ਹੈ, ਉਹਨੇ ਆਪਦੀ ਸਾਰੀ ਲਾਈਫ ਚੇਂਜ ਕਰ ਲਈ ਯਾਰ YouTube ਤੋਂ। ਮਤਲਬ YouTube ਐ ਨਹੀਂ ਹੈਗਾ ਵੀ ਉਹੀ ਹਰੇਕ ਨੂੰ ਹੀ ਚੱਕ ਕੇ ਹਿੱਟ ਕਰ ਦਿੰਦੀ ਆ। ਸਟੂਡੈਂਟ ਪੋਲਿਟਿਕਸ ਨੂੰ ਗੰਦੀ ਨਾ ਤੁਸੀਂ ਨਾ, ਤੇ ਉਹ ਮੈਨੂੰ ਲੱਗਦਾ ਹੈ ਕਿ ਉਹੀ ਜਸਟੀਫਿਕੇਸ਼ਨ ਬਸ ਉਹਨਾਂ ਕਰਕੇ ਸੀ ਬਸ ਜੀ। ਇਹ ਬਹੁਤ ਵੱਡਾ ਮੈਸੇਜ ਵੀ ਆ ਕਿ ਅੱਜ ਦੇ ਟਾਈਮ 'ਚ ਅਨਸੈਡ ਇਮੋਸ਼ਨ ਜਿਹੜੇ ਹੁੰਦੇ ਨੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਕਰੀਨ ਤੇ ਲਿਖਣੇ ਵੀ ਪੋਰਟਰੇ ਕਰਨੇ ਵੀ। ਅਸੀਂ ਹਰ ਚੀਜ਼ ਪ੍ਰੀਚ ਨਹੀਂ ਕਰ ਸਕਦੇ ਆਪਣੇ ਲੋਕਾਂ ਨੂੰ, ਨਹੀਂ ਦੇਖੋ ਪਾਕਿਸਤਾਨੀ ਡਰਾਮੇ, ਮਤਲਬ ਇੱਥੋਂ ਵਾਲੇ ਕਿਉਂ ਨਹੀਂ, ਕਪਿਲ ਤੋਂ ਵਧੀਆ ਡਰਾਮਾ ਕੌਣ ਕਰੂਗਾ। ਜੀ ਸੁਸ਼ੀਲ ਦੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਰਾਜ ਸਿੰਘ ਝਿੰਜਰ, ਗੁਰਦੀਪ ਮਨਾਲੀਆ ਮੇਰੇ ਸਿਰਨਾਵੀਆਂ ਅਤੇ ਡਿੰਪਲ ਭੁੱਲਰ ਹੋਰੀ, ਪਹਿਲਾਂ ਤਾਂ ਤੁਹਾਨੂੰ ਤਿੰਨਾਂ ਨੂੰ ਡ੍ਰੀਮਲੈਂਡ ਦੇ ਲਈ ਬਹੁਤ ਸਾਰੀਆਂ ਮੁਬਾਰਕਾਂ ਹੋਣ, ਅਤੇ ਮੈਂ ਉਹਨਾਂ ਲੱਕੀ ਦਰਸ਼ਕਾਂ ਦੇ ਵਿੱਚੋਂ ਇੱਕ ਹਾਂ ਵੀ ਜਿਹਨੂੰ 7 ਐਪੀਸੋਡ ਤੱਕ ਵੇਟ ਨਹੀਂ ਕਰਨੀ ਪਈ ਵੀ ਦੋ ਅਗਲਾ ਐਪੀਸੋਡ ਆਉਣ ਕਦੋਂ, ਕਿਉਂਕਿ ਮੈਂ 2 ਐਪੀਸੋਡ ਦੇਖੇ, ਉਸ ਤੋਂ ਬਾਅਦ ਵਾਲੇ ਜਿਹੜੇ 5 ਸੀਗੇ ਉਹ ਮੈਂ ਇਕੱਠੇ ਦੇਖੇ ਨੇਗੇ, ਅਤੇ ਮੈਂ ਰਾਤ ਹੀ ਉਹ ਸੀਰੀਜ਼ ਕਿਉਂਕਿ ਆਪਣੀ ਇੰਟਰਵਿਊ ਸੀ ਉਹ ਖਤਮ ਕੀਤੀ ਆ, ਅਤੇ ਬਹੁਤ ਕਮਾਲ ਦਾ ਕੰਮ। ਸਭ ਤੋਂ ਪਹਿਲਾਂ ਤੁਹਾਨੂੰ ਬਰਨਾਲੇ ਦੀ ਚੋਣ ਆਈਕਨ ਤੁਸੀਂ ਨਿਯੁਕਤ ਹੋਏ, ਉਹਦੇ ਲਈ ਤੁਹਾਨੂੰ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੁਹਾਨੂੰ ਨਹੀਂ ਲੱਗਦਾ ਕਿ ਛੋਟੀ ਉਮਰ 'ਚ ਵੱਡੀਆਂ ਜ਼ਿੰਮੇਵਾਰੀਆਂ ਪੈ ਗਈਆਂ? ਜ਼ਿੰਮੇਵਾਰੀਆਂ ਹਾਂ ਜੀ ਕਹਿ ਸਕਦੇ ਹਾਂ ਵੀ ਉਮਰ ਹਜੇ ਇੰਨਾ ਮੈਨੂੰ ਪਤਾ ਹੀ ਨਹੀਂ ਸੀਗਾ, ਸਾਨੂੰ ਤਾਂ ਮਤਲਬ ਅਸੀਂ ਉਹ ਬੰਦੇ ਹਾਂ ਜਿਹੜੇ ਵੋਟਾਂ ਵੇਲੇ ਬੁੜੇ ਖਿੱਚ ਖਿੱਚ ਕੇ ਜਾਂਦੇ ਨੇ, ਉਹਦੀ ਪਵਾ ਯਾਰ ਇੱਥੇ ਫਿਰੀ ਹਾਂ, ਉਹ ਮੈਨੂੰ ਤਾਂ ਪਤਾ ਹੀ ਨਹੀਂ ਸੀ। ਵੈਸੇ ਚਲੋ ਉਹਨਾਂ ਨੇ ਇੰਨਾ ਫਿਰ ਮਾਣ ਕੀਤਾ ਤਾਂ ਵਧੀਆ ਵੀ ਲੱਗਿਆ। ਹੋਪਫੁਲੀ ਫਿਰ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਦੱਸਤਾ ਸੀ, ਮੈਂ ਕਿਹਾ ਜੀ ਮੇਰੀ ਮੱਤ ਜੀ ਐਵੇਂ ਦੀ ਆ ਵੀ ਹੋ ਸਕਦਾ, ਮੈਂ ਕਿਹਾ ਮੇਰੇ ਕਹਿਣ 'ਤੇ 2-4 ਕਟਾ ਨਾ ਆਉਣ ਹੋਰ ਤੁਸੀਂ ਮੈਨੂੰ 2.5 ਦਿਨੋਂ ਬਾਅਦ, ਮੈਂ ਕਿਹਾ ਵੀ ਆਪਦੇ ਵੱਲੋਂ ਮੈਂ ਪਰ ਜ਼ਿੰਮੇਵਾਰੀ ਵਧੀਆ ਨੂੰ। ਪਰ ਹੁਣ ਵਧੀਆ ਲੱਗਦਾ ਫਿਰ ਜਦੋਂ ਇਹ ਚੀਜ਼ਾਂ ਬਾਰੇ ਪੜ੍ਹਦੇ ਹਾਂ, ਇਲੈਕਟਰੋ ਪੋਲੀਟਿਕਸ ਬਾਰੇ ਥੋੜ੍ਹੇ ਮੋਟੇ ਪਤਾ ਹੋਵੇ ਤਾਂ ਫਿਰ ਲੱਗਦਾ ਵੀ ਠੀਕ ਹੈ, ਵਧੀਆ ਜ਼ਿੰਮੇਵਾਰੀ ਆ ਚਲੋ ਆਪਣਾ। ਉਦੋਂ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਕਿਉਂ ਚੁਣਿਆ? ਉਹ ਮੈਂ ਤਾਂ ਨਹੀਂ ਪੁੱਛਿਆ ਜੀ, ਪਰ ਉਹ ਨਾ ਜਿਹੜੇ ਆਪਣੇ ਮਾਨਯੋਗ DC ਸਾਹਿਬ ਸੀਗੇ, ਉਹ ਉਹਨਾਂ ਦਾ ਸਾਰਾ ਆਫਿਸ ਉੱਥੇ ਚਲੋ ਦੇਖਦੇ ਹੀ ਸੀਗੇ ਸਾਰੇ ਆਲਰੇਡੀ, ਤੇ ਇਸ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਬਰਨਾਲੇ ਜ਼ਿਲ੍ਹੇ ਦਾ। ਅੱਛਾ। ਫਿਰ ਉਹਨਾਂ ਨੇ ਕਿਹਾ, ਉਹਨਾਂ ਨੇ ਇਸ ਲਈ ਨਹੀਂ ਸੀ ਮੈਨੂੰ, ਉਹਨਾਂ ਨੇ ਵੈਸੇ ਵੀ ਮੈਨੂੰ ਬੁਲਾਇਆ ਸੀ ਕਿ ਤੁਸੀਂ ਸਾਨੂੰ ਮਿਲ ਕੇ ਜ਼ਰੂਰ ਜਾਇਓ, ਫਿਰ ਉਹਨਾਂ ਦਾ ਜਦੋਂ ਇਹ ਪਲਾਨ ਹੋ ਗਿਆ ਐਵੇਂ ਐਵੇਂ ਕਰਕੇ ਅੱਗੇ ਜੇ ਬਣ ਗਿਆ ਜੀ, ਚਲੋ ਵਧੀਆ ਲੱਗਿਆ। ਤੁਹਾਨੂੰ ਯਾਦ ਆ ਆਪਾਂ ਇੰਟਰਵਿਊ ਕਰ ਚੁੱਕੇ ਹਾਂ? ਹਾਂ ਜੀ।
ਰੇਡੀਓ ਤੇ ਯਾਦ ਹੈ ਜੀ ਯਾਦ ਹੈ ਮੈਨੂੰ ਲੱਗਦਾ 14 ਜਾਂ 15 ਦੀ ਗੱਲ ਹੈ ਬਹੁਤ ਪੁਰਾਣੀ ਰੇਡੀਓ ਤੇ ਸੀ ਹਾਂ ਰੇਡੀਓ ਤੇ ਸੀਗੀ ਉਹ ਹਾਂਜੀ ਉਹ ਵੀ ਕਰੀ ਸੀ ਬਿਲਕੁਲ ਤੇ ਆ ਵੀ ਇੱਕ ਖਾਸ ਕਿਉਂਕਿ ਸਾਡਾ ਇੱਥੇ ਪਹਿਲਾ ਸ਼ੂਟ ਆ ਸਾਡੇ ਵੈਨਿਊ ਪਾਰਟਨਰ ਨੇਗੇ ਕਟਾਣੀ ਪ੍ਰੀਮੀਅਮ ਢਾਬਾ ਤੇ ਇਹ ਖਾਸ ਤੌਰ ਤੇ ਚੁਣਿਆ ਸੀ ਤੁਹਾਡੇ ਲਈ ਇੱਕ ਤਾਂ ਸਾਨੂੰ ਸੀਗਾ ਵੀ ਪਛਾਣ ਲੈਣ ਵੀ ਇਹਨਾਂ ਦਾ ਤਾਂ ਨਹੀਂ ਕੋਈ ਪੈਸਾ ਤੇਲਾ ਰਹਿੰਦਾ ਹਨਾ ਇੱਕ ਇਹ ਸੀਗਾ ਕਿ ਅੱਜ ਵਾਕਈ ਫ੍ਰੀ ਦਾ ਖਾਈਏ ਆਪਾਂ ਇੰਨੇ ਜੋਗੇ ਤਾਂ ਹੁਣ ਹੋ ਗਏ ਹਨਾ ਸਹੀ ਗੱਲ ਤੁਸੀਂ ਕੀ ਸੋਚ ਕੇ ਆਏ ਸੀਗੇ ਚੰਡੀਗੜ੍ਹ ਚੰਡੀਗੜ੍ਹ ਆਇਆ ਪੜ੍ਹਨੀ ਸੀਗਾ ਜੀ ਮੈਂ ਤੇ ਆ ਤਾਂ ਕੋਈ ਇਹ ਚੀਜ਼ਾਂ ਦਾ ਤਾਂ ਕੋਈ ਨਾਮੋ ਨਿਸ਼ਾਨ ਨਹੀਂ ਸੀਗਾ ਵੀ ਕੋਈ ਇੱਧਰ ਨਾ ਐਡੀ ਉਦੋਂ ਇਹ ਡਿਵੈਲਪਡ ਕੋਈ ਇੰਡਸਟਰੀ ਸੀਗੀ ਬਸ ਗਿਣਵੇਂ ਚੁਣਵੇਂ ਜਿਹੇ ਲੋਕ ਹੁੰਦੇ ਸੀ ਤੇ ਕੋਈ ਸੋਚਿਆ ਨਹੀਂ ਸੀ ਐਵੇਂ ਦਾ ਬਸ ਪੜ੍ਹਦੇ ਪੜ੍ਹਦੇ ਧੱਕੇ ਜੇ ਖਾਈ ਗਏ ਹੌਲੀ ਹੌਲੀ ਉਹ ਤੁਹਾਨੂੰ ਪਤਾ ਹੀ ਆ ਸਾਰਾ ਬਾਕੀ ਫਿਰ ਫੇਸਬੁੱਕ ਵਾਲਾ ਦੌਰ ਚੱਲ ਪਿਆ ਉੱਥੋਂ ਚਲੋ ਥੋੜ੍ਹਾ ਬਹੁਤ ਬਣਦੇ ਗਏ ਜੁੜਦੇ ਗਏ ਆ ਨਹੀਂ ਸੀ ਕਦੀ ਸੋਚਿਆ ਵੀ ਐਵੇਂ ਵੀ ਕਰ ਲਾਂਗੇ ਪਰ ਹੁਣ ਮੈਨੂੰ ਲੱਗਦਾ ਸੌਖਾ ਹੋ ਗਿਆ ਹਰੇਕ ਬੰਦੇ ਨੂੰ ਐਕਸਪੋਜ਼ਰ ਤਾਂ ਮਿਲ ਹੀ ਜਾਂਦਾ ਚਾਹੇ ਕੋਈ ਵੀ ਹੋਵੇ ਜਿਹਦੇ 'ਚ ਕੋਈ ਮਾੜਾ ਮੋਟਾ ਵੀ ਟੈਲੈਂਟ ਹੈ ਉਹਨੂੰ ਤਾਂ ਸ਼ਹਿਰ ਕਿਸੇ ਵੀ ਬੈਠਾ ਹੋਵੇ ਉਹਨੂੰ ਲੈ ਜਾਂਦਾ ਸ਼ਹਿਰ ਆਪ ਹੀ ਖਿੱਚ ਕੇ ਚਲੋ ਇਹ ਆਇਆ ਕਿ ਚੰਡੀਗੜ੍ਹ ਹੁਣ ਹੱਬ ਬਣ ਚੁੱਕੀ ਹੈ ਇੱਕ ਤਰ੍ਹਾਂ ਦੀ ਵੀ ਇੱਥੇ ਕੰਮ ਤਾਂ ਹੈਗਾ ਕਮ ਸੇ ਕਮ ਬਿਲਕੁਲ ਇੱਥੇ ਇਹ ਲੱਗਦਾ ਵੀ ਬੰਦਾ ਜੇ ਕੋਈ ਸਮਝਦਾ ਚੰਡੀਗੜ੍ਹ ਨੂੰ ਮੈਂ ਸ਼ੁਰੂ ਤੋਂ ਮੇਰੀ ਇਹੀ ਰਹੀ ਹੈ ਪਰਸੈਪਸ਼ਨ ਵੀ ਇਹਦੇ ਲਈ ਲੋਕ ਆਏ ਵੀ ਬਹੁਤ ਕਹਿੰਦੇ ਸੀ ਇਹ ਪੱਥਰਾਂ ਦਾ ਸ਼ਹਿਰ ਇਹ ਉਹ ਮੈਨੂੰ ਐਵੇਂ ਹੁੰਦਾ ਸੀ ਮੈਨੂੰ ਲੱਗਿਆ ਨਹੀਂ ਵੈਸੇ ਜਿੰਨਾ ਜਿੰਨੇ ਸਾਲ ਮੈਂ ਇੱਥੇ ਰਹੀ ਹਾਂ ਹਾਂਜੀ ਮੈਨੂੰ ਤਾਂ ਨਹੀਂ ਲੱਗਿਆ ਹੈਗਾ ਮੈਨੂੰ ਇਹ ਮੈਂ ਇਹਦੇ ਬਾਰੇ ਤਿੰਨ ਚੀਜ਼ਾਂ ਬੋਲਦਾ ਹੁੰਦਾ ਸੀ ਵੀ ਚੰਡੀਗੜ੍ਹ ਪੜ੍ਹਨ ਵਾਲਿਆਂ ਲਈ ਪੜ੍ਹਾਈ ਵਾਧੂ ਐਸ਼ ਵਾਲਿਆਂ ਲਈ ਐਸ਼ ਵਾਧੂ ਕੰਮ ਵਾਲਿਆਂ ਲਈ ਕੰਮ ਵਾਧੂ ਸੋ ਇਹ ਹਰ ਚੀਜ਼ਾਂ ਲਈ ਬਾਹਾਂ ਖੁੱਲੀਆਂ ਨੇ ਚੰਡੀਗੜ੍ਹ ਮੋਹਾਲੀ ਦੀਆਂ ਵੀ ਜਿੰਨੇ ਵੀ ਟ੍ਰਾਈ ਸਿਟੀ ਹੈ ਜਿਹੜੀ ਹਾਂ ਡ੍ਰੀਮਲੈਂਡ ਬੇਸਿਕਲੀ ਸ਼ਹਿਰ ਸੁਪਨਿਆਂ ਦਾ ਵੀ ਕੰਮ ਵਾਲਿਆਂ ਲਈ ਸਾਰਾ ਕੁਛ ਵਾਧੂ ਹੋ ਰਿਹਾ ਐਸ਼ ਵਾਲਿਆਂ ਲਈ ਐਸ਼ ਬਥੇਰੀ ਹੈ ਜੀ ਪਰ ਸੋਚਿਆ ਕੁਛ ਨਹੀਂ ਸੀ ਕੋਈ ਪਲਾਨ ਨਹੀਂ ਸੀ ਭਾਈ ਤੁਸੀਂ ਮੇਲੇ ਦੇ ਪਿੰਡ ਤੋਂ ਸਿੱਧਾ ਬੰਬੇ ਗਏ ਸੀਗੇ ਹਨਾ ਹਾਂਜੀ ਤੇ ਫਿਰ ਚੰਡੀਗੜ੍ਹ ਤੁਸੀਂ ਕਦੋਂ ਆਏ ਸੀ ਤੇ ਤੁਸੀਂ ਕੀ ਸੁਪਨਾ ਚੰਡੀਗੜ੍ਹ ਲੈ ਕੇ ਆਏ ਸੀਗੇ ਜਦੋਂ ਮੈਂ ਬੰਬੇ ਗਿਆ ਸੀ ਤਾਂ ਸੱਚੀ ਜਿਵੇਂ ਮਨਾਲੀ ਨੇ ਕਿਹਾ ਇੱਕਾ ਦੁੱਕਾ ਜੀਆਂ ਫਿਲਮਾਂ ਬਣਦੀਆਂ ਹੁੰਦੀਆਂ ਸੀਗੀਆਂ ਉਹ ਥੋੜੇ ਜਿਹੇ ਲੋਕ ਸੀਗੇ ਜਿਨ੍ਹਾਂ 'ਤੇ ਬਣਦੀਆਂ ਸੀ ਉਹਨਾਂ 'ਚ ਅਸੀਂ ਹੋਈਏ ਜ਼ਰੂਰੀ ਨਹੀਂ ਸੀ ਤਾਂ ਮੈਂ ਦੋ ਜ਼ਿਆਦਾਤਰ ਫਿਲਮਾਂ ਬੰਬੇ ਤੋਂ ਹੀ ਕੀਤੀਆਂ ਸ਼ੁਰੂ ਦੇ ਵਿੱਚ ਜਿਹੜੀਆਂ 5-6 ਫਿਲਮਾਂ ਸੀਗੀਆਂ 2016 ਦੇ ਵਿੱਚ ਮੈਂ ਇੱਥੇ ਆਇਆ ਸੀਗਾ ਕਿਉਂਕਿ ਇੱਥੇ ਕੰਮ ਬਹੁਤ ਹੋਣ ਲੱਗ ਗਿਆ ਸੀਗਾ ਫਿਰ ਐਜ਼ ਅ ਰਾਈਟਰ ਥੋੜ੍ਹਾ ਜਿਹਾ ਸਕੋਪ ਸੀਗਾ ਮੈਂ ਗੋਸਟ ਰਾਈਟਿੰਗ ਕਰਦਾ ਹੁੰਦਾ ਸੀ ਤਾਂ ਉਹ ਜ਼ਿਆਦਾ ਸੀ ਕੰਮ ਇੱਥੇ ਤਾਂ ਮੈਨੂੰ ਐਂ ਲੱਗਿਆ ਵੀ ਬੰਬੇ ਨਾਲੋਂ ਜ਼ਿਆਦਾ ਚੰਡੀਗੜ੍ਹ ਚੱਲ ਰਿਹਾ ਤਾਂ ਮੈਂ 2016 'ਚ ਮੂਵ ਹੋਇਆ ਸੀ ਅੱਛਾ ਮਿਲਾਂ ਤਾਂ ਤੁਹਾਡੇ ਦੋਵਾਂ ਦਾ ਲਿਖਿਆ ਹੋਇਆ ਕੰਮ ਵੀ ਪਹਿਲਾਂ ਜਿਹੜਾ ਬਾਹਰ ਆਇਆ ਹਾਂਜੀ ਮੇਰਾ ਤਾਂ ਬਾਈ ਦਾ ਨੀ ਮੈਨੂੰ ਪਤਾ ਬਾਈ ਕਹਿੰਦੇ ਗੋਸਟ ਰਾਈਟਰ ਰਿਹਾ ਗੋਸਟ ਰਾਈਟਿੰਗ ਹਾਂ ਪਰ ਆਫੀਸ਼ੀਅਲੀ ਹਾਂ ਆਫੀਸ਼ੀਅਲੀ ਪਹਿਲਾ ਕੰਮ ਮੈਂ ਆਪਣਾ ਆਫੀਸ਼ੀਅਲੀ ਗੋਸਟ ਰਾਈਟਿੰਗ ਦਾ ਗੀਤਕਾਰ ਬੜੇ ਕਰਦੇ ਨੇ ਜਾਂ 뮤직 ਡਾਇਰੈਕਟਰਾਂ ਨੇ ਵੀ ਬਹੁਤ ਮਤਲਬ ਗੋਸਟ ਪ੍ਰੋਡਕਸ਼ਨ ਕੀਤੀ ਹੁੰਦੀ ਹੈ ਰੋਟੀ ਚਲਾਉਣ ਵਾਲਾ ਮਸਲਾ ਹੁੰਦਾ ਰੋਟੀ ਚਲਾਉਣ ਵਾਲਾ ਮਸਲਾ ਹਨ ਤੇ ਇਹ ਤੁਹਾਡਾ ਪਹਿਲਾ ਕੰਮ ਆਫੀਸ਼ੀਅਲੀ ਜਿਹੜਾ ਐਜ਼ ਅ ਰਾਈਟਰ ਸਕ੍ਰੀਨ ਪਲੇ ਰਾਈਟਰ ਸਟੋਰੀ ਰਾਈਟਰ ਜਿਹੜਾ ਬਾਹਰ ਆਇਆ ਹਾਂਜੀ ਹੈਨਾ ਤੇ ਫਿਰ ਡਿੰਪਲ ਭਾਜੀ ਹੁਣ ਕਿਵੇਂ ਜੁੜਦੇ ਨੇ ਪ੍ਰੋਜੈਕਟ ਦੇ ਨਾਲ ਜਾਂ ਫਿਰ ਤੁਸੀਂ ਕੋਈ ਕਿਵੇਂ ਡ੍ਰੀਮਲੈਂਡ ਕਿਵੇਂ ਸ਼ੁਰੂ ਹੁੰਦਾ ਆ ਤੁਸੀਂ ਵੀ ਦੱਸੋ ਤੁਸੀਂ ਵੀ ਬਠਿੰਡੇ ਤੋਂ ਤੇ ਤੁਸੀਂ ਕਦੋਂ ਚੰਡੀਗੜ੍ਹ ਆਏ ਸੀ ਤੇ ਤੁਸੀਂ ਕੀ ਸੁਪਨੇ ਲੈ ਕੇ ਆਏ ਸੀਗੇ ਮੈਂ ਜੀ 2013 ਚ ਆਇਆ ਸੀ ਚੰਡੀਗੜ੍ਹ ਜੀ 11 ਤੋਂ 13 ਮੇਰੀ ਐਮਟੈਕ ਚੱਲ ਰਹੀ ਸੀ ਫਤਿਹਗੜ੍ਹ ਸਾਹਿਬ ਅੱਛਾ ਜੀ ਤੇ ਮੇਰੇ ਥੀਸਿਸ ਜਿਹੜੇ ਹੁੰਦੇ ਆਪਣੇ ਲਾਸਟ ਸਮੈਸਟਰ ਥੀਸਿਸ ਚੱਲ ਰਹੇ ਸੀ ਥੀਸਿਸ ਫਿਰ ਅਸੀਂ ਚੰਡੀਗੜ੍ਹ ਆਏ ਇੱਥੇ ਸਾਡੇ ਗਾਈਡ ਵਗੈਰਾ ਹੈਗੇ ਸੀਗੇ ਤੇ ਉਹ ਫਿਰ ਜਦੋਂ ਚੰਡੀਗੜ੍ਹ ਫਿਰ ਤੁਹਾਨੂੰ ਪਤਾ ਹੀ ਹੈ ਜਿਹਨੂੰ ਥੋੜ੍ਹੇ ਜਿਹੇ ਵੀ ਅੰਦਰ ਹੋਵੇ ਕਿ ਮੈਂ ਕੁਛ ਕਰਨਾ ਚੰਡੀਗੜ੍ਹ ਛੱਡਦਾ ਨਹੀਂ ਤੇ ਚੰਡੀਗੜ੍ਹ ਨੂੰ ਬੰਦਾ ਨਹੀਂ ਛੱਡਦਾ ਉਹੀ ਮੇਰੇ ਨਾਲ ਹੋਇਆ ਜੀ ਮੈਂ ਚੰਡੀਗੜ੍ਹ 'ਚੋਂ ਨਿਕਲਿਆ ਨਹੀਂ ਕਿਉਂਕਿ ਮੇਰਾ ਸਰਕਲ ਜਿਹਾ ਥੋੜ੍ਹਾ ਜਿਹਾ ਇੱਦਾਂ ਦਾ ਹੀ ਸੀਗਾ ਕਲਾਸਮੇਟ ਸੀਗੇ ਉਹ ਕਹਿੰਦੇ ਰਹਿੰਦੇ ਸੀ ਵੀ ਯਾਰ ਤੇਰੀ ਲਾਈਨ ਜੀ ਨਹੀਂ ਲੱਗਦੀ ਐਮ ਟੈਕ ਤੂੰ ਆਰਟਿਸਟਿਕ ਮਤ ਜੀ ਵਾਲਾ ਤੂੰ ਟਰਾਈ ਕਰ ਉੱਧਰ ਹੀ ਕੁਛ ਮੈਨੂੰ ਵੀ ਸੀਗਾ ਪਰ ਵਸੀਲੇ ਨਹੀਂ ਸੀ ਬਣਦੇ ਕਿਉਂਕਿ ਉਦੋਂ ਇੰਨਾ ਵੀ ਐਕਸਪੋਜ਼ ਨਹੀਂ ਸੀ ਹੈਗਾ ਐਕਸਪੋਜ਼ਰ ਹੈ ਨਹੀਂ ਸੀ ਲਾਈਕ ਇਹ 17-18 ਤੋਂ ਬਾਅਦ ਜ਼ਿਆਦਾ ਫਾਸਟ ਹੋ ਗਿਆ ਐਕਸਪੋਜ਼ਰ ਜਿਹੜਾ ਸੀ ਸਾਨੂੰ ਥੋੜ੍ਹਾ ਜਿਹਾ ਰਾਹ ਜਿਹੇ ਲੱਭਣੇ ਪਏ ਫਿਰ ਹਰ ਪਰਫਾਰਮਰ ਸੀਗੇ ਮੇਰੇ ਲਿੰਕ ਦੇ ਵਿੱਚ ਉਹ ਮੈਨੂੰ ਬਹੁਤ ਗਾਈਡ ਕਰਦੇ ਰਹਿੰਦੇ ਸੀ ਫਿਰ ਮੇਰਾ ਪਹਿਲਾਂ ਉਹਨਾਂ ਨਾਲ ਰਾਬਤਾ ਹੋਇਆ ਸੀ ਫਿਰ ਉਹਨਾਂ ਨਾਲ ਸੌਂਗ ਕੀਤਾ ਪਹਿਲਾਂ ਸਵੈਟਰ ਸੌਂਗ ਕੀਤਾ ਸੀਗਾ ਅਰਸ਼ ਬੈਣੀਪਾਲ ਉਹ ਮੇਰਾ ਪਹਿਲਾ ਸੀਗਾ ਸੌਂਗ ਜੀ ਉਹਦੇ ਵਿੱਚ ਫਿਰ ਮੈਨੂੰ ਪਰਮੀਸ਼ ਵੀਰਾ ਮਿਲਿਆ ਉਸ ਸੈੱਟ ਦੇ ਉੱਤੇ ਉਹ ਵੀ ਐਜ਼ ਐਨ ਅਸਿਸਟੈਂਟ ਆਇਆ ਸੀ ਤੇ ਮੈਂ ਵੀ ਅੱਛਾ ਉਹ ਆਸਟ੍ਰੇਲੀਆ ਤੋਂ ਆਏ ਸੀ ਉਦੋਂ ਪਰ ਸਾਡੀ ਗੱਲਬਾਤ ਹੋਈ ਉਹ ਕਹਿੰਦੇ ਮੈਂ ਵੀ ਕਰਨਾ ਕੰਮ ਆਪਾਂ ਇਕੱਠੇ ਕਰਦੇ ਹਾਂ ਫਿਰ ਮੈਂ ਉਹਨਾਂ ਨਾਲ ਸ਼ੁਰੂ ਹੋ ਗਿਆ ਮਤਲਬ ਮੇਰੀ ਇੰਨੀ ਹਾਰਡਕੋਰ ਸਟਰਗਲ ਨਹੀਂ ਸੀ ਹੈਗੀ ਓਨੈਸਟਲੀ ਅਸੀਂ ਆਏ ਸੀਗੇ ਮੈਂ ਆਈ ਸੀ ਉਦੋਂ ਜਿਵੇਂ ਇੱਕ ਦੋ ਵਾਰੀ ਆਏ ਸੀਗੇ ਘਰਦਿਆਂ ਨਾਲ ਕਿਤੇ ਦੇਖ ਦੂਖ ਗਏ 2017 ਚ ਅਸੀਂ ਵਿਆਹ ਤੋਂ ਬਾਅਦ ਇੱਥੇ ਮੂਵ ਹੋਏ ਤੇ 2000
ਸਤਾਰਾਂ ਤੋਂ ਪਹਿਲਾਂ ਜਦੋਂ ਕਾਲਜ ਚੱਲਦਾ ਸੀ, ਸਾਡੀਆਂ ਕਈ ਸਹੇਲੀਆਂ ਜਿਹੜੀਆਂ ਪਲੱਸ ਟੂ ਤੋਂ ਬਾਅਦ ਜਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਪੜ੍ਹਨ ਦੇ ਲਈ ਇੱਥੇ ਆ ਗਈਆਂ, ਅਸੀਂ ਉਹਨਾਂ ਨੂੰ ਬੁਲਾਉਂਦੇ ਨਹੀਂ ਸੀ ਹੁੰਦੇ। ਸਾਨੂੰ ਐਂ ਲੱਗਦਾ ਸੀ ਵੀ ਚੰਡੀਗੜ੍ਹ ਕੋਈ ਹੋਊਆ, ਇੱਥੇ ਆ ਕੇ ਬੰਦੇ ਹਵਾਖੋਰ ਜਿਹੇ ਹੋ ਜਾਂਦੇ ਨੇਗੇ, ਵੀ ਇਹ ਸ਼ੋਅ ਆਫ ਜਿਹਾ ਕਰਦੇ ਨੇ ਆ ਕੇ। ਪਰ ਇੱਥੇ ਆ ਕੇ ਪਤਾ ਲੱਗਿਆ ਵੀ ਨਹੀਂ, ਇਹ ਆਪਣਾ ਹੀ ਸ਼ਹਿਰ ਆ, ਹੈ ਨਾ। ਕਿਉਂਕਿ ਹਰ ਤਰ੍ਹਾਂ ਦੇ ਲੋਕ ਨੇ ਜੀ ਇੱਥੇ, ਹਰ ਖਿੱਤੇ ਚੋਂ ਆ, ਹਰ ਸਟੇਟ ਚੋਂ ਆ, ਨੇਬਰਿੰਗ ਸਟੇਟ ਤਾਂ ਸਾਰੀਆਂ ਚੋਂ ਆਏ ਬੈਠੇ ਲੋਕ। ਇੱਕ ਮੈਨੂੰ ਐਵੇਂ ਲੱਗਦਾ ਜਿਹੜੇ ਇੱਥੋਂ ਦੇ ਨੇਟਿਵ ਲੋਕ ਨੇ, ਵੀ ਜਿਵੇਂ ਆਪਾਂ ਕਹਿ ਲਈਏ ਵੀ ਜੱਦੀ ਲੋਕ ਨੇ, ਕਿ ਉਹ ਵੈਸੇ ਬਹੁਤ ਸਾਦੇ ਨੇਗੇ। ਇਹ ਇੱਕ ਆਪਣੇ ਭਰਮ ਹੀ ਆ ਵੀ ਜਿਵੇਂ ਕਿਸੇ ਚੀਜ਼ ਨੂੰ ਜਦੋਂ ਆਪਾਂ ਬਹੁਤੀ ਚੰਗੀ ਤਰ੍ਹਾਂ ਜਾਣਦੇ ਨਹੀਂ ਹੁੰਦੇ, ਆਪਾਂ ਫਿਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੀ ਕਰਦੇ ਉਹਦੇ ਬਾਰੇ, ਵੀ ਚੰਡੀਗੜ੍ਹ ਦੇ ਲੋਕ ਆਏ ਨੇ, ਮੈਨੂੰ ਲੱਗਦਾ ਕਿ ਬਾਹਲੇ ਸਾਦੇ ਲੋਕ ਨੇਗੇ, ਹੈ ਨਾ। ਜਿਵੇਂ ਬਾਕੀ ਹਰ ਸੋਸਾਇਟੀ 'ਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ। ਹੁਣ ਪਹਿਲਾਂ ਪਹਿਲਾਂ ਸਾਨੂੰ ਲੱਗਣਾ ਉਰੇ ਜਿਹੜੀਆਂ ਪੀਜੀ ਵਾਲੀਆਂ ਆਂਟੀਆਂ ਨੇ ਵੀ ਇਹ ਬਸ ਸਾਨੂੰ ਐਵੇਂ ਡੈਣ ਹੀ ਲੱਗਦੀਆਂ ਹੁੰਦੀਆਂ ਸੀ, ਕਲੀਅਰ ਇਹ ਆ। ਪਰ ਹੁਣ ਸੋਚੀਦਾ ਵੀ ਸਾਡੀਆਂ ਮੰਮੀਆਂ ਸਾਨੂੰ ਨੀ ਘਰੇ ਗੰਦ ਪਾਉਣ ਦਿੰਦੀਆਂ, ਜੇ ਉਹਨਾਂ ਦਾ ਕੋਈ ਕਿਰਾਏਦਾਰ ਹੋਵੇ ਉਹਦਾ ਹੱਥਾਂ ਨੂੰ ਕੱਢ ਦੇਣ, ਵੀ ਇਹ ਤਾਂ ਫਿਰ ਵੀ ਧੰਨ ਸੀਗੀਆਂ ਜਿਹੜੀਆਂ ਚੱਲ ਗਈਆਂ, ਹੈ ਨਾ। ਪਰ ਐਂ ਵੀ ਮਾੜੇ ਚੰਗੇ ਲੋਕ ਆ ਇੱਥੇ ਨਾ, ਛੋਟੀਆਂ ਛੋਟੀਆਂ ਪ੍ਰੋਬਲਮਾਂ ਤੋਂ ਬਹੁਤ ਐਵੇਂ ਮਤਲਬ ਉਦੋਂ ਖਿੱਜੀ ਆ ਜਾਂਦੀ ਆ। ਜਿਵੇਂ ਇੱਥੇ ਮਾੜੇ ਜਿਹਾ ਹੁੰਦਾ ਪਾਰਕਿੰਗ ਪਿੱਛੇ, ਉਹੀ ਇੱਧਰ ਕਿਉਂ ਲੱਗਦੀ ਜੀ, ਉੱਧਰ ਉਹੀ ਗੇਟ ਜੇ ਭੰਨੀ ਜਾਣਗੇ ਵੀ ਭਰਾਵਾ ਇੱਧਰ ਜਗ੍ਹਾ ਉੱਧਰ ਲਾ ਦੇ, ਇਹਨਾਂ ਨੂੰ ਆਹ ਸਬਰ ਸੰਤੋਖ ਨਹੀਂ ਹੈਗਾ ਇਹ ਲੋਕਾਂ 'ਚ, ਉਹ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਕਰ। ਬਾਕੀ ਠੀਕ ਆ, ਆਪਣੇ ਵਰਗੇ ਨੇ, ਆਪਣੇ ਹੀ ਲੋਕ ਨੇ ਇਹ, ਇਹ ਕਿਹੜਾ ਕਿਤੋਂ ਬਾਹਰੋਂ ਆਏ ਨੇ। ਇੱਕ ਆਪਣੇ ਲੋਕਾਂ ਦੀ ਹੋਰ ਵੀ ਪ੍ਰੋਬਲਮ ਆ, ਜਦੋਂ ਕੋਈ ਬੰਦਾ ਤਰੱਕੀ ਕਰ ਜੇ, ਮੰਨ ਲਓ ਚੰਡੀਗੜ੍ਹ ਹਰੇਕ ਤਰੱਕੀ ਕਰਕੇ ਆਇਆ, ਕਿਸੇ ਨੇ ਜੋਬ ਕੀਤੀ, ਕਿਸੇ ਨੇ ਬਿਜ਼ਨਸ ਕੀਤਾ, ਇਹ ਸ਼ਹਿਰ 'ਚ ਰਹਿਣਾ ਸੌਖਾ ਤਾਂ ਹੈ ਨੀ ਗਾ। ਪਰ ਇਹ ਆ ਵੀ ਆਪਣੇ ਲੋਕ ਜਦੋਂ ਕੋਈ ਤਰੱਕੀ ਕਰ ਜਾਂਦਾ, ਉਹਨੂੰ ਬਗਾਨਾ ਕਰ ਦਿੰਦੇ ਨੇ, ਚਾਹੇ ਤਾਂ ਕੋਈ ਆਰਟਿਸਟ ਬਣ ਜੇ, ਚਾਹੇ ਕੋਈ ਪੋਲੀਟੀਸ਼ੀਅਨ ਬਣ ਜੇ, ਚਾਹੇ ਇਹ ਆ ਗਏ, ਹਨਾ। ਮੰਨ ਲਓ ਉਹਨਾਂ ਨੂੰ ਹੁੰਦਾ ਵੀ ਇਹ ਹੋਰ ਯੂਨਿਟ ਦੇ ਬੰਦੇ ਨੇ, ਅਸੀਂ ਪੀ ਕੇ ਵਾਂਗੂ ਹੋਰ ਗੋਲੇ ਦੇ ਬੰਦੇ ਆ, ਤੇ ਫਿਰ ਉਹ ਇਹ ਹੈਗਾ ਬਗਾਨਾ ਬਣ। ਜਿਵੇਂ ਸਾਨੂੰ ਲੱਗਦਾ ਹੁੰਦਾ ਸੀ ਲੁਧਿਆਣੇ ਰਹਿੰਦੇ ਨੂੰ ਵੀ ਚੰਡੀਗੜ੍ਹ ਵਾਲਿਆਂ ਨੂੰ ਬੁਲਾਉਣਾ ਨਹੀਂ ਹੈਗਾ, ਵੀ ਐਵੇਂ ਹੀ ਹਵਾ ਜੀ ਕਰਨੀ। ਉਹੀ ਮਤਲਬ ਹਿਊਮਨ ਨੇਚਰ ਹੀ ਕਹਿ ਲਈ ਇਹਨੂੰ, ਮੈਨੂੰ ਲੱਗਦਾ ਵੀ ਇਹ ਪੈਦਾ ਜੀ ਤਾਂ ਹੋ ਜਾਂਦੀ ਆ। ਇਹ ਤੋਂ ਮੈਨੂੰ ਬਹੁਤ ਪ੍ਰੋਬਲਮ ਹੈ। ਜਿਵੇਂ ਆਪਣੇ ਨਾ ਛੋਟਾ ਜਿਹਾ ਸਲੋਗਨ ਹੈ ਜੀ, ਦੇਖੋ ਦੁੱਖ 'ਚ ਤਾਂ ਅਸੀਂ ਖੜਦੇ ਹਾਂ ਜੀ, ਸੁੱਖ ਵਾਲੇ ਨੇ ਜੀ ਸਾਨੂੰ ਐਵੇਂ। ਮੈਂ ਤਾਂ ਭਰਾਵਾ ਕਹਿੰਦਾ ਕਲੀਅਰ ਹੁੰਦਾ ਬਾਈ, ਜਿਹਦੇ ਦੁੱਖ 'ਚ ਜਾਈਦਾ ਉਹਦੇ ਡੀਜੇ 'ਤੇ ਵੀ ਨੱਚ ਕੇ ਆਈਦਾ। ਇਹ ਕੀ ਫਾਰਮੈਲਿਟੀ ਆ ਵੀ ਸੁੱਖ 'ਚ ਨਾ ਜਾਵੇ, ਮਤਲਬ ਤੁਸੀਂ ਖੁਸ਼ ਨਹੀਂ ਉਹਦੇ ਸੁੱਖ ਤੋਂ। ਸੋ ਇਹ ਬਹੁਤ ਮੈਨੂੰ ਲੱਗਦਾ ਮੇਰੇ ਪਰਸਨਲੀ ਵੀ ਇਹ ਬਹੁਤ ਰੋਂਗ ਸਟੇਟਮੈਂਟ ਬਣ ਗਈ ਆ, ਜਿਹਦੇ ਨਾਲ ਦੁੱਖ 'ਚ ਖੜਦੇ ਹੋ, ਸੁੱਖ 'ਚ ਵੀ ਖੜੋ, ਬਸ ਠੀਕ ਹੈ। ਲਾਈਫ ਦੇ ਪਾਰਟ ਨੇ, ਤਾਂ ਇਹ ਤਾਂ ਹੈ ਨੀ ਵੀ ਅਸੀਂ ਹੱਸਣਾ ਨਹੀਂ ਹੀ ਰਹਿਣਾ, ਮੱਚੇ ਰਹਿਣਾ, ਇਹ ਤਾਂ ਕੋਈ ਉਹ ਥੋੜਾ ਲੱਗਦਾ ਵੀ। ਬਿਲਕੁਲ। ਫਿਰ ਤੁਸੀਂ ਇਹਦੇ ਵਿੱਚ ਸੀਰੀਜ਼ ਦੇ ਵਿੱਚ ਪੀਜੀ ਵਾਲੀ ਆਂਟੀ ਕਿਉਂ ਨਹੀਂ ਰੱਖੀ, ਅੰਕਲ ਕਿਉਂ ਰੱਖਿਆ? ਉਹ ਫਿਰ ਆਂਟੀ ਨੂੰ ਨਾ ਬੜਾ ਕੁਛ ਬੋਲ ਨਹੀਂ ਸੀ ਸਕਦੇ ਜੀ, ਅੰਕਲ ਨੂੰ ਤਾਂ ਹੁਣ ਅਸੀਂ ਐਂ ਸੋਚਿਆ ਵੀ ਵੀ ਵੈਸੇ ਤਾਂ ਅਸੀਂ ਇਹ ਤਾਂ ਅਸੀਂ ਸ਼ੁਰੂ ਤੋਂ ਮੇਰੇ ਤੇ ਰਾਜ ਬਾਈ ਦਾ ਸੇਮ ਸੀਗਾ, ਅਸੀਂ ਸੋਚਿਆ ਵੀ ਅਸੀਂ ਸਾਲਾ ਤੱਕ ਵੀ ਐਡ ਨਹੀਂ ਕਰਨਾ। ਹਾਂ, ਇਹ ਗੱਲ ਲਈ ਮੈਂ ਸਪੈਸ਼ਲੀ ਤੁਹਾਡਾ ਸ਼ੁਕਰੀਆ ਕਰਨਾ ਚਾਹੁੰਦੀ ਸੀਗੀ ਕਿ ਬਹੁਤ ਟਾਈਮ ਬਾਅਦ ਕੋਈ ਏਦਾਂ ਦਾ ਕੰਟੈਂਟ ਆਇਆ, ਇੱਕ ਤਾਂ ਜਿਹਨੂੰ ਜਿਵੇਂ ਤੁਹਾਡਾ ਦੋਵਾਂ ਦੇ ਘਰਾੜੇ ਸੁਣ ਕੇ ਮੋਹਤ ਡਰਦਾ ਹੁੰਦਾ ਨਾ, ਤਾਂ ਜਦੋਂ ਮੈਂ ਜਿਵੇਂ ਆਪਾਂ ਪਹਿਲਾਂ ਮੈਂ ਤੁਹਾਨੂੰ ਪੜ੍ਹਦੀ ਹਾਂ ਫੇਸਬੁੱਕ 'ਤੇ, ਜਦੋਂ ਤੁਸੀਂ ਲਿਖਦੇ ਹੁੰਦੇ ਸੀ ਮੈਂ ਤੁਹਾਨੂੰ ਉਦੋਂ ਤੋਂ ਜਾਣਦੀ ਹਾਂ ਨਾ, ਤਾਂ ਤੁਹਾਡੀਆਂ ਜਦੋਂ ਪੋਸਟ ਆ ਕੇ ਰਾਤ ਨੂੰ ਅਸੀਂ ਪੜ੍ਹਨੀਆਂ ਜੋਬ ਤੋਂ ਆ ਕੇ, ਤਾਂ ਮੇਰੀ ਰੂਮਮੇਟ ਮੇਰਾ ਹਾਸਾ ਸੁਣ ਸੁਣ ਕੇ ਉੱਠਦੀ ਹੁੰਦੀ ਸੀ ਵੀ ਅੱਜ ਇਹਨਾਂ ਨੇ ਫਿਰ ਕੁਛ ਪੜ੍ਹਿਆ ਹੈ ਨਾ ਉਸ ਬੰਦੇ ਦਾ। ਨਾ ਤਾਂ ਕੋਈ ਵੈਪਨ ਦਿਸਿਆ ਹਲੇ ਤੱਕ, ਤੇ ਨਾ ਹੀ ਕੋਈ ਗਾਲ ਦਿਸੀ ਆ ਹਲੇ ਤੱਕ, ਬਸ ਉਹ ਗੜਾਵੇਂ ਵਾਲੀ ਉੱਥੋਂ ਪਾਈ ਦੇਖੀ ਆ ਹਲੇ ਤੱਕ। ਅਸੀਂ ਸੋਚਿਆ ਹੋਇਆ ਸੀ ਜੀ, ਇਹ ਤਾਂ ਇਹ ਮਿਥਕੀ ਬੈਠੇ ਸੀ, ਬਾਕੀ ਕਹਾਣੀ ਦਾ ਕੋਈ ਉਹ ਨਹੀਂ ਸੀ, ਰੰਗ ਰੂਪ ਪਤਾ ਨਹੀਂ ਸੀ ਕਿੱਧਰ ਨੂੰ ਜਾਣੀ ਹੈ। ਇੱਕ ਪਲੋਟ ਜਿਹਾ ਜ਼ਰੂਰ ਸੀਗਾ, ਉਹ ਵੀ ਡਿੰਪਲ ਬਾਈ ਦਾ ਸੀ, ਹੈ ਨਾ। ਤੇ ਬਾਕੀ ਅਸੀਂ ਇੰਨਾ ਕੁ ਤਾਂ, ਸਾਨੂੰ ਆਪ ਨੂੰ ਬਹੁਤ ਪ੍ਰੋਬਲਮ ਹੁੰਦੀ ਸੀ ਵੀ ਜਦੋਂ ਨਾ ਯਾਰ ਇੱਕ ਫਿਰ ਪਹਿਲਾਂ ਤਾਂ ਗਾਲ ਕੱਢਣੀ ਹੈ ਇਹਨਾਂ ਨੇ, ਕੋਈ ਵੀ ਹੋਵੇ, ਮੈਂ ਵੀ ਚਾਹੇ ਕੱਲ ਨੂੰ ਅਸੀਂ ਵੀ ਕਿਸੇ ਕੰਮ, ਫਿਰ ਅਸੀਂ ਉਹ ਗਾਲ ਨੂੰ ਜਸਟੀਫਾਈ ਵੀ ਇਹ ਕਰਨਾ ਵੀ ਨਹੀਂ ਜੀ, ਇਹ ਫੈਮਿਲੀ 'ਚ ਆਮ ਚੱਲਦੀਆਂ ਨੇ ਬਾਈ, ਤੁਹਾਡੀ 'ਚ ਚੱਲਦੀਆਂ ਹੋਣਗੀਆਂ, ਸਾਡੀ 'ਚ ਨਹੀਂ ਚੱਲਦੀ। ਮੈਂ ਤਾਂ ਘਰੇ ਸਾਲਾ ਤੱਕ ਵੀ ਨਹੀਂ ਕਹਿ ਸਕਦਾ ਵੀ ਮੇਰੀ ਫੈਮਿਲੀ 'ਚ ਤਾਂ ਐਵੇਂ ਦਾ ਵੀ ਅਸੀਂ ਅੱਜ ਤੱਕ ਐਡੇ ਐਡੇ ਹੋਇਆ। ਮੈਂ ਜ਼ਿੰਦਗੀ 'ਚ ਇੱਕੋ ਵਾਰ ਘਰੇ ਗਾਲ ਕੱਢੀ ਸੀ ਤੇ ਉਹਦੀ ਕੁੱਟ ਪਈ ਸੀ, ਇਦੋਂ ਬਾਅਦ ਮੈਂ ਤਾਂ ਕਦੀ ਸਾਲਾ ਵੀ ਨਹੀਂ ਕਿਹਾ, ਪਸ਼ੂ ਵੀ ਮੂੰਹ 'ਚ ਹੀ ਗਾਲ ਕੱਢ ਕੇ ਠਾਲਣਾ ਪੈਂਦਾ ਵੀ ਆਪਣੇ ਤਾਂ ਇਹ ਮਾਹੌਲ ਹੈ। ਸੋ ਇਹ ਮੇਰੇ ਤੇ ਰਾਜ ਬਾਈ ਦਾ ਜ਼ਰੂਰ, ਅਸੀਂ ਇਹਦੇ ਤੇ ਟ੍ਰੋਲ ਵੀ ਬਣਾਉਂਦੇ ਹੁੰਦੇ ਹਾਂ ਮੈਂ ਤੇ ਰਾਜ ਬਾਈ ਵੀ, ਅਸੀਂ ਇੱਕ ਬਣਾਇਆ ਹੋਇਆ ਵੀ ਜਿਹੜੇ ਆਪਣੇ ਫਿਲਮਾਂ ਵਾਲੇ ਬਣਾਉਣ ਵਾਲੇ ਹੁੰਦੇ ਨੇ ਵੀ ਚਲੋ ਹਰੇਕ ਬੰਦਾ ਸੋਚ ਲੈ ਕੇ ਬਣਾਉਂਦਾ ਵੀ ਯਾਰ ਮੈਂ ਐਂ ਕਰਨਾ, ਹਿੱਟ ਹੋਣੀ ਆਉਂਦਾ ਜੀ, ਕੋਈ ਫਲੋਪ ਨਹੀਂ ਹੋਣਾ ਆਉਂਦਾ, ਹਨਾ। ਉਹਨਾਂ ਵੀ ਅਸੀਂ ਬਣਾਉਂਦੇ ਸੀਗੇ ਵੀ ਬੰਬੇ ਬਹੁਤ ਪ੍ਰੋਫੈਸ਼ਨਲ ਹੈ, ਆਪਣੇ ਲੋਕ ਥੋੜੇ ਜਿਹੇ ਗੱਲਾਂ 'ਚ ਆ ਜਾਂਦੇ ਨੇ ਵੀ ਕਿਸੇ ਬੰਦੇ ਨੇ ਕਹਾਣੀ ਸੁਣਾਈ, ਉਹਨੇ ਕਹਿੰਦਾ ਵੀ ਕਹਿੰਦਾ ਉਧਰੋਂ ਗੋਲੀ ਚੱਲੀ, ਕਹਿੰਦਾ ਥੌੜ ਐਂ ਕਰੀ ਗਿਆ, ਉਹ ਕਹਿੰਦਾ ਵੀ ਪ੍ਰੋਡਿਊਸਰ ਕਹਿੰਦਾ ਭਾਜੀ ਵੀ ਇਹ ਤਾਂ ਬੈਕਗ੍ਰਾਉਂਡ ਮਿਊਜ਼ਿਕ ਆ, ਤੁਸੀਂ ਕਹਾਣੀ ਦੱਸੋ ਸਾਨੂੰ ਕੀ ਹੈ, ਇਹ ਅਸੀਂ ਆਪੇ ਪਾ ਲਾਂਗੇ, ਇਹ ਕਹਿੰਦਾ ਅਸੀਂ ਆਪੇ ਪਾ
ਐਕਸ਼ਨ ਸੀਕੁਐਂਸ ਚੱਲ ਰਿਹਾ ਸੀਗਾ ਤੇ ਉਹਨਾਂ ਨੇ ਪੰਚ ਮਾਰਨਾ ਸੀਗਾ ਵਿਲਨ ਦੇ ਤੇ ਉਹ ਕਹਿੰਦੇ ਵੀ ਉਹਨਾਂ ਨੇ ਜਦੋਂ ਐਕਸ਼ਨ ਕਿਹਾ ਉਹ ਕਹਿੰਦੇ ਬਿਸ਼ੂ ਆਈ ਨੋ ਦੈਟ ਗਾਈ ਉਹ ਡਾਇਰੈਕਟਰ ਜਿਹੜੇ ਸੀਗੇ ਐਕਸ਼ਨ ਮਾਸਟਰ ਉੱਠ ਕੇ ਖੜੇ ਹੋਏ ਕਹਿੰਦੇ ਵੀ ਸਰ ਆਪ ਖਾਲੀ ਪੰਚ ਮਾਰੀਏ ਵਿਸ਼ੂ ਵਿਸ਼ੂ ਮੈਂ ਖੁਦ ਡਾਲ ਲੂੰਗਾ ਬਸ ਉਹ ਹੀ ਸੀ ਬਸ ਇਹ ਪਰ ਸਾਡਾ ਗਾਲ ਤੋਂ ਵੀ ਐਵੇਂ ਸੀ ਜੀ ਜਦੋਂ ਨਾ ਜਿਹੜਾ ਸੀਗਾ ਜੀ ਸੌਰੀ ਨਹੀਂ ਨਹੀਂ ਚਲੋ ਚਲੋ ਹਾਂਜੀ ਜਿਹੜੀ ਇਹ ਚੀਜ਼ ਹੈ ਨਾ ਜੀ ਵੀ ਥੋੜ੍ਹਾ ਅਡਲਟ ਇੰਨਾ ਨਹੀਂ ਕੰਟੈਂਟ ਹੋਣਾ ਚਾਹੀਦਾ ਸਾਨੂੰ ਇਹ ਸੀਗਾ ਵੀ ਪਹਿਲੀ ਸਾਡੀ ਪਹਿਲਾ ਥੋਟ ਹੀ ਇਹ ਸੀ ਯੂਟਿਊਬ ਤੇ ਕਰਨਾ ਅਸੀਂ ਹਾਂਜੀ ਤੇ ਜਿਹੜੇ ਪ੍ਰੋਡਿਊਸਰ ਸੀ ਉਹ ਵੀ ਮੇਰੇ ਜਿਵੇਂ ਸਾਡੇ ਸਰਕਲ ਜੋ ਸੀਗੇ ਸਾਡੇ ਫਰੈਂਡ ਹੀ ਨੇ ਉਹ ਸਾਨੂੰ ਐ ਸੀਗਾ ਅਸੀਂ ਜਿੰਨੀ ਆਡੀਅੰਸ ਨੂੰ ਵੱਧ ਤੋਂ ਵੱਧ ਉਹਨਾਂ ਤੱਕ ਫੈਲਾ ਸਕਦੇ ਹਾਂ ਕੰਟੈਂਟ ਕੱਲ ਨੂੰ ਜੇ ਉਹ ਕਿਸੇ ਘਰ ਦੇ ਵਿੱਚ ਮੰਨ ਲਓ LCD ਤੇ ਲੱਗਿਆ LED ਤੇ ਲੱਗਿਆ ਤੇ ਉਹ ਸਕਿਪ ਨਾ ਕਰਨਾ ਪਵੇ ਉੱਥੇ ਬਜ਼ੁਰਗ ਵੀ ਬੈਠੇ ਆ ਬਿਲਕੁਲ ਜਾਂ ਛੋਟਾ ਬੱਚਾ ਬੈਠਾ ਹੈ ਕੋਈ ਵੀ ਏਜ ਗਰੁੱਪ ਦਾ ਬੰਦਾ ਐਟਲੀਸਟ ਸਾਨੂੰ ਐ ਸੀਗਾ ਕਿ ਬਾਲਾ ਨਹੀਂ ਤੇ 16+ ਹੋਵੇ ਇਸ ਤੋਂ ਜ਼ਿਆਦਾ ਉੱਪਰ ਨਾ ਜਾਈਏ ਅਸੀਂ ਫੈਮਿਲੀ ਚ ਦੇਖਦੇ ਐਂਬੈਰਸਮੈਂਟ ਨਾ ਹੋਵੇ ਐਂਬੈਰਸਮੈਂਟ ਵੀ ਜਿਵੇਂ ਹੁਣ ਅੱਜ ਕੱਲ ਛੋਟੇ ਛੋਟੇ ਨਿਆਣਿਆਂ ਦੇ ਹੱਥ ਚ ਮੋਬਾਈਲ ਆ ਅੱਗੇ ਤੋਂ ਅੱਗੇ ਸੁਜੈਸ਼ਨ ਆ ਗਏ ਪਤਾ ਨਹੀਂ ਉਹਨਾਂ ਨੇ ਕੀ ਕੀ ਦੇਖਣਾ ਹੁੰਦਾ ਵਾ ਹਾਂਜੀ ਤਾਂ ਬੈਟਰ ਆ ਵੀ ਅਸੀਂ ਬਹੁਤ ਖਿਆਲ ਰੱਖਿਆ ਸੀ ਲਿਖਦੇ ਹੋਏ ਇਸ ਗੱਲ ਦਾ ਮੈਂ ਤੇ ਮਨਾਲੀ ਆ ਬਾਰ ਬਾਰ ਇਹੀ ਖਿਆਲ ਰੱਖਦੇ ਸੀ ਵੀ ਕਿਹੜੀ ਗਲਤੀ ਨਾਲ ਵੀ ਕੋਈ ਸ਼ਬਦ ਪੈ ਜੇ ਹਨਾ ਤਾਂ ਈਵਨ ਸੈੱਟ ਦੇ ਉੱਤੇ ਵੀ ਇੱਕ ਥਾਂ ਤੇ ਹਨਾ ਕੋਈ ਪਿਆ ਹੋਇਆ ਸੀਗਾ ਸ਼ਬਦ ਅਸੀਂ ਸੱਚੀ ਉਹਨੂੰ ਬਹੁਤ ਸੀਰੀਅਸਲੀ ਲਿਆ ਵੀ ਕਿਵੇਂ ਪਤਾ ਆਪਾਂ ਵੀ ਨਹੀਂ ਹੋਣਾ ਚਾਹੀਦਾ ਬਹੁਤ ਕਲੀਅਰ ਸੀ ਵੈਸੇ ਤੇ ਵੈਬ ਸੀਰੀਜ਼ ਦਾ ਦੌਰ ਚੱਲ ਰਿਹਾ OTT ਪਲੇਟਫਾਰਮ ਦਾ ਦੌਰ ਆ ਇਹ ਤੇ ਇਹ ਡ੍ਰੀਮਲੈਂਡ ਕਿਵੇਂ ਪਲਾਨ ਹੋਈ ਆ ਸਾਰੀ ਇਹ ਨਹੀਂ ਡਿੰਪਲ ਨੇ ਪਲਾਨ ਕੀਤੀ ਸੀ ਸਾਰੀ ਇਹ ਪ੍ਰੋਜੈਕਟ ਡਿੰਪਲ ਦਾ ਸੀ ਮੇਰੇ ਦੱਸੇ ਹੀ ਹੈ ਜੀ ਮੇਰੇ ਫਰੈਂਡ ਨੇ ਉਹਨਾਂ ਦਾ ਰੈਕਰਡ ਲੇਬਲ ਸੀਗਾ ਬ੍ਰਾਊਨਸ ਰਿੰਗ ਰੈਕਰਡਸ ਉਹ ਕਾਫੀ ਟਾਈਮ ਤੋਂ ਨਾ ਮੇਰੇ ਨਾਲ ਲਾਈਕ ਗੌਸਿਪ ਜਿਵੇਂ ਚੱਲਦੇ ਰਹਿੰਦੇ ਕਿ ਆਪਾਂ ਕਦੇ ਕਰਾਂਗੇ ਆਪਾਂ ਕਦੇ ਕਰਾਂਗੇ ਤੁਹਾਨੂੰ ਪਤਾ ਹੀ ਆਪਣਾ ਕੰਮ ਐਵੇਂ ਦਾ ਕਿ ਰੋਜ਼ ਪਲਾਨ ਬਣਦੇ ਨੇ ਤੇ ਰੋਜ਼ ਖਤਮ ਵੀ ਹੋ ਜਾਂਦੇ ਆ ਕੰਮ ਨਿਕਲਦੇ ਨੇ ਉਹਨਾਂ ਟਾਈਮ ਨਹੀਂ ਹੁੰਦਾ ਜਿੰਨਾ ਟਾਈਮ ਪੇਪਰ ਤੇ ਨਹੀਂ ਹੁੰਦਾ ਉਹ ਮੈਂ ਉਹਨਾਂ ਨੂੰ ਕੈਜੂਅਲੀ ਲਈ ਬੈਠਾ ਸੀਗਾ ਵੀ ਠੀਕ ਹੈ ਕਰ ਲਾਂਗੇ ਜਦੋਂ ਤੁਸੀਂ ਕਰੋਗੇ ਹਨਾ ਉਹ ਇੱਕ ਦਿਨ ਸਡਨਲੀ ਆ ਗਏ ਸਟੂਡੀਓ ਮੇਰੇ ਕੋਲ ਮਿਊਜ਼ਿਕ ਸਟੂਡੀਓ ਵੀ ਸੀਗਾ ਤੇ ਕੰਟੈਂਟ ਸੁਣਾਉਣ ਆਏ ਸੀਗੇ ਗਾਣੇ ਵਗੈਰਾ ਉਹਨਾਂ ਨੇ ਕੀਤੇ ਸੀਗੇ EP ਆਪਣੇ ਆਰਟਿਸਟ ਦੀ ਤੇ ਉਹ ਕਹਿੰਦੇ ਵੀ ਇਹ ਤਾਂ ਆਪਾਂ ਕੀਤੀ ਆ ਵੀ ਆਪਾਂ ਵੀਰੇ ਵੈਬ ਸੀਰੀਜ਼ ਕਰਨੀ ਆ ਮੈਂ ਕਿਹਾ ਵੀ ਤੁਸੀਂ ਟਾਈਮ ਲਓ ਪਹਿਲਾਂ ਦਾ ਵੀ ਇਹ ਕੋਈ ਐਡੀ ਨੋਰਮਲ ਜਾਂ ਕੈਜੂਅਲ ਚੀਜ਼ ਨਹੀਂ ਹੈਗੀ ਵੀ ਤਿਆਰੀ ਚਾਹੀਦੀ ਆ ਕਹਿੰਦੇ ਅਸੀਂ ਤਿਆਰੀ ਕਰਕੇ ਆਏ ਆ ਫਿਰ ਉਹ ਮਨ ਬਣਾ ਕੇ ਆਏ ਸੀ ਤੇ ਥੋੜ ਜਿਹਾ ਸੀਗਾ ਇੱਕ ਉਹਨਾਂ ਕੋਲ ਵੀ ਕਿ ਮੈਂ ਉਹ ਵੀਰੇ ਨਾਲ ਜ਼ਿਆਦਾ ਫਿਲਮਾਂ ਦੇਖਦਾ ਹੁੰਦਾ ਸੀ ਤੇ ਅਸੀਂ ਪਲਾਨ ਆਊਟ ਜਿਹਾ ਕਰਦੇ ਰਹਿੰਦੇ ਸੀ ਵੀ ਕਰੀਏ ਕੁਛ ਨਾ ਕੁਛ ਤੇ ਮੈਂ ਅਜੇ ਕਾਸਟਿੰਗ ਵਗੈਰਾ ਕੁਛ ਕਰ ਹੀ ਰਿਹਾ ਸੀ ਮੈਂ ਸਟੋਰੀ ਨੂੰ ਲੈ ਕੇ ਫਿਰ ਮੈਂ ਰਾਜ ਬਾਈ ਨੂੰ ਫੋਨ ਲਾਇਆ ਮੈਂ ਹੈ ਨਹੀਂ ਸੀ ਉਦੋਂ ਤੱਕ ਇਹਨਾਂ ਨੂੰ ਲਿਆ ਹੀ ਨਹੀਂ ਸੀ ਔਨ ਬੋਰਡ ਮੈਂ ਨਾ ਹੀ ਮੇਰੇ ਖਿਆਲਾਂ 'ਚ ਸੀਗਾ ਕਿਉਂਕਿ ਮੈਨੂੰ ਇਹ ਸੀਗਾ ਕਿ ਮੇ ਬੀ ਉਹ ਕਰਨਗੇ ਨਹੀਂ ਕਰਨਾ ਵੀ ਅਸੀਂ ਇੱਕ ਵੈਬ ਸੀਰੀਜ਼ ਕਰ ਰਹੇ ਹਾਂ ਜਿਹੜੀ ਯੂਟਿਊਬ ਤੇ ਕਰ ਰਹੇ ਹਾਂ ਤੇ ਮੈਂ ਵੀਰੇ ਨੂੰ ਐਂ ਕਰਕੇ ਫੋਨ ਲਾਇਆ ਮੈਂ ਕਿਹਾ ਵੀਰੇ ਵੀ ਮੈਨੂੰ ਥੋੜ੍ਹੀ ਹੈਲਪ ਚਾਹੀਦੀ ਆ ਵੀ ਸਟੋਰੀ ਥੋੜ੍ਹੀ ਐਵੇਂ ਇਹਦੀ ਆ ਇਹਨਾਂ ਨੇ ਸੁਣੀ ਕਹਿੰਦੇ ਵੀ ਯਾਰ ਜੇ ਤੂੰ ਕਿਵੇਂ ਕਰਨਾ ਚਾਹੁੰਦਾ ਮੈਂ ਕਿਹਾ ਵੀ ਏਦਾਂ ਥੋੜ੍ਹਾ ਵਧੀਆ ਹੀ ਕਰਾਂਗੇ ਠੀਕ ਕਰਾਂਗੇ ਤੇ ਕਹਿੰਦੇ ਫਿਰ ਆਪਾਂ ਹੀ ਕਰਦੇ ਹਾਂ ਮੈਨੂੰ ਹੋਰ ਕੀ ਚਾਹੀਦਾ ਲਿਖੋ ਵੀ ਤੁਸੀਂ ਉਦੋਂ ਮੈਂ ਮਨਾਲੀਆ ਕਿਸੇ ਹੋਰ ਸਕ੍ਰਿਪਟ ਤੇ ਕੰਮ ਕਰ ਰਹੇ ਸੀਗੇ ਤੇ ਅਸੀਂ ਉਹਨਾਂ ਨੇ ਬੈਠ ਦਿੰਦੇ ਸੀ ਬੈਸਟ ਟੈਕ ਕੋਲੇ ਬ੍ਰਿਸਤਾ ਚ ਮੈਂ ਮਨਾਲੀ ਨੂੰ ਕਿਹਾ ਮੈਂ ਯਾਰ ਐਂ ਕਰਕੇ ਇੱਕ ਆਈਡੀਆ ਹੈਗਾ ਮਨਾਲੀ ਆਪਾਂ ਕਰੀਏ ਅਸੀਂ ਹੋਰ ਸਕ੍ਰਿਪਟ ਲਿਖ ਰਹੇ ਸੀ ਉਹ ਛੱਡ ਕੇ ਮਿਲਦੇ ਮਗਰ ਪੈ ਗਏ ਇਹਨੂੰ ਪਸੰਦ ਆ ਗਿਆ ਆਈਡੀਆ ਕਹਿੰਦਾ ਬਈ ਵਧੀਆ ਆਈਡੀਆ ਆਪਾਂ ਕਰ ਲੈਂਦੇ ਹਾਂ ਡੰਪਲ ਨੇ ਲਿਖਣ ਦੀ ਜ਼ਿੰਮੇਵਾਰੀ ਵੀ ਸਾਨੂੰ ਦੋਨਾਂ ਨੂੰ ਦੇ ਦਿੱਤੀ ਤਾਂ ਇਹਦੇ ਵਿੱਚ ਇੱਕ ਗੱਲ ਹੋਰ ਐਡ ਕਰੂੰਗਾ ਸਾਡੀ ਨਾ 1.5-2 ਸਾਲ ਪਹਿਲਾਂ ਆਪਣੀ ਵੀ ਕੋਈ ਸਾਡੀ ਚੱਲੀ ਸੀਗੀ ਮਨਾਲੀ ਦੀ ਤੇ ਮੇਰੀ ਵੀ ਆਪਾਂ ਕੋਈ ਵੈਬ ਸੀਰੀਜ਼ ਕਰਨੀ ਆ ਉਹ ਕਿਸੇ ਕਾਰਨ ਕਰਕੇ ਨੇਪਰੇ ਨਹੀਂ ਚੜਿਆ ਪ੍ਰੋਜੈਕਟ ਜਿਵੇਂ ਪਹਿਲਾਂ ਗੱਲ ਕੀਤੀ ਆ ਵੀ ਬਣਦੇ ਰੋਜ਼ ਆ ਢਹਿੰਦੇ ਵੀ ਰੋਜ਼ ਹੀ ਹੈ ਜੀ ਉਹ ਬਣੀ ਨਹੀਂ ਉਦੋਂ ਸਾਡੀ ਫਿਰ ਵੀਰੇ ਨੇ ਨਾਂ ਲਿਆ ਮੈਂ ਕਿਹਾ ਚਲੋ ਹੋਰ ਕੀ ਚਾਹੀਦਾ ਮੈਨੂੰ ਵੀ ਜੇ ਗੁਰਦੀਪ ਵੀ ਆਉਂਦਾ ਤੇ ਬਹੁਤ ਵਧੀਆ ਕਿਉਂਕਿ ਉਹ ਕਾਲ ਵੀਰੇ ਦੀ ਸੀ ਇੱਧਰੋਂ ਉਦੋਂ ਤੱਕ ਮੈਂ ਮੇਰੇ ਖਿਆਲ ਨਹੀਂ ਸੀ ਹੈਗਾ ਮੈਂ ਗੁਰਦੀਪ ਨਾਲ ਵੀ ਕਰਨਾ ਸੀਗਾ ਹਾਂ ਤੇ ਨਾਲੇ ਐਕਟਰ ਵੀ ਮਿਲ ਰਹੇ ਸੀਗੇ ਹਾਂਜੀ ਐਕਟਰ ਮਿਲ ਰਹੇ ਸੀ ਦੋਨੇ ਬੈਨੀਫਿਟ ਸੀ ਸਕਿਲਡ ਰਾਈਟਰ ਮਿਲ ਰਹੇ ਸੀ ਮੈਂ ਚਲੋ ਇਹ ਤਾਂ ਆਈ ਸੁਣ ਕੇ ਗਾਲੀ ਗੱਲ ਹੋ ਗਈ ਇਨ ਨੋ ਟਾਈਮ ਹੀ ਸ਼ੁਰੂ ਹੋ ਗਈ ਮਤਲਬ ਇੱਕੇ ਦਾ ਮੀ ਮਤਲਬ ਸਾਰੇ ਔਨ ਬੋਰਡ ਹੋ ਗਏ ਆਪਦੇ ਆਪ ਹੀ ਮੈਂ ਮਨਾਲੀ ਨੂੰ ਸੁਣਾਇਆ ਮਣਾ ਆਈਡੀਆ ਮਨਾਲੀ ਨੂੰ ਵੀ ਵਧੀਆ ਲੱਗਿਆ ਕਹਿੰਦਾ ਬਈ ਹਾਂ ਪਹਿਲਾਂ ਹੀ ਕਰ ਲੈਨੇ ਆ ਤਾਂ ਜਮੇ ਹੀ ਟਾਈਮ ਨਹੀਂ ਲੱਗਾ ਇੱਕੇ ਦਾ ਮੀ ਸਭ ਡਨ ਹੋ ਗਿਆ
ਅੱਛਾ ਇਹ ਕਦੋਂ ਡਨ ਹੋਇਆ ਵੀ ਦੀਪਾ ਤੇ ਧਰਮਿੰਦਰ ਤਾਂ ਫਿਰ ਆਪਾਂ ਆਪਾਂ ਹੀ ਕਰਾਂਗੇ ਇਹ ਸੀ ਲਿਖਦੇ ਨੇ ਡਨ ਕਰ ਜਦੋਂ ਪਹਿਲਾਂ ਪੜ ਲਿਆ ਉਦੋਂ ਹੀ ਹੋ ਗਿਆ ਸੀ ਚਾਰ ਕ ਐਪੀਸੋਡ ਦਾ ਸਾਡੇ ਕੋਲ ਵੀ ਬੈਠਾ ਡਿੰਪਲ ਕਿਉਂਕਿ ਸਾਡੇ ਜਿਹੜੀ ਪੇਸ ਚੱਲਦੀ ਸੀ ਆਪਦੇ ਦੀ ਚੱਲੀ ਜਾਂਦੀ ਸੀ ਇਹ ਯਾਦ ਕਰਾ ਦਿਆ ਕਰੇ ਕਾ ਕਰੈਕਟਰ ਹੈ ਕਾ ਕਰੈਕਟਰ ਹੈ ਉਹ ਹੁੰਦਾ ਹੀ ਹੈ ਬੰਦੇ ਨੂੰ ਸਾਰਾ ਇਹ ਤਾਂ ਨੈਚੁਰਲ ਹੈ ਪਰ ਜਦੋਂ ਲਿਖਦੇ ਲਿਖਦੇ ਨਾ ਕਹਾਣੀ ਇੱਕ ਦਿਨ ਇਹੋ ਜਿਹਾ ਮੂਡ ਆ ਗਿਆ ਕਹਾਣੀ ਦਾ ਮੈਂ ਉਹਨੂੰ ਕਿਹਾ ਯਾਰ ਮੇਰਾ ਜੀ ਕਰੀ ਜਾਂਦਾ ਮੈਂ ਮੋਹਿਤ ਦਾ ਕਰੈਕਟਰ ਅਸੀਂ ਮੋਹਿਤ ਸਾਡਾ ਇੰਨਾ ਫੇਵਰਟ ਹੋ ਗਿਆ ਸੀ ਫਿਰ ਅਸੀਂ ਉਹਦੇ ਮਗਰ ਹੀ ਪੈ ਗਏ ਡਿੰਪਲ ਆ ਡਿੰਪਲ ਕਹਿੰਦਾ ਤੁਸੀਂ ਵੀ ਹੈਗੇ ਹੋ ਯਾਰ ਵੈਬ ਸੀਰੀਜ਼ ਹਾਂ ਉਹੀ ਗੱਲ ਜੀ ਇੱਕ ਟਾਈਮ ਤੇ ਆ ਕੇ ਜਿਵੇਂ ਪਹਿਲਾਂ ਇਹ ਲੱਗੇ ਰਹਿੰਦੇ ਸੀ ਫਿਰ ਮੈਨੂੰ ਇਹ ਦੱਸਣਾ ਪੈਂਦਾ ਸੀ ਕਿ ਬਈ ਤੁਸੀਂ ਵੀ ਹੈਗੇ ਹੋ ਵਿੱਚ ਦੂਜੀ ਨਾਲ ਲਿਖੀ ਜਾਇਓ ਨਹੀਂ ਬਟ ਹੈਟਸ ਆਫ ਟੂ ਦੈਟ ਆਰਟਿਸਟ ਵੀ ਉਹਨਾਂ ਨੇ ਇੰਨਾ ਸੋਹਣਾ ਕੰਮ ਕੀਤਾ ਤੁਹਾਡਾ ਤਾਂ ਚਲੋ ਹੈ ਹੀ ਹੈ ਜੋ ਚੱਲ ਰਿਹਾ ਚੱਲ ਰਿਹਾ ਬਹੁਤ ਜੋ ਮਤਲਬ ਅਟੈਂਸ਼ਨ ਲੈਂਦਾ ਆ ਜਾਂ ਜਿਹਨੇ ਕ੍ਰਿਸਪ ਐਡ ਕੀਤਾ ਹੋਇਆ ਸੀ ਲੋਕਾਂ ਨੂੰ ਲੱਗਾ ਸੱਚੀ ਉਹ ਹਿਮਾਚਲੀ ਆ ਉਹ ਮਾਨਸਾ ਤੋਂ ਹੈ ਜਿਵੇਂ ਹਿਮਾਚਲ ਦਾ ਕਰੈਕਟਰ ਹੈ ਜਿਵੇਂ ਯੂਨੀਵਰਸਿਟੀ ਦੇ ਵਿੱਚ ਹੁੰਦਾ ਹੀ ਆ ਆਮ ਤੌਰ ਤੇ ਵੀ ਹਰ ਤਰ੍ਹਾਂ ਦਾ ਸਟੂਡੈਂਟ ਆਉਂਦਾ ਉੱਥੇ ਤੁਹਾਡੇ ਕਰੈਕਟਰ ਨੇ ਇੱਕ ਜਿਹੜਾ ਆਇਲਸ ਆਪਾਂ ਗਾਲ ਕੇ ਹੀ ਜਾਂਦੇ ਆ ਚੰਡੀਗੜ੍ਹ ਕਹਿ ਕੇ ਸਾਲ ਹਨਾ ਮੈਨੂੰ ਯਾਦ ਆ ਗਈ ਇਹਨਾਂ ਦੇ ਕਰੈਕਟਰ ਤੋਂ ਸਾਡਾ ਕੋਈ ਨੋ ਨਾ ਮੁੰਡਾ ਤੇ ਉਹ ਆਇਲਸ ਕਰਨ ਆ ਗਿਆ ਇੱਥੇ ਚੰਡੀਗੜ੍ਹ ਤੇ ਛੇ ਕੁ ਮਹੀਨੇ ਲਾਉਣ ਤੋਂ ਬਾਅਦ ਉਹਦੇ 3.5 ਬੈਂਡ ਆਏ ਜਦੋਂ ਪਿੰਡ ਵਾਪਸ ਗਿਆ ਉਹਦਾ ਬਾਪੂ ਗਾਲਾਂ ਕੱਢ ਕੇ ਕਹਿੰਦਾ ਯਾਰ ਕਹਿੰਦਾ ਮਹੀਨੇ ਦੇ ਹਿਸਾਬ ਨਾਲ 6 ਤਾਂ ਹੋਣੇ ਚਾਹੀਦੇ ਤੇ ਉਦੋਂ ਬਾਅਦ ਉਹਨਾਂ ਨੇ ਨਹੀਂ ਉਹਨੂੰ ਭੇਜਿਆ ਹੈਗਾ ਕਹਿੰਦੇ ਇੱਥੇ ਵਿਹਲਾ ਫਿਰ ਲਾ ਤੂੰ ਚੰਡੀਗੜ੍ਹ ਨਾ ਜਾਈ ਮੁੜ ਕੇ ਜਿਹੜੇ ਕਰੈਕਟਰ ਆ ਜੀ ਉਹ ਸਾਨੂੰ ਪਿਕ ਕਰਨ ਵੇਲੇ ਥੋੜਾ ਆਏ ਸੀ ਕਿ ਜਿਹੜੇ ਕਿੱਤੇ ਨੂੰ ਅਸੀਂ ਉੱਥੋਂ ਦਾ ਕਰੈਕਟਰ ਬਣਾਇਆ ਹੋਇਆ ਜੇ ਉਹ ਲਿੰਕ ਨਹੀਂ ਹੈਗਾ ਉਹਨੂੰ ਓਨਾ ਕੁ ਸਮਝ ਹੋਵੇ ਕਿ ਕੁਛ ਓਵਰ ਤਾਂ ਨਹੀਂ ਕਰ ਲਿਆ ਰੂਰਲ ਬੈਕਗ੍ਰਾਉਂਡ ਦੀ ਕੁੜੀ ਹੁੰਦੀ ਆ ਤੇ ਫਿਰ ਉਹ ਅੱਗੇ ਜਾ ਕੇ ਮੈਂ ਕਿਹਾ ਚਲੋ ਵੇਟ ਕਰਦੇ ਆ ਵੀ ਆਪਣੀ ਇੰਟਰੋਡਕਸ਼ਨ ਇਹਨੇ ਹਲੇ ਦਿੱਤੀ ਨਹੀਂ ਆ ਆਪਣੀ ਕਰੈਕਟਰ ਨੇ ਤੇ ਜਦੋਂ ਅੱਗੇ ਜਾ ਕੇ ਉਹ ਦੱਸਦੀ ਆ ਵੀ ਹਾਂ ਉਹ ਕੈਨੇਡਾ ਤੋਂ ਆਈ ਆ ਤੇ ਫਿਰ ਮੈਨੂੰ ਲੱਗਿਆ ਵੀ ਇਹ ਵੀ ਬਹੁਤ ਵਧੀਆ ਚੀਜ਼ ਆ ਕਈ ਵਾਰੀ ਆਪਾਂ ਇੰਗਲੈਂਡ ਦੀ ਬੋਰਨ ਬ੍ਰੌਟ ਅਪ ਕੁੜੀ ਦਿਖਾ ਦਿੰਦੇ ਆ ਉਹ ਬੋਲਦੀ ਹੁੰਦੀ ਆ ਉਹ ਜਮਾ ਹੀ ਮਤਲਬ ਉਹਨਾਂ ਚ ਉਧਰ ਕੋਈ ਐਕਸੈਂਟ ਹੁੰਦਾ ਹੀ ਨਹੀਂ ਜਾਂ ਉਹਨਾਂ ਦੀ ਬੋਡੀ ਲੈਂਗੁਏਜ ਉਦਾਂ ਦੀ ਨਹੀਂ ਹੁੰਦੀ ਤੇ ਉਹ ਵੀ ਬਹੁਤ ਵਧੀਆ ਸੀਗਾ ਪਰ ਜਿੰਨੇ ਇਹ ਕਰੈਕਟਰ ਨੇ ਜਿਵੇਂ ਧਰਮਿੰਦਰ ਦਾ ਕਰੈਕਟਰ ਹੋ ਗਿਆ ਦੀਪੇ ਦਾ ਹੋ ਗਿਆ ਮੋਹਿਤ ਦਾ ਕਰੈਕਟਰ ਹੋ ਗਿਆ ਕਿਰਨ ਦਾ ਕਰੈਕਟਰ ਹੋ ਗਿਆ ਜਾਂ ਫਿਰ ਹਾਂ ਭੂਮਿਕਾ ਦਾ ਕਰੈਕਟਰ ਹੋ ਗਿਆ ਤੇਜਸ ਦਾ ਕਰੈਕਟਰ ਹੋ ਗਿਆ ਇਹ ਸਾਰੇ ਕਰੈਕਟਰ ਕਿੱਥੋਂ ਇੰਸਪਾਇਰਡ ਕਰੈਕਟਰ ਨੇਗੇ ਕਿਤੇ ਤੋਂ ਹੋਣਗੇ ਐਕਚੁਅਲੀ ਇੰਸਪਾਇਰਡ ਐਸ ਸੱਚ ਸੱਚੀ ਹੈ ਨਹੀਂ ਕਿਤੋਂ ਜ਼ਿਆਦਾ ਅਸੀਂ ਕਿਤੋਂ ਇੰਸਪੀਰੇਸ਼ਨ ਲਈ ਹੋਵੇ ਜਾਂ ਕੋਈ ਰੀਅਲ ਕਰੈਕਟਰ ਦਿਸਿਆ ਹੋਵੇ ਪਰ ਯੂਨੀਵਰਸਿਟੀ ਦੇ ਵਿੱਚ ਨਾ ਮਤਲਬ ਵੀ 500 ਦੇ ਬੰਦੇ ਹੁੰਦੇ ਆ ਨਾ ਜਵਾਕ ਹੁੰਦੇ ਆ ਨਾ ਤਾਂ ਸਾਨੂੰ ਇਹ ਸੀ ਵੀ ਹਰ ਕੈਟਾਗਰੀ ਦਾ ਜਵਾਕ ਹੋਣਾ ਹੀ ਚਾਹੀਦਾ ਮਤਲਬ ਵੀ ਕਿਉਂਕਿ ਇੱਕ ਥਾਂ ਤੋਂ ਤਾਂ ਪੜ੍ਹਨਾ ਆਏ ਨਹੀਂ ਹੋਏ ਹਿਮਾਚਲ ਹਰਿਆਣਾ ਹੈ ਨਾ ਈਵਨ ਪੰਜਾਬ ਦੇ ਮਾਝਾ ਮਾਲਵਾ ਤੋਂ ਬਾਹਰ ਜਗ੍ਹਾ ਦਾ ਹੁੰਦਾ ਹੈ ਸਾਨੂੰ ਇਹ ਸੀਗਾ ਵੀ ਹਰ ਤਰ੍ਹਾਂ ਦੀ ਜੜੀ ਬੂਟੀ ਦਿਖਣੀ ਚਾਹੀਦੀ ਹੈ ਉੱਥੇ ਵੀ ਤਦੇ ਹੀ ਉਹ ਕਲਰਫੁੱਲ ਜੀ ਲੱਗਦੀ ਯੂਨੀਵਰਸਿਟੀ ਈਵਨ ਦੋ ਕਰੈਕਟਰ ਤਾਂ ਮਤਲਬ ਜਮੇ ਹੀ ਹਿੰਦੀ ਬੋਲਣ ਵਾਲੀ ਹੈਗੀ ਮੋਹਿਤ ਹਿੰਦੀ ਵੀ ਬੋਲਦਾ ਗਾ ਤੇ ਭੂਮਿਕਾ ਵੀ ਜ਼ਿਆਦਾ ਹਿੰਦੀ ਪੰਜਾਬੀ ਉਹਦਾ ਚੱਲਦਾ ਰਹਿੰਦਾ ਗਾ ਸਾਨੂੰ ਇਹੀ ਸੀਗਾ ਵੀ ਜਿਵੇਂ ਦਾ ਯੂਨੀਵਰਸਿਟੀ ਚ ਮਾਹੌਲ ਹੈਗਾ ਓਰੀਜਨਲ ਜਾਂ ਉਵੇਂ ਹੀ ਲੱਗਣਾ ਚਾਹੀਦਾ ਵੀ ਹਰ ਤਰ੍ਹਾਂ ਦਾ ਬੰਦਾ ਉੱਥੇ ਬਿਲਕੁਲ ਸਪੈਸ਼ਲੀ ਜਿਹੜੀ ਉਹ ਕੁੜੀ ਸਟੂਡੈਂਟ ਲੀਡਰ ਆ ਹੁਣ ਉਹਦੇ ਤੇ ਥੋੜਾ ਜਿਹਾ ਰੱਖਿਆ ਸੀ ਧਿਆਨ ਕਿ ਉਹਦੇ ਚ ਲੀਡਰਸ਼ਿਪ ਵਾਲੇ ਗੁਣ ਉਹਦੀ ਪਰਸਨੈਲਿਟੀ ਚ ਵੀ ਹੋਣੇ ਚਾਹੀਦੇ ਆ ਦਿਸਦੇ ਵੀ ਨੇ ਤੇ ਉਹ ਉਦੋਂ ਜ਼ਿਆਦਾ ਹੁੰਦਾ ਜੋ ਸਪੋਰਟਸਮੈਨ ਹੋਵੇ ਜਾਂ ਸਪੋਰਟਸ ਪਰਸਨ ਹੋਵੇ ਉਹਨਾਂ ਦੇ ਵਿੱਚ ਇੱਕ ਉਹ ਹੁੰਦਾ ਨਾ ਵੀ ਅਨੁਸ਼ਾਸਨ ਜਿਹੜਾ ਬਣਿਆ ਹੁੰਦਾ ਤੇ ਉਹਨਾਂ ਦੇ ਗੋਲ ਫਿਕਸ ਹੁੰਦੇ ਨੇ ਫਿਰ ਉਹ ਉਹਨੂੰ ਪੋਰਟਰੇ ਕਰਨਾ ਥੋੜਾ ਈਜ਼ੀ ਵੀ ਸੀਗਾ ਬਸ ਉਹ ਥੋੜੀ ਸਟਰਗਲ ਸੀਗੀ ਸਾਨੂੰ ਉਹ ਦਿਖਣਾ ਚਾਹੀਦਾ ਫਰੇਮ 'ਚ ਖੜਾ ਕਿ ਉਹ ਸੱਚੀ ਲੱਗਦਾ ਉਹ ਕਰੈਕਟਰ ਨਾਲ ਨਿਆਂ ਕਰ ਰਿਹਾ ਉਹ ਸਾਨੂੰ ਵਧੀਆ ਐਕਟਰ ਉਹ ਵੀ ਵਧੀਆ ਐਕਟਰ ਪਰ ਸਾਰਿਆਂ ਨੇ ਬਹੁਤ ਸੋਹਣਾ ਪਲੇ ਕੀਤਾ ਕਿਰਨ ਦਾ ਵੀ ਜੰਮੂ ਮੀ ਕਿ ਮੈਂ ਕਰੈਕਟਰ ਨੇਮ ਹੀ ਲਊਂਗੀ ਸਭ ਦੇ ਜੀ 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 ਕਿ ਉਹ ਵਾਕਈ ਇਦਾਂ ਹੀ ਲੱਗਿਆ ਹੈਗਾ ਐਂ ਲੱਗਿਆ ਕਿ ਜੇ ਸਟੋਰੀ ਲਿਖਣ ਤੇ ਸਕਰੀਨ ਪਲੇ ਤੇ ਮਿਹਨਤ ਹੋਈ ਹੋਈ ਆ ਤਾਂ ਕਰੈਕਟਰਾਈਜੇਸ਼ਨ ਤੇ ਵੀ ਬਹੁਤ ਜ਼ਿਆਦਾ ਮਿਹਨਤ ਹੋਈ ਹੋਈ ਆ ਉਹ ਵਾਕਈ ਕੁੜੀ ਲੱਗਦੀ ਹੈ ਭੂਮਿਕਾ ਕਿ ਹਾਂ ਇਹ ਲੀਡਰ ਹੋ ਸਕਦੀ ਆ ਜੀ ਮਤਲਬ ਉਹਦੀ ਬੋਡੀ ਲੈਂਗੁਏਜ ਜਾਂ ਉਹਦੇ ਜਿਹੜੇ ਬੋਲਣ ਦੇ ਬੋਲ ਚਾਲ ਦੇ ਜਿਹੜੇ ਢੰਗ ਨੇ ਜਾਂ ਜਿਸ ਤਰੀਕੇ ਦੇ ਨਾਲ ਉਹ ਕਮਾਂਡ ਕਰਦੀ ਆ ਆਪਣੇ ਪੂਰੇ ਗਰੁੱਪ ਨੂੰ ਉਹ ਲੱਗਦਾ ਕਿ ਹਾਂ ਇਹ 'ਚ ਲੀਡਰਸ਼ਿਪ ਕੁਆਲਿਟੀਜ਼ ਹੈਗੀਆਂ ਨੇ ਨਾ ਕਿ ਸਿਰਫ ਇਹਨੂੰ ਉੱਦਾਂ ਲੀਡਰ ਦਿਖਾਇਆ ਗਿਆ ਆ
ਇੱਥੇ ਥੋੜਾ ਜਿਹਾ ਅਸੀਂ ਆਪਣੇ ਆਪ ਨੂੰ ਕ੍ਰੈਡਿਟ ਲੈ ਲਾਂਗੇ ਅੱਛਾ ਕਿਉਂਕਿ ਅਸੀਂ ਇੱਕ ਵਧੀਆ ਕੀਤਾ ਐਕਟਰ ਸਾਰੇ ਮਤਲਬ ਬਹੁਤ ਚੁਣ ਚੁਣ ਕੇ ਚੁੱਕੇ ਹਾਂ ਨਹੀਂ ਬਾਕੀ ਕੈਰੇਕਟਰਾਈਜ਼ੇਸ਼ਨ ਦਾ ਬਹੁਤ ਸੋਹਣਾ ਮੇਰੇ ਇੱਕ ਇੰਟਰਵਿਊ 'ਚ ਮੇਰੇ ਮੂੰਹ ਨਿਕਲ ਗਿਆ ਸੀ ਕਿ ਅਸੀਂ ਇੰਟਰਵਿਊ ਕੰਡਕਟ ਹੀ ਨਹੀਂ ਕੀਤੀਆਂ ਸੀ ਉਹ ਜਿਹੜੀਆਂ ਆਡੀਸ਼ਨਸ ਵਗੈਰਾ ਅੱਛਾ ਮੈਨੂੰ ਲੱਗਿਆ ਕਿ ਮੈਂ ਕੁਝ ਗਲਤ ਤਾਂ ਨਹੀਂ ਕਹਿ ਗਿਆ ਇਹ 'ਚ ਵੀ ਕਹਿਤਾ ਤੇ ਬਟ ਜਦੋਂ ਮਿਲ ਗਏ ਕੈਰੇਕਟਰ ਸਾਨੂੰ ਲੋੜ ਨਹੀਂ ਪਈ ਐਕਚੁਅਲੀ ਉਹਦਾ ਰੀਜ਼ਨ ਹੀ ਇਹ ਸੀ ਕਿ ਸਾਨੂੰ ਲੋੜ ਨਹੀਂ ਪਈ ਕਿਉਂਕਿ ਦੇਖੇ ਹੋਏ ਸੀਗੇ ਕੈਰੇਕਟਰ ਫਿਰ ਉਹਨਾਂ ਨੂੰ ਅਪਰੋਚ ਕੀਤਾ ਸੀ ਅੱਛਾ ਜੀ ਪਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਤੋਂ ਵੀ ਚੱਕੀਆਂ ਹੋਈਆਂ ਨੇ ਇਹਦੇ ਵਿੱਚ ਜਦੋਂ ਪਹਿਲਾ ਹੀ ਐਪੀਸੋਡ ਤੁਹਾਡਾ ਕੈਰੇਕਟਰ ਇੰਟਰੋਡਿਊਸ ਹੁੰਦਾ ਉੱਥੇ ਜਿਹੜੀ ਤੁਹਾਡੀ ਮਦਰ ਦੇ ਨਾਲ ਕਨਵਰਸੇਸ਼ਨ ਆ ਤੁਹਾਨੂੰ ਯਾਦ ਹੋਣਾ ਆਪਾਂ ਅੱਗੇ ਪਿੱਛੇ ਜਦੋਂ ਕਿਤੇ ਬੈਠਦੇ ਹੁੰਦੇ ਆਪਾਂ ਗੱਲ ਕਰਦੇ ਹੁੰਦੇ ਹਾਂ ਨਾ ਤਾਂ ਮੈਂ ਜਦੋਂ ਦੇਖ ਰਹੀ ਸੀ ਉਹ ਸੀਨ ਮੈਨੂੰ ਯਾਦ ਆ ਰਿਹਾ ਸੀ ਵੀ ਫਲਾਣੀ ਜਗ੍ਹਾ ਰਾਜਬਾਈ ਨੇ ਮੈਨੂੰ ਗੱਲ ਦੱਸੀ ਸੀਗੀ ਕਿ ਸੱਚੀ ਬੇਬੇ ਐਂ ਚਾਹੁੰਦੀ ਆ ਹੈ ਨਾ ਤਾਂ ਉਹ ਚੀਜ਼ਾਂ ਜਾਂ ਤੁਹਾਡੀ ਜਿਹੜੀ ਪਰਸਨਲ ਲਾਈਫ ਦੇ ਇਨਪੁੱਟ ਸੀਗੇ ਤਾਂ ਤੁਸੀਂ ਵੀ ਉਹ ਵਿੱਚ ਪਾਏ ਹੋਏ ਨੇਗੇ ਉਹ ਜਾਣ ਬੁੱਝ ਕੇ ਰੱਖੇ ਗਏ ਨੇ ਜਾਂ ਕਿੱਦਾਂ ਪਲਾਨ ਹੋਏ ਸੀ ਵੀ ਯਾਰ ਇਹਨੂੰ ਇੱਥੋਂ ਸ਼ੁਰੂ ਕਰਦੇ ਹਨ ਜਾਂ ਤੁਹਾਨੂੰ ਲੱਗਦਾ ਸੀਗਾ ਕਿ ਇਹਦੇ ਨਾਲ ਸਾਨੂੰ ਵੀ ਜ਼ਿਆਦਾ ਰਿਲੇਟੇਬਲ ਲੱਗੂਗਾ ਅਤੇ ਆਡੀਅੰਸ ਨੂੰ ਵੀ ਹਾਂਜੀ ਮੈਨੂੰ ਐਂ ਲੱਗਦਾ ਜਿਹੜੀਆਂ ਤੁਹਾਡੇ ਕਿਸੇ ਨਾਲ ਰਿਲੇਟੇਬਲ ਚੀਜ਼ਾਂ ਹੁੰਦੀਆਂ ਤੇ ਉਹ ਸਕਰੀਨ ਤੇ ਜ਼ਿਆਦਾ ਓਰੀਜਨਲ ਲੱਗਦੀਆਂ ਕ੍ਰੀਏਟ ਕਰਨ ਨਾਲ ਤਾਂ ਧਰਮਿੰਦਰ ਮਤਲਬ ਮੈਨੂੰ ਪਿੰਡ 'ਚ ਧਰਮਿੰਦਰ ਕਹਿੰਦੇ ਸੀ ਤੁਹਾਨੂੰ ਪਤਾ ਹੈਗਾ ਤਾਂ ਜਦੋਂ ਡਿੰਪਲ ਵੀਰੇ ਨੇ ਇਹ ਕੈਰੇਕਟਰ ਦੱਸੇ ਸੀ ਵੀ ਯਾਰ ਐਂ ਰੱਖਣੇ ਆਪਾਂ ਹੈ ਨਾ ਤਾਂ ਉਹ ਐਕਟਰ ਦਾ ਰੋਲ ਸੀ ਤਾਂ ਓਬਵੀਅਸਲੀ ਮੇਰੇ ਪਰਸਨਲ ਕਿੰਨੇ ਐਕਸਪੀਰੀਅੰਸ ਹੋਣਗੇ ਉਹ ਐਕਟਰ ਵਾਲੇ ਤਾਂ ਉਹ ਜ਼ਿਆਦਾਤਰ ਮੈਂ ਮਤਲਬ ਵੀ ਉਹ 'ਚ ਉਹ ਜਿਹੇ ਪਾਏ ਅਸੀਂ ਹੁਣ ਚੰਡੀਗੜ੍ਹ ਆਪਾਂ ਇੰਨਾ ਰਹੇ ਹਾਂ ਪੀਜੀ ਵਗੈਰਾ ਤਾਂ ਉਹ ਵੀ ਤਕਰੀਬਨ ਆਪਦੇ ਇੰਸੀਡੈਂਟ ਜਿਹੜੇ ਸੀਗੇ ਹੈ ਨਾ ਵੀ ਢਾਬਿਆਂ ਵਾਲੇ ਇਹ ਸਾਰੇ ਕੀਤੇ ਹੀ ਹੋਏ ਆਪਾਂ ਸਾਰਿਆਂ ਨੇ ਉਸ ਏਜ ਦੇ ਵਿੱਚ ਤਾਂ ਉਹ ਜ਼ਿਆਦਾ ਓਰੀਜਨਲ ਦੇ ਨੇੜੇ ਹੀ ਆ ਵਾਕਈ ਉਹ ਮੇਰੇ ਪਰਸਨਲ ਦੇ ਵੀ ਨੇੜੇ ਆ ਧਰਮਿੰਦਰ ਮੇਰਾ ਨਾਂ ਪਿਆ ਹੋਇਆ ਸੀਗਾ ਈਵਨ ਕਲਾਸ ਦੇ ਵਿੱਚ ਵੀ ਬੰਬੇ ਮੈਨੂੰ ਧਰਮਿੰਦਰ ਕਹਿੰਦੇ ਸੀ ਪਿੰਡ 'ਚ ਵੈਸੇ ਖਿਜਾਉਣ ਲਈ ਕਹਿੰਦੇ ਸੀ ਆ ਗਿਆ ਧਰਮਿੰਦਰ ਤਾਂ ਉਹ ਸੱਚੀ ਬਹੁਤ ਨੇੜੇ ਹੈਗਾ ਕੈਰੇਕਟਰ ਮੇਰੀ ਲਾਈਫ ਦੇ ਵੀ ਬਿਲਕੁਲ ਤੇ ਜਿੰਨੇ ਵਾਕਈ ਤੁਸੀਂ ਜਦੋਂ ਤੁਸੀਂ ਇੱਥੇ ਚੰਡੀਗੜ੍ਹ ਆਏ ਸੀਗੇ ਇੰਨੇ ਢਾਬਿਆਂ ਢਾਬੇ ਤੋਂ ਖਾ ਕੇ ਇੱਕ ਵਾਰ ਨਾ 8-9 ਜਾਣੇ ਇਕੱਠੇ ਹੋ ਗਏ ਰਹਿਣ ਲੱਗ ਗਏ ਖਰਚਾ ਖੁਰਚਾ ਸਿੱਧਾ ਹਿਸਾਬ ਵੱਜਵਾਂ ਹੀ ਹੁੰਦਾ ਸੀਗਾ ਸਾਨੂੰ ਪਤਾ ਲੱਗ ਗਿਆ ਵੀ 17 ਦੇ ਬੱਸ ਅੱਡੇ ਤੇ ਰੋਟੀ ਸਭ ਤੋਂ ਸਸਤੀ ਮਿਲਦੀ ਆ ਅਸੀਂ ਉੱਥੇ ਜਾਣ ਲੱਗ ਗਏ ਉਹ ਸਰਕਾਰੀ ਢਾਬਾ ਸੀ ਉਹ ਕਹਿੰਦੇ ਯਾਰ ਇੱਥੋਂ ਦਾ ਜੇ ਖਾ ਕੇ ਭੱਜ ਵੀ ਜਾਇਆ ਕਰੀਏ ਮੁਲਾਜ਼ਮ ਲੋਕ ਨੇ ਇਹਨਾਂ ਨੇ ਆਪਣਾ ਤਾਂ ਕੀ ਲੈ ਜਾਣਾ ਇਹ ਅਸੀਂ ਕਹੇ ਵੀ ਇਹ ਵੀ ਠੀਕ ਆ ਦੇਖ ਲੈਂਦੇ ਆ ਕਰਕੇ ਅਸੀਂ 8 ਜਾਣੇ 2 ਮੋਟਰਸਾਈਕਲਾਂ ਦੇ ਖਾ ਕੇ ਉੱਥੋਂ ਭੱਜਣ ਲੱਗ ਗਏ 2 ਦਿਨ ਲੰਘ ਗਏ 3 ਦਿਨ ਲੰਘ ਗਏ 1 ਦਿਨ ਉਹਦੇ ਬੰਦੇ ਨੇ ਰੋਕ ਲਿਆ ਉਹ ਕਹਿੰਦਾ ਯਾਰ ਤੁਸੀਂ ਕੀ ਭੱਜਦੇ ਰਹਿੰਦੇ ਹੋ ਖਾ ਖੂ ਕੇ ਤੁਸੀਂ ਕਹਿੰਦਾ 100 ਰੁਪਇਆ ਮੈਨੂੰ ਹੀ ਦੇ ਜਾਇਆ ਕਰੋ ਵੀ ਖਾ ਲਿਆ ਕਰੋ ਅਸੀਂ ਕਹਿ ਰਹੇ ਵੀ ਸੌਦਾ ਠੀਕ 8 ਜਣੇ ਨੂੰ ਤਾਂ 100 ਕੋਈ ਵਾਲਾ ਨੀ ਅਸੀਂ ਰੁਪਈਏ ਪਾ ਕੇ ਉਹਨੂੰ 100 ਰੁਪਇਆ ਦੇਣ ਲੱਗ ਗਏ 100 ਰੁਪਇਆ ਵੀ ਕੋਟਰੀ ਖਾ ਹਾਂ ਉਹ ਮੁੜ ਕੇ ਜੀ ਚਲੋ ਜਦੋਂ ਹੁਣ ਐਂ ਪਤਾ ਲੱਗ ਗਿਆ ਵੀ ਆਪਾਂ ਤਾਂ ਲੀਗਲ ਬੈਠੇ ਹਾਂ ਇੱਥੇ ਵੀ ਆ ਇਹਨੇ ਸਾਂਭਣਾ ਇਹਨੂੰ ਰੁਪਈਏ ਦੇ ਤੇ ਉਹ ਫਿਰ ਜਿਹੜੀ ਮਾੜੀ ਮੋਟੀ ਗ੍ਰੇਵੀ ਗਰੂਵੀ ਪਤਾ ਕਰੂੰ ਵੀ ਚੌਲ ਮੰਗਾ ਲਿਆ ਕਰਨ ਇੱਕ ਟਾਈਮ ਤਾਂ ਰੋਟੀ ਖਾਣੀ ਹੁੰਦੀ ਫਿਰ ਐਂ ਕਿਹਾ ਵੀ ਇਸ ਤੋਂ ਬਾਅਦ 2-3 ਦਿਨ ਦਿੱਤੇ ਉਹਨੂੰ ਫਿਰ ਇੱਕ ਨੇ ਦਿਮਾਗ ਲਾਇਆ ਕਹਿੰਦਾ ਯਾਰ ਕਾਣਾ ਤਾਂ ਇਹ ਵੀ ਹੋ ਗਿਆ ਇਹਨੂੰ ਵੀ ਕੀ ਦੇਣ ਦੀ ਲੋੜ ਹੈ ਹੁਣ ਆਪਾਂ ਵੀ ਆਪਾਂ ਹੁਣ ਵੀ ਭੱਜਿਆ ਹੀ ਕਰੋ ਫਿਰ ਅਸੀਂ 2 ਦਿਨ ਫਿਰ ਐਂ ਭੱਜੇ ਉਹ ਕਹਿੰਦਾ ਯਾਰ ਤੁਸੀਂ ਫਿਰ ਭੱਜਣਾ ਸੀਗਾ ਵੀ ਤੂੰ ਵੀ ਕਾਣਾ ਹੀ ਆ ਹੁਣ ਵੀ ਤੇਰੀ ਨੌਕਰੀ ਦਾ ਸਵਾਲ ਉਹ ਚੁੱਪ ਕਰਕੇ ਖਵਾਈ ਚੱਲ ਜਿੰਨੇ ਦਿਨ ਹੈਗਾ ਇਹ ਨਹੀਂ ਸੀ ਵੀ ਗਰੀਬੀ ਕੋਈ ਬਹੁਤ ਸੀ ਆਏ ਨਹੀਂ ਸੀ ਵੀ ਮੰਗ ਮੰਗ ਕੇ ਖਾਣ ਵਾਲਾ ਵੈਸੇ ਆਦਤ ਸੀ ਵੀ ਖਰਚੇ ਇੰਨਾ ਕੁ ਮਿਲਣਾ ਇਹਨੂੰ ਬਚਾ ਲਓ ਜਿੰਨਾ ਬਚਦਾ ਯਾਰ ਊਂ ਤਾਂ ਪੈਸੇ ਨੀ ਰਹਿਣੇ ਫਿਰ ਕੋਲੇ ਇੱਕ ਹੁੰਦਾ ਕਿਰਾਇਆ ਗੁਰੂ ਹੈ ਜੇ ਉਹ ਐਂ ਵੀ ਨਹੀਂ ਹੁਣ ਕਈ ਵਾਰ ਇਹ ਲੱਗਦਾ ਹੁੰਦਾ ਵੀ ਖਾਣੀ ਖਾ ਕੇ ਤਾਂ ਇੱਕ ਉਹ ਬੰਬੇ ਵਾਲੀਆਂ ਸਕ੍ਰਿਪਟਾਂ ਹੀ ਹੁੰਦੀਆਂ ਨਾ ਵੀ ਸਟੇਸ਼ਨ ਤੇ ਪਏ ਪਰ ਉਹ ਨਹੀਂ ਸੀਗਾ ਵੀ ਵਧੀਆ ਘਰ ਘੁਰ ਲਏ ਹੋਏ ਸੀਗੇ ਰਹਿਣੇ ਨੂੰ ਬਸ ਆਦਤਾਂ ਤੋਂ ਮਜਬੂਰ ਸੀਗੇ ਵੀ ਪੈਸਾ ਨੀ ਖਰਚਣਾ ਜਾਂ ਇੱਕ ਉਮਰ ਦੀ ਹੁੰਦੀ ਹੈ ਨਾ ਆਪਾਂ ਨੂੰ ਸ਼ਰਾਰਤ ਕਰਕੇ ਮਜ਼ਾ ਆਉਂਦਾ ਇਹ ਪਤਾ ਨੀ ਹੁਣ ਮਤਲਬ ਉਹ ਅਜੀਬ ਸ਼ਰਾਰਤਾਂ ਹੁੰਦੀਆਂ ਸੀ ਹੁਣ ਤਾਂ ਉਹ ਭੈੜੀਆਂ ਲੱਗਦੀਆਂ ਜੇ ਕੋਈ ਆਪਦੇ ਨਾਲ ਕਰਦੇ ਪਰ ਉਦੋਂ ਉਮਰ ਹੁੰਦੀ ਹੈ ਹਨਾ ਉਦੋਂ ਕਰ ਲੈਂਦੇ ਸੀ ਕੁਝ ਸਵਾਦ ਆਉਂਦਾ ਇੱਕ ਇੱਕ ਉਹਦਾ ਡਾਇਲੌਗ ਬੜਾ ਸੋਹਣਾ ਵਾ ਇੱਕ ਤਾਂ ਪਹਿਲੇ ਹੀ ਐਪੀਸੋਡ ਦਾ ਵਾ ਜਿਹੜਾ ਬਹੁਤ ਸਾਰੇ ਲੋਕਾਂ ਨੇ ਯੂਟਿਊਬ ਤੇ ਕਮੈਂਟ ਸੈਕਸ਼ਨ 'ਚ ਵੀ ਲਿਖਿਆ ਹੋਇਆ ਸੀਗਾ ਜਨਾਨੀ ਮੂਹਾਂ ਜਿਹਾ ਮੈਂ ਲਿਖਿਆ ਵੀ ਸੀ ਬੰਦੇ ਮੂੰਹਾਂ ਬੰਦਾ ਮੂੰਹਾਂ ਜਿਹਾ ਅੰਨਾ ਹੋਇਆ ਤੇ ਇੱਕ ਮੈਨੂੰ ਉਹ ਡਾਇਲੌਗ ਬੜਾ ਸੋਹਣਾ ਲੱਗਿਆ ਬੰਦੇ ਸਿਰਫ 2 ਹੀ ਚੀਜ਼ਾਂ ਹੁੰਦੀਆਂ ਨੇ ਜਾਂ ਛੱਤ ਜਾਂ ਕਰ ਜਾ ਹੈਨਾ ਉਹ ਵਾਲੀਆਂ ਚੀਜ਼ਾਂ ਉਹ ਵੀ ਮੈਨੂੰ ਲੱਗਦਾ ਨਿੱਜੀ ਜ਼ਿੰਦਗੀ ਦਾ ਤੁਹਾਡਾ ਕਾਫੀ ਤਜਰਬਾ ਮੈਂ ਆਉਂਦੀ ਹੋਈ ਤੁਹਾਡੀ ਇੱਕ ਇੰਟਰਵਿਊ ਸੁਣ ਰਹੀ ਸੀਗੀ ਮਿਡਲ ਕਲਾਸ ਦਾ ਹੁੰਦਾ ਹੀ ਹੈ ਜੀ ਇੱਕ ਨਾ ਹੋਰ ਵੀ ਮੈਨੂੰ ਬਹੁਤ ਸ਼ੁਰੂ ਤੋਂ ਹੀ ਰਹਿੰਦਾ ਹੁਣ ਚਲੋ ਪਤਾ ਨਹੀਂ ਅੱਗੇ ਵੀ ਕਿੰਨਾ ਕੁ ਕੰਮ ਹੋਣਾ ਕਿੰਨਾ ਕੁ ਕਰਨਾ ਆਪਾਂ ਐਵੇਂ ਇੱਕ ਤਾਂ ਉਹ ਹੁੰਦੀਆਂ ਨਾ ਜੀ ਅੱਗੇ ਆਹ ਕਰ ਰਹੇ ਹਾਂ ਉਹਦਾ ਕੁਛ ਨਹੀਂ ਪਤਾ ਪਰ ਮੈਨੂੰ ਇਹ ਬਹੁਤ ਰਹਿੰਦਾ ਵੀ ਜਾਂ ਤਾਂ ਫਿਲਮਾਂ ਗਾਣਿਆਂ 'ਚ ਅਮੀਰ ਦੀ ਗੱਲ ਹੁੰਦੀ ਹੈ ਜਾਂ ਗਰੀਬ ਦੀ ਮਿਡਲ ਕਲਾਸ ਤਾਂ ਕਿਤੇ ਮਤਲਬ ਕਰਦੇ ਹੀ ਨਹੀਂ ਹੈ ਨਾ
ਐਗਜ਼ਿਸਟ ਹੀ ਨਹੀਂ ਕਰ ਪਾਉਂਦਾ ਇਹ 'ਚ ਸੋ ਸਾਨੂੰ ਮੈਨੂੰ ਸ਼ੁਰੂ ਤੋਂ ਹੀ ਹੁੰਦਾ ਵੀ ਹੁਣ ਜੋ ਆਪਾਂ ਗੱਲ ਕਰੀਏ ਉਹ ਮਿਡਲ ਕਲਾਸ ਦੀ ਜ਼ਿਆਦਾ ਹੋਵੇ ਹੈ ਤਾਂ ਜ਼ਿਆਦਾਤਰ ਬੇਸਿਕਲੀ ਦੇਖਿਆ ਜਾਵੇ ਮਿਡਲ ਕਲਾਸ ਹੀ ਆਪਾਂ ਪੰਜਾਬ ਦੇ ਜੰਗਲ ਹਨਾ ਆਬਾਦੀ ਸਾਰੀ ਕਰਜ਼ਾ ਤਾਂ ਫਿਰ ਸਾਰਿਆਂ ਦੇ ਸਿਰ ਸ਼ੁਰੂ ਤੋਂ ਹੀ ਹੁੰਦਾ ਹਜੇ ਤਾਂ ਸਾਡਾ ਇੱਕ ਫੇਵਰੇਟ ਡਾਇਲੋਗ ਤਾਂ ਹੋਣਾ ਹਜੇ ਮੇਰਾ ਕਰਜ਼ੇ ਦੇ ਰਿਲੇਟਡ ਦਾ ਬਾਈ ਦਾ ਸੀਗਾ ਵੈਸੇ ਡਾਇਲੋਗ ਤਾਂ ਤੇ ਉਹ ਮੇਰਾ ਬੜਾ ਪਸੰਦੀਦਾ ਡਾਇਲੋਗ ਆ ਵੀ ਵਧੀਆ ਲੱਗਦਾ ਮੈਨੂੰ ਬਾਈ ਨੇ ਬੋਲਿਆ ਬੜਾ ਘੈਂਟ ਉਹ ਅਗਲੇ ਚ ਹੀ ਆਉਣਾ ਗੁਲਾਬ ਹੁਣਾਂ ਨੇ ਗਾਇਆ ਹੋਇਆ ਹਨਾ ਉਹ ਬਹੁਤ ਸੋਹਣਾ ਆ ਪਰ ਮੇਰੇ ਜਿਹੜੇ ਦੋ ਫੇਵਰੇਟ ਗਾਣੇ 7 ਐਪੀਸੋਡ ਦੇ ਨੇ ਉਹ 4th ਐਪੀਸੋਡ ਚ ਨੇਗੇ ਜਿਹੜੇ 4th ਐਪੀਸੋਡ ਦੇ ਦੋਨੇ ਗਾਣੇ ਨੇਗੇ ਕਿਰਨ ਹੁਣਾਂ ਦੇ ਨਾਲ ਤੁਹਾਡਾ ਫਿਲਮ ਆਇਆ ਹੋਇਆ ਉਹ ਬਹੁਤ ਸੋਹਣੇ ਗਾਣੇ ਨੇਗੇ ਮਿਊਜ਼ਿਕ ਕਿਵੇਂ ਸਾਰਿਆਂ ਨੇ ਇਕੱਠਿਆਂ ਡਿਸਾਈਡ ਕੀਤਾ ਜਾਂ ਕਿੱਦਾਂ ਮਿਊਜ਼ਿਕ ਐਕਚੁਅਲੀ ਮੈਂ ਤਾਂ ਹੁਸਤਿੰਦਰ ਦਾ ਗਾਣਾ ਵੀ ਐਕਸਪੈਕਟ ਕਰ ਰਹੀ ਮਿਊਜ਼ਿਕ ਨਾ ਮਿਊਜ਼ਿਕਲੀ ਸਗੋਂ ਸਾਨੂੰ ਨਾ ਇਹ ਟਾਈਮ ਘੱਟ ਮਿਲਿਆ ਅੱਛਾ ਜ਼ਿਆਦਾ ਟਾਈਮ ਨਹੀਂ ਮਿਲਿਆ ਕਿਉਂਕਿ ਬਹੁਤ ਪੋਸਟ ਦਾ ਕੰਮ ਚੱਲੀ ਜਾਂਦਾ ਸੀ ਨਾਲੋ ਨਾਲ ਮਿਊਜ਼ਿਕ ਇਹੋ ਜਿਹੀ ਚੀਜ਼ ਹੈ ਜਿਹੜੀ ਬਹੁਤ ਮਤਲਬ ਪਿਕ ਕਰਨੀ ਪੈਂਦੀ ਆ ਬਟ ਲੱਕੀ ਸੀਗੇ ਅਸੀਂ ਸਾਡੇ ਕੋਲੇ ਇਨ ਹਾਊਸ ਬੰਦੇ ਟੈਲੈਂਟਡ ਹੈਗੇ ਸੀ ਗੱਗ ਨੇ ਗਾਣੇ ਲਿਖੇ ਸੀ ਗੱਗ ਬਰਾੜ ਉਹ ਬਰੇਟਾ ਬੋਇਸ ਵੀ ਕਰ ਰਿਹਾ ਜਿਹੜਾ ਵਿੱਚ ਉਹਦੇ ਲਿਖੇ ਹੋਏ ਗਾਣੇ ਆ ਫਿਰ ਉਹ ਥੋੜਾ ਜਿਹਾ ਅਸੀਂ ਟਾਈਮ ਲੈ ਲਿਆ ਉਹਨਾਂ ਤੋਂ ਬੈਠ ਵੀ ਗਏ ਥੋੜੀ ਜੈਮਿੰਗ ਜੂਮਿੰਗ ਜੀ ਕਰਕੇ ਫਿਰ ਸਟੋਰੀ ਉਹਨਾਂ ਨੂੰ ਪਹਿਲੇ ਦਿਨ ਪਤਾ ਸੀ ਪਹਿਲੇ ਦਿਨ ਤੋਂ ਹੀ ਕਿਉਂਕਿ ਉਹ ਇਨਵੋਲਵ ਵੀ ਸੀ ਸਾਡੇ ਗਰੁੱਪ ਜੋ ਸੀਗੇ ਤੇ ਮਿਊਜ਼ਿਕ ਉਦਾਂ ਵਧੀਆ ਬਣਦਾ ਗਿਆ ਗੈਫੀ ਨੇ ਮਿਊਜ਼ਿਕ ਕੀਤਾ ਸੀ ਬਹੁਤ ਟੈਲੈਂਟਡ ਆ ਮੁੰਡਾ ਉਮਰ ਤਾਂ ਬਹੁਤ ਛੋਟੀ ਆ ਉਹਦੀ ਬਟ ਬਹੁਤ ਉਹਦਾ ਫਿਊਚਰ ਆ ਗਾਣੇ ਥੋੜਾ ਸੈਂਸ ਵੀ ਹੈਗੀ ਸੀ ਸਾਰਿਆਂ ਨੂੰ ਜਿੰਨੇ ਵੀ ਬੈਠੇ ਗਾਣੇ ਦਾ ਐਂ ਲੱਗਿਆ ਸੀ ਮੈਨੂੰ ਤਾਂ ਜਿੱਦਣ ਇਹਨਾਂ ਸੁਣਾਇਆ ਸੀ ਮੈਂ ਕਿਹਾ ਯਾਰ ਚਲੋ ਆਪਦੀ ਚੀਜ਼ ਕਰਕੇ ਨਹੀਂ ਕਹਿੰਦੇ ਵੀ ਖਾਨਾ ਪੂਰਤੀ ਨਹੀਂ ਹੈਗੀ ਨਹੀਂ ਤਾਂ ਫਿਲਮਾਂ 'ਚ ਖਾਨਾ ਪੂਰਤੀ ਹੁੰਦੀ ਹੈ ਵਾਕਈ ਤੇ ਸੀਰੀਜ਼ ਦੇ ਵਿੱਚ ਕੋਈ ਮਿਊਜ਼ਿਕ ਨੂੰ ਇੰਨਾ ਜ਼ਿਆਦਾ ਸੀਰੀਅਸ ਮੈਨੂੰ ਲੱਗਦਾ ਲੈਂਦਾ ਵੀ ਨਹੀਂ ਜਾਂ ਮੇਰਾ ਕੋਈ ਬਹੁਤ ਐਕਸਪੀਰੀਅੰਸ ਨਹੀਂ ਪਰ ਮੈਨੂੰ ਲੱਗਦਾ ਵੈਬ ਸੀਰੀਜ਼ 'ਚ ਮਿਊਜ਼ਿਕ ਦੀ ਥਾਂ ਵੀ ਘੱਟ ਹੁੰਦੀ ਹੈ ਬਹੁਤ ਘੱਟ ਹੁੰਦੀ ਬਹੁਤ ਘੱਟ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਜਿਹੜਾ ਗਾਣਾ ਮੇਰੇ ਤੇ ਕਿਰਨ ਤੇ ਚੱਲਦਾ ਉਹਦਾ ਇੱਕ ਪੈਰਾ ਹੀ ਆ ਹਾਂ ਉਹ ਜਗ੍ਹਾ ਨਹੀਂ ਬਾਜਦੀ ਫਿਰ ਨਹੀਂ ਹਾਂ ਐਕਚੁਅਲੀ ਕੁਐਸਚਨ ਹੈ ਸਾਨੂੰ ਇਹ ਸੀਗਾ ਕਿ ਥੋੜਾ ਆਪਦਾ ਵੀ ਟ੍ਰੇਲਰ ਦੇ ਦਈਏ ਕਿ ਅਸੀਂ ਕੰਮ ਵੀ ਤੁਹਾਨੂੰ ਆਉਂਦਾ ਥੋੜਾ ਸਾਨੂੰ ਇਹ ਸੀ ਕਿ 70 ਐਮਐਮ ਦੇ ਹਿਸਾਬ ਨਾਲ ਕੁਐਸਚਨ ਕੁਝ ਕ੍ਰੀਏਟ ਕਰ ਲਈਏ ਸਿਚੁਏਸ਼ਨ ਦੇ ਹਿਸਾਬ ਨਾਲ ਸੌਂਗਸ ਬਣੇ ਹੋਣ ਸੌਂਗਸ ਇੰਨੇ ਕੰਟੈਂਪਰੇਰੀ ਨਾ ਹੋਣ ਕਿ ਬੇਤੁਕੇ ਲੱਗਣ ਉਹਨਾਂ ਦੀ ਵਰਡਿੰਗ ਉਹਨਾਂ ਦੀ ਭਾਸ਼ਾ ਉਹਨਾਂ ਦੀ ਸ਼ੈਲੀ ਬਿਲਕੁਲ ਸਿਨੇਮੈਟਿਕ ਵੀ ਹੋਵੇ ਬਟ ਨਵੇਂ ਮੁੰਡਿਆਂ ਨੂੰ ਨਵੀਂ ਜਨਰੇਸ਼ਨ ਨੂੰ ਉਹ ਜੋੜ ਵੀ ਸਕਣ ਸੋ ਉਹ ਚੀਜ਼ਾਂ ਧਿਆਨ ਚ ਰੱਖ ਕੇ ਫਿਰ ਮਿਊਜ਼ਿਕ ਬਣਾਇਆ ਠੀਕ ਹੈ ਤੇ ਜਿਹੜਾ ਮੇਰਾ ਹੁਣ ਤੱਕ ਦੇ 7 ਐਪੀਸੋਡ ਦਾ ਉਹ ਸੀਨ ਜਿੱਤੇ ਮੈਨੂੰ ਨਾ ਬਾਅਦ ਚੋਂ ਆਪ ਹੀ ਇਮੈਜਿਨ ਕਰ ਹਾਸਾ ਹੀ ਜਦੋਂ ਉਹਦੇ ਨਾਲ ਮੋਹਿਤ ਦੇ ਨਾਲ ਸ਼ਿਫਟ ਹੁੰਦੇ ਨੇ ਇੱਕ ਤਾਂ ਤੁਸੀਂ ਕੀ ਕਹਿੰਦੇ ਉਹਨੂੰ ਮੋਹਿਤ ਕਹਿੰਦੇ ਹੋ ਨਾ ਮੋਹਿਤ ਦੇ ਨਾਲ ਜਦੋਂ ਸ਼ਿਫਟ ਹੁੰਦੇ ਨੇ ਤਾਂ ਉਹਨੂੰ ਵਿਚਾਰੇ ਨੂੰ ਬਾਲਕਨੀ 'ਚ ਕੱਢ ਦਿੰਦੇ ਨੇ ਤਾਂ ਜਿਹੜਾ ਪੂਰਾ ਸੀਨ ਆ ਮੋਹਿਤ ਤੁਹਾਡੀ ਸਕਿਨ ਜਾਂ ਕੁਛ ਕਹਿੰਦਾ ਥੱਲੇ ਔਖਾ ਹੋਏਗਾ ਉਹ ਸ਼ਾਇਦ ਕਿਸੇ ਨੂੰ ਲੱਗੂਗਾ ਵੀ ਇਹਦੇ 'ਚ ਕਿੰਨੇ ਇਹਦੇ 'ਚ ਇੰਨੇ ਹੱਸਣ ਵਾਲੀ ਕਿਹੜੀ ਗੱਲ ਆ ਪਰ ਜਦੋਂ ਤੁਸੀਂ ਸੀਨ ਦੀ ਕਲਪਨਾ 'ਚ ਜਾਂਦੇ ਹੋ ਉਸ ਚੀਜ਼ ਨੂੰ ਤੁਸੀਂ ਫੀਲ ਕਰਦੇ ਹੋ ਵੀ ਯਾਰ ਆਪਾਂ ਜਦੋਂ ਆਮ ਜ਼ਿੰਦਗੀ 'ਚ ਵੀ ਕਿਉਂਕਿ ਸਾਡੇ ਆਪਣੇ ਪਰਿਵਾਰਾਂ 'ਚ ਹਾਸਾ ਠੱਠਾ ਆਮ ਹੀ ਹੁੰਦਾ ਹੈ ਨਾ ਅਤੇ ਪਿੰਡ ਪਰਿਵਾਰ 'ਚ ਕੋਈ ਇੱਕ ਕਰੈਕਟਰ ਇੱਦਾਂ ਦਾ ਹੁੰਦਾ ਵੀ ਆ ਦੀਪੇ ਵਰਗਾ ਹੈ ਨਾ ਜਿਹੜਾ ਕਿ ਹਰ ਟਾਈਮ ਕੋਮੇਡੀ ਦੇ ਮੂਡ 'ਚ ਹੀ ਹੁੰਦਾ ਆ ਜਾਂ ਉਹਦਾ ਸੁਭਾਅ ਇੱਦਾਂ ਦਾ ਹੁੰਦਾ ਵੀ ਉਹਦੀ ਸਰਸਰੀ ਕਹੀ ਗੱਲ 'ਤੇ ਵੀ ਤੁਹਾਨੂੰ ਬੜਾ ਹਾਸਾ ਆਉਂਦਾ ਨਾ ਜਦੋਂ ਕਹਿੰਦਾ ਦੇਖ ਲਾ ਥੱਲੇ ਔਖਾ ਹੋਏਗਾ ਮੈਨੂੰ ਉਸ ਗੱਲ 'ਤੇ ਹੀ ਬਹੁਤ ਹਾਸਾ ਆਇਆ ਹੈ ਨਾ ਸੋ ਇੱਕ ਇੰਟਰਵਿਊ 'ਚ ਮੈਂ ਸੁਣ ਵੀ ਰਹੀ ਸੀਗੀ ਕਿ ਪੂਰੇ ਸੀਨ ਲਿਖਦੇ ਹੋਏ ਤੁਸੀਂ ਆਪਸ 'ਚ ਵੀ ਬਹੁਤ ਜ਼ਿਆਦਾ ਹੱਸੇ ਕੰਟਰਾਸਟ ਜਿਹੜਾ ਬਣਾਉਣਾ ਚਾਹੁੰਦੇ ਸੀ ਉਹ ਬਣ ਗਿਆ ਆਪ ਹੀ ਇਹ ਨੀ ਸੀ ਵੀ ਮਿਥਿਆ ਹੋਇਆ ਵੀ ਐਡਾ ਕੰਟਰਾਸਟ ਡਾਰਕ ਜਾ ਉੜੂਗਾ ਵੀ ਇੱਕ ਬੰਦਾ ਹਿਮਾਚਲ ਦਾ ਤੇ ਉਹਨੂੰ ਜਮਾ ਠੇਠ ਮੁੰਡੇ ਮਿਲ ਪਏ ਤੇ ਉਹਨੇ ਤਾਂ ਵਿਚਾਰੇ ਨੇ ਵੈਸੇ ਹਾਮੀ ਭਰਤੀ ਵੀ ਆ ਜਾਓ ਯਾਰ ਕਦੇ ਤੇ ਸਮਾਨ ਲੈ ਕੇ ਪਹੁੰਚ ਗਏ ਉਹ ਕਹਿੰਦਾ ਕਹਿੰਦਾ ਯਾਰ ਚੰਗਾ ਜਿਹਾ ਨੀ ਲੱਗਦਾ ਕਹਿੰਦਾ ਨਹੀਂ ਯਾਰ ਯਾਰ ਦੋਸਤ ਕਿਸੇ ਦੇ ਬੋਝ ਥੋੜੀ ਹੁੰਦਾ ਹੁਣ ਤੂੰ ਮੇਰੇ ਕੋਲ ਐਸੀ ਤੂੰ ਮੇਰੇ ਤੇ ਬੋਝ ਥੋੜੀ ਸੀ ਮਾਮਾ ਸਾਰੀ ਉਹਦੀ ਬੈਂਕ ਕਾਲੀ ਕਰਦੀ ਉਹ ਵੀ ਤੇ ਮੈਨੂੰ ਅਸਲ 'ਚ ਮੈਨੂੰ ਇੱਕ ਮੈਨੂੰ ਪਰਸਨਲੀ ਦੋ ਚਾਰ ਬੜੇ ਪਸੰਦ ਸੀਗੇ ਜਦੋਂ ਬਾਈ ਮੇਰੇ ਕੋਲ ਆਉਂਦਾ ਮਤਲਬ ਧਰਮਿੰਦਰ ਆਇਆ ਤਾਂ ਉਹ ਕਹਿੰਦਾ ਰੋਟੀ ਨੂੰ ਕਹਿ ਦੇ ਹੁਣ ਪਿੰਡ ਪਿੰਡ ਐ ਭੂਮਿਕਾ ਬਣੀ ਹੁੰਦੀ ਆ ਅਸਲ 'ਚ ਹੁਣ ਤਾਂ ਟ੍ਰਾਂਸਪੇਰੈਂਟ ਆ ਕੰਮ ਸਟੋਰੀਆਂ ਸਟੋਰੀਆਂ ਇਹ ਉਹ ਹਨਾ
ਅੱਗੇ ਤਾਂ ਇਹ ਹੁੰਦਾ ਸੀ ਵੀ ਯਾਰ ਜੇ ਜਿਹੜਾ ਚੰਡੀਗੜ੍ਹ ਰਹਿੰਦਾ ਵੀ ਇਹ ਤਾਂ ਪਤਾ ਹੀ ਨਹੀਂ ਕਿਵੇਂ ਰਹਿੰਦਾ ਹੋਊਗਾ, ਬੋਲਣਾ ਹੀ ਹੁੰਦਾ ਸੀ ਕਿਉਂਕਿ ਸਾਡੇ ਵਰਗੇ ਫੁਕਰਿਆਂ ਨੇ ਪਿੰਡ ਕੂਕ ਕੂਕ ਲੈ ਕੇ ਉੱਤਰ ਜਾਣਾ, ਉਹਨਾਂ ਨੂੰ ਹੁੰਦਾ ਸੀ ਵੀ ਇਹਦੀ ਬਾਈ ਓਕੇ ਰਿਪੋਰਟ ਹੈ। ਮੈਂ ਤਾਂ ਵਾਲੇ ਆਏ ਜੇ ਪਹਿਲਾਂ ਸਟੰਟ ਜੇ ਕੀਤੇ 2 ਸਾਲ ਵੀ ਕੂਕ ਜਿਹਾ ਲੈ ਕੇ ਜਾਣਾ ਵੀ ਇਹਨਾਂ ਨੂੰ ਐਂ ਲੱਗੇ ਪਿੰਡ ਦਿਆਂ ਨੂੰ ਵੀ ਬਹੁਤ ਓਕੇ ਰਿਪੋਰਟ ਰਹਿੰਦਾ ਇਹ ਤਾਂ ਉੱਥੇ। ਉਹ ਸੇਮ ਉਵੇਂ ਸੀ ਵੀ ਧਰਮਿੰਦਰ ਨੂੰ ਐਂ ਸੀ ਵੀ ਦੀਪਾ ਤਾਂ ਉੱਥੇ ਬਹੁਤ ਮਾਹੌਲ 'ਚ ਹੈ, ਉਹ ਜਾ ਕੇ ਕਹਿੰਦਾ ਆਪਦੀ ਕੋਠੀ ਇਹ ਤੋਂ ਬਾਅਦ ਕਹਿੰਦਾ ਅੱਛਾ ਤੂੰ ਆਪ ਬਣਾਉਣਾ ਕਹਿੰਦਾ ਰੋਟੀ ਭਰਾਵਾ ਹੋਰ ਕਿੱਥੋਂ ਕਰਨੀ। ਹਾਲਾਂਕਿ ਮੇਰੇ ਬਹੁਤ ਦਿਲ ਦੇ ਨੇੜੇ ਸੀ ਉਹ ਕੈਰੇਕਟਰ ਸ਼ੇਰੂ ਸੱਪ ਦਾ, ਮੇਰੇ ਪਿੰਡ ਦਾ ਹੀ ਮੁੰਡਾ ਉਹਦਾ ਹੈਗਾ ਤੇ, ਪਰ ਉਹਦਾ ਕੁਛ ਅੰਤ ਜਾਂ ਐਂਡ ਜਾਂ ਬਣਦਾ ਨਹੀਂ ਸੀ, ਜਰਨੀ ਨਹੀਂ ਸੀ ਬਣਦੀ ਪਿੰਡ ਦੇ ਬੰਦੇ, ਉਹਨੇ ਵਾਪਸ ਪਿੰਡ ਹੀ ਚਲੇ ਜਾਣਾ, ਫਿਰ ਉਹਨੇ ਲਮਕਦੇ ਰਹਿਣਾ ਸੀ, ਫਿਰ ਉਹ ਐਂ ਲੱਗਣਾ ਸੀਗਾ ਵੀ ਇਹ ਵਿੱਚ ਵਿੱਚ ਦੀ ਇਹਨੂੰ ਪਤਾ ਨਹੀਂ ਕਾਮੇਡੀ ਕਰਨ ਲਈ ਲੈ ਕੇ ਆ ਰਹੀ ਹੈ। ਸਾਡਾ ਕਾਮੇਡੀ ਦਾ ਮਤਲਬ ਇਹ ਸੀਗਾ ਸਾਹਿਬ ਵਿੱਚ ਵੀ ਸਾਨੂੰ ਇਹ ਸੀ ਵੀ ਕੁਛ ਵੀ ਇਹੋ ਜਿਹਾ ਕ੍ਰੀਏਟ ਨਹੀਂ ਕਰਨਾ ਵੀ ਇੱਕ ਪੰਚ ਵੱਜਿਆ ਤੇ ਉਹ ਖਤਮ ਹੋ ਜੇ, ਜਿਵੇਂ ਤੁਸੀਂ ਕਹਿੰਦੇ ਤੁਹਾਨੂੰ ਉਸ ਗੱਲ ਤੇ ਹਾਸਾ ਆਇਆ ਨਾ ਵੀ ਥੱਲੇ ਔਖਾ ਹੋਏਗਾ ਹਨਾ। ਐਕਚੁਲੀ ਅਸੀਂ ਕੇਰੀ ਲਿਖਦੇ ਲਿਖਦੇ ਇਹ ਫੀਲ ਕਰਦੇ ਹੁੰਦੇ ਸੀ ਵੀ ਆਹ ਚੀਜ਼ ਜਿਹਨੂੰ ਸਮਝ ਆ ਗਈ ਉਹ ਤਾਂ ਹੱਸੂਗਾ, ਨਹੀਂ ਇਹ ਕਿਸੇ ਲਈ ਕੁਛ ਨਹੀਂ ਕੁਛ ਨਹੀਂ ਹੈਗੀ। ਦੂਜੇ ਮੈਨੂੰ ਹੱਸ ਆਇਆ ਵੀ ਜਦੋਂ ਆਪ ਸਾਰੀ ਰਾਤ ਸੌਂ ਸੁਲੇ ਸਵੇਰੇ ਉਹਨੂੰ ਜਾਣ ਕੇ ਕਹਿੰਦਾ ਉਹ ਤੇ ਤਾਂ ਪੈ ਗਿਆ। ਹਾਂ ਵੀ ਇੱਕ ਉਹ ਆਇਆ ਸੀ ਨਾ ਮਸਾਂ ਦਾ ਸੌਂ ਇਹ ਹੁੰਦਾ ਸੀਗਾ ਜੀ ਜਦੋਂ ਬਾਹਲੇ ਮੁੰਡੇ ਰਹਿੰਦੇ ਸੀ ਨਾ ਇਕੱਠੇ ਹੋਏ ਜਾਣ ਲੱਗੇ ਕਹਿੰਦੇ ਤੂੰ ਹੁਣ ਤੂੰ ਉੱਤੇ ਸਮਝ ਆ ਗਿਆ, ਉਹ ਵੀ ਗੱਲ ਹੁੰਦੀ ਆ ਵੀ ਸੁੱਤੇ ਨੂੰ ਉਠਾਲ ਕੇ ਨੀਂਦ ਦੀ ਗੋਲੀ ਰਹਿ ਗਈ। ਲਾਈਨਲੈਸ ਕਾਮੇਡੀ ਕ੍ਰੀਏਟ ਕਰਨਾ ਮਤਲਬ ਮੈਨੂੰ ਲੱਗਦਾ ਵੀ ਰਾਈਟਿੰਗ ਦੇ ਵਿੱਚ ਨਾ ਔਖਾ ਕੰਮ ਹੈਗਾ, ਬਹੁਤ ਔਖਾ ਕੰਮ ਹੈ ਨਾ ਵੀ ਪੰਚ ਵੀ ਔਖਾ ਲੱਭਣਾ, ਇਹ ਵੀ ਸੋਚਣਾ ਕਿ ਇਹ ਵਰਕ ਕਰੂ ਜਾਂ ਨਹੀਂ ਕਰੂ। ਹਾਂ ਇਹ ਬਹੁਤ ਵੱਡਾ ਡਰ ਹੁੰਦਾ ਹੈਗਾ ਵੀ ਹੋ ਸਕਦਾ ਹੈ ਐਂ ਨਿਕਲ ਜੇ ਕਿਸੇ ਨੂੰ ਪਤਾ ਹੀ ਨਾ ਲੱਗੇ ਕੁਛ ਹੋਇਆ ਹੈ ਨਾ। ਪਰ ਜਿੱਥੇ ਮੈਂ ਤੇ ਮਨਾਲੀ ਕਰਕੇ ਲਿਖ ਕੇ ਹੱਸ ਪੈਂਦੇ ਸੀ ਸਾਨੂੰ ਇਹ ਲੱਗਦਾ ਸੀ ਵੀ ਇਹ ਕਰਜੂਗਾ ਯਾਰ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਸੋਚੀ ਸੀ ਆਹ ਲੋਕੀ ਜ਼ਰੂਰ ਚੱਕਣਗੇ ਆਹ ਜ਼ਰੂਰ ਚੱਕਣਗੇ, ਉਹ ਸੱਚੀ ਉਦੋਂ ਵੱਧ ਕੇ ਚੱਕੀਆਂ ਲੋਕਾਂ ਦੀ ਚੀਜ਼ਾਂ ਜਿਹੜੀ ਮਤਲਬ ਵੀ ਟਾਈਮਲੈਸ ਕਾਮੇਡੀ ਇੱਕ ਲਿਖਣੀ ਮਤਲਬ ਮੈਨੂੰ ਲੱਗਦਾ ਟਫ ਟਾਸਕ ਹੁੰਦਾ। ਸਾਡਾ ਮੇਨ ਉਹੀ ਮੁੱਦਾ ਸੀਗਾ ਵੀ ਟਾਈਮਲੈਸ ਕਾਮੇਡੀ ਲਿਖਾਂਗੇ, ਜਿੰਨੀ ਲਿਖਾਂਗੇ ਸਾਰੀ ਸਿਚੁਏਸ਼ਨਲ ਹੋਊਗੀ, ਵੀ ਪੰਚ ਨਹੀਂ ਵੀ ਇੱਕ ਵਾਰੀ ਪੰਚ ਆਇਆ ਤੇ ਦੂਜੀ ਵਾਰੀ ਉਹ ਐਕਸਪਾਇਰ ਹੋ ਜਾਏ। ਬਹੁਤ ਟਾਈਮ ਬਾਅਦ, ਇਹ ਨਹੀਂ ਕਿ ਤੁਸੀਂ ਮੂੰਹ ਤੇ ਬੈਠੇ ਹੋ ਪਰ ਬਹੁਤ ਟਾਈਮ ਬਾਅਦ ਸੱਚੀ ਸਿਨੇਮੇ 'ਚ, ਕਿਉਂਕਿ ਸੀਰੀਜ਼ ਵੀ ਜਾਂ ਯੂਟਿਊਬ ਵੀ ਸਿਨੇਮੇ ਦਾ ਹਿੱਸਾ ਵਾ, ਸਿਨੇਮੇ 'ਚ ਇੱਦਾਂ ਦੀ ਕਾਮੇਡੀ ਮੈਂ ਦੇਖੀ ਆ ਜਿਹ 'ਚ ਤੁਹਾਨੂੰ ਸੱਚੀ ਢਿੱਡੋਂ ਹਾਸਾ ਆਇਆ ਹੋਵੇ। ਇਹ ਨਹੀਂ ਕਈ ਵਾਰ ਹੁਣ ਸਾਡੀ ਕਾਮੇਡੀ ਇੱਦਾਂ ਹੁੰਦੀ ਪੰਚ ਵਾਲੀ ਕਾਮੇਡੀ ਚੱਲਦੀ ਹੈ ਅਤੇ ਕਈ ਵਾਰ ਉਹ ਇੰਨੀ ਲਾਊਡ ਕਾਮੇਡੀ ਹੋ ਜਾਂਦੀ ਵੀ ਤੁਹਾਡਾ ਸਿਰ ਹੀ ਦੁਖਣ ਲੱਗ ਜਾਂਦਾ, ਵੀ ਤੁਹਾਨੂੰ ਲੱਗ ਜਾਂਦਾ ਵੀ ਸਾਨੂੰ ਤਾਂ ਹਾਸਾ ਆਇਆ ਨਹੀਂ ਗਾ ਇਸ ਚੀਜ਼ 'ਤੇ, ਹੈ ਨਾ। ਪਰ ਜਿਹੜੀ ਕਿ ਜਿਹੜੀ ਸਿਚੁਏਸ਼ਨਲ ਕਾਮੇਡੀ ਆ ਲਿਖਣੀ ਵੀ ਬਹੁਤ ਔਖੀ ਆ ਅਤੇ ਮੈਨੂੰ ਲੱਗਦਾ ਕਿ ਇਹਦੀ ਆਡੀਅੰਸ ਕ੍ਰੀਏਟ ਕਰਨੀ ਵੀ ਉਨੀ ਹੀ ਔਖੀ ਆ, ਹੈ ਨਾ। ਕਿ ਤੁਸੀਂ ਆਡੀਅੰਸ ਨੂੰ ਪਹਿਲਾਂ ਉਸ ਇਮੈਜੀਨੇਸ਼ਨ 'ਚ ਲੈ ਕੇ ਜਾਓ ਵੀ ਉਹਨੂੰ ਆਪਣਾ ਆਪ ਉਸ ਕਰੈਕਟਰ ਦੀ ਥਾਂ ਤੇ ਮਹਿਸੂਸ ਹੋਵੇ ਤੇ ਉਹ ਲੱਗੇ ਵੀ ਜੇ ਮੈਂ ਉਹਨੂੰ ਆਹ ਚੀਜ਼ ਕਹਾਂ ਤਾਂ ਕਿੰਨਾ ਹਾਸਾ ਹੋਵੇ, ਹੈ ਨਾ ਇਸ ਚੀਜ਼ ਦੇ ਉੱਪਰ। ਅਸਲ ਜੀ ਪੰਚ ਮੈਨੂੰ ਲੱਗਦਾ ਮਿੱਥ ਕੇ ਮਾਰਦਾ ਹਰੇਕ ਕੋਈ, ਮੈਂ ਵੀ ਮਾਰਾਂ ਜਾਏ ਬਾਈ ਮਾਰੇ ਕੋਈ ਵੀ ਮਾਰੇ, ਪੰਚ ਹੁੰਦਾ ਮਿਥਿਆ ਵਿਆ ਕੰਮ, ਤੇ ਜਦੋਂ ਤੁਸੀਂ ਕਿਸੇ ਗੱਲ ਨੂੰ ਮਿਥ ਕੇ ਕਰੋਗੇ ਉਹਦਾ ਨੈਚੁਰਲ ਉਹਦੇ ਨਾਲ ਕੁਦਰਤ ਨਹੀਂ ਖੜਦੀ, ਉਹ ਸਾਰਾ ਜਿਹੜਾ ਉਹ ਉਲਟ ਹੋ ਜਾਂਦਾ, ਉਹ ਹੁੰਦਾ ਵੀ ਯਾਰ ਇਹ ਬਾਲਾ ਆਪਦੇ ਆਪ ਨੂੰ ਮਿਥੀ ਜੇ ਫਿਰਦਾ ਗਾ। ਪਰ ਐਕਟਰ ਦਾ ਤਾਂ ਕੰਮ ਮੈਨੂੰ ਇਹ ਲੱਗਦਾ ਵੀ ਕਹਾਣੀ ਦਾ ਕੰਮ ਇਹ ਹੁੰਦਾ ਤੁਹਾਨੂੰ ਪ੍ਰਟੈਂਡ ਕਰਨਾ ਪੈਂਦਾ, ਐ ਲੱਗੇ ਵੀ ਇਹਨੂੰ ਇਹ ਫੀਲ ਨਹੀਂ ਹੋ ਰਿਹਾ, ਇਹ ਮੈਨੂੰ ਹੀ ਹੋ ਰਿਹਾ ਬਸ, ਵੀ ਜੇ ਮੈਂ ਔਖਾ ਗਾ ਉਦੋਂ ਕਰਜ਼ੇ 'ਚ ਤਾਂ ਉਦੋਂ ਮੈਂ ਸੱਚੀ ਕਰਜ਼ੇ 'ਚ ਲੱਗਾ, ਇਹ ਨਾ ਲੱਗੇ ਵੀ ਇਹ ਸੱਚੀ ਯਾਰ ਤਾਂ ਫਨ ਕਰ ਰਿਹਾ ਕਰਜ਼ੇ ਦਾ, ਉਹ ਨਹੀਂ ਵੀ ਦੂਜੇ ਬੰਦੇ ਨੂੰ ਫਿਰ ਤਾਂ ਹੀ ਹੋਊਗਾ ਵੀ ਹਾਂ ਯਾਰ ਮੈਨੂੰ ਲੱਗਦਾ ਹਾਸਾ ਉੱਥੇ ਹੀ ਵੱਧ ਆਉਂਦਾ, ਕਾਮੇਡੀ ਕੀਤੀ ਨਾ ਜਾਵੇ ਕ੍ਰੀਏਟ ਹੋ ਗਈ। ਹਾਂ ਕ੍ਰੀਏਟ ਹੋ ਜਾਵੇ ਬੰਦਾ, ਜਿਵੇਂ ਉਹੀ ਸਿਆਣੇ ਕਹਿੰਦੇ ਆਪ ਗੱਲ ਕਰਕੇ ਨਹੀਂ ਹੱਸੀ ਦਾ, ਉਹ ਗੱਲ ਹੀ ਆ ਵੀ ਬਸ ਹਾਸਾ ਮੈਨੂੰ ਲੱਗਦਾ ਵੀ ਫਿਰ ਹੀ ਜ਼ਿਆਦਾ ਵਧੀਆ ਰਹਿੰਦਾ, ਨਹੀਂ ਤਾਂ ਹੁਣ ਕਾਮੇਡੀ ਆਪਾਂ ਆਪਣੇ ਦਾ ਬੇਸਿਕਲੀ ਬਦਨਾਮ ਹੀ ਹੋ ਚੁੱਕੇ ਹਾਂ ਆਪਾਂ ਦਾ ਪੰਜਾਬੀ, ਬਿਲਕੁਲ ਬੇਸਿਕਲੀ ਤਾਂ ਹੱਸਣਾ ਤਾਂ ਯੋਗ ਦਾ ਪਾਰਟ ਬਣ ਗਿਆ, ਹੱਸਣਾ ਤਾਂ ਜ਼ਰੂਰੀ ਹੈ, ਪਰ ਹੁਣ ਆਪਣੇ ਕਾਮੇਡੀ ਇੱਕ ਸ਼ਬਦ ਹੀ ਐਂ ਬਣ ਗਿਆ ਵੀ ਕਾਮੇਡੀ ਆ ਮਤਲਬ ਕੂੜ ਕਬਾੜ ਹੋਊਗਾ। ਤੇ ਕਾਮੇਡੀ ਤੋਂ ਇਹ ਵੀ ਐਕਸਪੈਕਟ ਕਰਦੇ ਹਾਂ ਵੀ ਕਾਮੇਡੀ ਦਾ ਮਤਲਬ ਵੀ ਫਿਲਮ 'ਚ ਸਿਰਫ ਹਾਸਾ ਹੀ ਹੋਵੇ, ਮੈਨੂੰ ਤਾਂ ਲੱਗਦਾ ਵੀ ਫਿਲਮ ਤਾਂ ਇੱਕ ਗੁਲਦਸਤੇ ਵਾਂਗੂ ਹੁੰਦੀ ਹੈ ਵੀ ਜਿਵੇਂ ਹੁਣ ਇਸ ਸੀਰੀਜ਼ ਦੇ ਵਿੱਚ ਹਰ ਰੰਗ ਆ ਕਿਤੇ ਨਾ ਕਿਤੇ ਥੋੜਾ ਇਮੋਸ਼ਨਲ ਵੀ ਹੈਗਾ, ਪੇਰੈਂਟਸ ਦੇ ਜਿਹੜਾ ਇੱਕ ਉਹ ਆ ਬ੍ਰੋਕਨ ਹਾਊਸ ਮਤਲਬ ਉਹ ਵੀ ਚੀਜ਼ਾਂ ਹੈਗੀਆਂ ਨੇਗੀਆਂ, ਜਾਂ ਯੂਨੀਵਰਸਿਟੀ ਦੇ ਦਿਖਾ ਰਹੇ ਹੋ ਤਾਂ ਉਹਦੇ ਵਿੱਚ ਯੂਨੀਵਰਸਿਟੀ ਦਾ ਮੇਨ ਪਾਰਟ ਆ ਸਟੂਡੈਂਟ ਪੋਲੀਟਿਕਸ, ਹੈ ਨਾ, ਉਹ ਵੀ ਚੀਜ਼ ਆ ਰਹੀ ਹੈ ਅਤੇ ਉਹਦੇ ਵਿੱਚ ਵੀ ਹਰ ਖਿੱਤੇ ਦਾ ਜਿਹੜਾ ਬੱਚਾ ਪੜ੍ਹਨ ਆ ਰਿਹਾ ਵਾ ਉਹ ਵੀ ਚੀਜ਼ ਹੈਗੀ ਆ। ਆਪਣੇ ਹੁੰਦੇ ਕਿ ਜਿਵੇਂ ਪਿੱਛੇ ਜੇ ਰਣਵੀਰ ਕਹਿ ਰਹੇ ਸੀਗੇ ਕਿ ਡਾਰਕ, ਇੱਕ ਤਾਂ ਅਸੀਂ ਬਹੁਤ ਬਦਨਾਮ ਕਰਤਾ ਸ਼ਬਦ ਕਿ ਇਹ ਡਾਰਕ ਕੈਰੇਕਟਰ ਆ, ਇਹ ਡਾਰਕ ਫਿਲਮ ਆ, ਇਹ ਡਾਰਕ ਸਿਨੇਮਾ ਵਾ, ਹੈ ਨਾ, ਅਤੇ ਉਵੇਂ ਅਸੀਂ ਕਾਮੇਡੀ ਨੂੰ ਬਦਨਾਮ ਕੀਤਾ ਹੋਇਆ, ਹੈ ਨਾ। ਕਾਮੇਡੀ ਦਾ ਮਤਲਬ ਵੀ ਪੰਚ 'ਤੇ ਪੰਚ ਮਾਰੀ ਜਾਓ ਅਤੇ ਉੱਚੀ ਬੋਲ ਕੇ ਮਾਰੋ,
ਜਿਹੜਾ ਉੱਚੀ ਬੋਲ ਕੇ ਕਹੀ ਹੋਈ ਗੱਲ ਆ ਵੀ ਉਹ ਕਾਮੇਡੀ ਹੋ ਗਈ, ਫੜਨ ਲੱਗ ਗਏ ਜੀ ਇਹ ਚੀਜ਼ਾਂ ਹੁਣ। ਅਸਲ ਚ ਨਾ ਮੁੱਦੇ ਦੀ ਹੁਣ ਹੇਰਾ ਫੇਰੀ ਮੁੱਦੇ ਦੀ ਕਾਮੇਡੀ ਸੀ, ਉਹ ਨਾ ਵੀ ਕਰਦੇ ਉਹ ਵੈਸੀ ਕਾਮੇਡੀ ਸੀਗੀ। ਐਗਜ਼ੈਕਟਲੀ ਹਾਂ, ਹਨਾ ਆਪਣੇ ਲੋਕ ਹੁਣ ਅਸਲ ਚ ਲੋਕ ਆਪ ਹੀ ਟੈਲੈਂਟਡ ਬਹੁਤ ਨੇ ਜੀ। ਤੁਸੀਂ ਇਹ ਦੇਖੋ ਪੰਜਾਬ ਜਿੰਨੇ ਵੀ ਲਾ ਲਓ, ਚਲੋ ਕੋਈ ਅੱਜ ਚੱਲਦਾ ਕੋਈ ਕੱਲ ਨੂੰ ਚੱਲ ਜੂਗਾ ਜਿਹਦੇ ਚ ਕੋਈ ਕਣ ਕੰਡਾ ਹੋਇਆ ਹਨਾ, ਤੇ ਉਹ ਜਦੋਂ ਆਪ ਕਰਦੇ ਨੇ ਤਾਂ ਪਹਿਲੀ ਗੱਲ ਤਾਂ ਲਿਖਣ ਵਾਲੇ ਬੰਦੇ ਨੂੰ ਛੇਤੀ ਕਿਸੇ ਦੀ ਲਿਖੀ ਪਸੰਦ ਨਹੀਂ ਆਉਂਦੀ, ਇਹ ਵੀ ਹੁੰਦਾ। ਸਰੋਤਾ ਹੋਣਾ ਵੀ ਬਹੁਤ ਵੱਡੀ ਕਲਾ ਹਨਾ, ਤੇ ਹੁਣ ਇਹ ਲੋਕਾਂ ਨੂੰ ਕਿੱਥੋਂ ਪਸੰਦ ਕਰਾ ਲਾਂਗੇ ਆਪਾਂ, ਜਿਹੜੇ ਬੰਦੇ ਆਪ ਹੀ ਇੰਨੇ ਟੈਲੈਂਟਡ ਨੇ ਉਹਨਾਂ ਦੇ ਤਾਂ ਉੱਪਰ ਦੀ ਆਉਣਾ, ਉਹਨਾਂ ਥਰੈਸ਼ਹੋਲਡ ਹੀ ਬਹੁਤ ਉੱਚਾ। ਬਿਲਕੁਲ, ਅੱਜ ਤੱਕ ਜਿੰਨੇ ਵੀ ਕਾਮੇਡੀਅਨ ਵੱਡੇ ਚਲੋ ਪੰਜਾਬ ਆਏ, ਉਹਨਾਂ ਦਾ ਸੱਚੀ ਇਹ ਹੁੰਦੀ ਸੀਗੀ ਸਟੇਟਮੈਂਟ ਵੀ ਪੰਜਾਬ ਦੇ ਲੋਕਾਂ ਦਾ ਥਰੈਸ਼ਹੋਲਡ ਇੰਨਾ ਉੱਚਾ, ਹੱਸਦੇ ਨੀ, ਐਂ ਬੈਠੇ ਦੇਖੀ ਜਾਂਦੇ ਨੇ, ਕਹਿੰਦੇ ਸਾਡਾ ਸਾਰਾ ਜ਼ੋਰ ਲੱਗ ਜਾਂਦਾ ਯਾਰ ਵੀ ਕੀ ਕਰੀਏ। ਇੱਕ ਬਸ ਜੀ ਆਪਣੇ ਥੋੜਾ ਜਿਹਾ ਮੈਨੂੰ ਲੱਗਦਾ ਹੁੰਦਾ ਵੀ ਮੈਂ ਜ਼ਿਆਦਾ ਬੋਲ ਜਾਂ ਲਾਈ ਲੱਗ ਜ਼ਿਆਦਾ ਕੰਮ, ਜਿਵੇਂ ਹੁਣ ਮੈਨੂੰ ਕਈ ਵਾਰ ਦੇਖੋ ਸਾਡਾ ਪਿਛੋਕੜ ਪਾਕਿਸਤਾਨ ਦਾ ਲੈਲਪੁਰ ਤੋਂ, ਮੈਨੂੰ ਮੈਂ ਪਿੱਛੇ ਕਰਤਾਰਪੁਰ ਸਾਹਿਬ ਗਿਆ, ਉਹ ਜਮਾਂ ਧਰਤੀ ਮੈਂ ਕੌਮੇ ਸਾਰਾ ਇਮੋਸ਼ਨਲ ਜਿੰਨਾ ਮਰਜ਼ੀ ਇਹਨੂੰ ਮੈਂ ਬੋਲੀ ਜਾਵਾਂ ਹਨਾ, ਮੁੱਕਣੇ ਨੀ ਸ਼ਬਦ, ਪਿਆਰ ਵੀ ਉਹਨਾਂ ਨਾਲ ਉਨਾ ਹੀ ਆ। ਪਰ ਪਾਕਿਸਤਾਨ ਦੇ ਇੱਕ ਦੋ ਬੰਦਿਆਂ ਨੂੰ ਛੱਡ ਕੇ ਕੌਣ ਕੰਮ ਕਰ ਰਿਹਾ ਸਹੀ? ਆਪਣੇ ਲੋਕਾਂ ਨੂੰ ਉਹੀ ਦੇਖ ਲਓ ਪਾਕਿਸਤਾਨੀ ਡਰਾਮੇ, ਮਤਲਬ ਇੱਥੋਂ ਵਾਲੇ ਕਿਉਂ ਨੀ, ਕਪਿਲ ਤੋਂ ਵਧੀਆ ਡਰਾਮਾ ਕੌਣ ਕਰੂਗਾ? ਬਿਲਕੁਲ ਸਹੀ ਗੱਲ, ਅਸੀਂ ਆਪਣੀ ਚੀਜ਼ ਨੂੰ ਕਦੀ ਨਹੀਂ ਚਲਾਉਂਦੇ, ਚਲਾਉਂਦੇ ਨਹੀਂ ਦੂਜਿਆਂ ਨੂੰ ਬਸ ਪੈਸੇ। ਹੁਣ ਮੈਂ ਤੇ ਰਾਜ ਬਾਈ ਸਾਡਾ ਟੇਸਟ ਇਸ ਪੱਖੋਂ ਪਾਕਿਸਤਾਨੀ ਡਰਾਮਿਆਂ ਪੱਖੋਂ ਸੇਮ ਹੁੰਦਾ ਸੀ, ਇਹ ਕਹਿੰਦਾ ਯਾਰ ਮੈਨੂੰ ਨੀ ਪਸੰਦ ਹੈਗਾ ਲਾਊਡ ਜਾ ਜੇ ਉਹ ਬੋਲੀ ਚੱਲੋ, ਵੀ ਇੱਕ ਤਾਂ ਫੈਮਿਲੀ ਵਾਲੇ ਨੀ ਰਹਿੰਦੇ ਉਹ, ਇੱਕ ਹੋਰ ਮੈਂ ਕਿਹਾ ਬਾਈ ਵੀ ਮੈਂ ਤਾਂ ਕਦੇ ਡਰਦਾ ਬੋਲਿਆ ਨੀ ਭਰਾਵਾ, ਲੋਕ ਮਗਰੀ ਨਾ ਪੈ ਜਾਣ, ਮੈਨੂੰ ਤਾਂ ਆਪ ਨੀ ਪਸੰਦ, ਮੈਂ ਕਦੀ ਨੀ ਦੇਖਿਆ। ਮੈਂ ਕਿਹਾ ਸ਼ੋਗਰਾ ਤੂੰ ਪਹਿਲਾ ਬੰਦਾ ਜੀ ਦਿਲ ਕੱਢ ਕੇ ਮੈਨੂੰ ਕਹਿਤਾ ਇਸ ਮਾਮਲੇ ਦੇ ਬਾਰੇ, ਮਤਲਬ ਵਿਜ਼ਨ ਦੇ ਮਾਮਲੇ ਚ ਤੇ ਟੇਸਟ ਦੇ ਮਾਮਲੇ ਚ ਸਾਡਾ ਤਿੰਨਾਂ ਦਾ ਉਹ ਸੀਗਾ ਸੇਮ ਹੀ ਸੀ, ਇਸੇ ਕਰਕੇ ਇੰਨੀ ਸੋਹਣੀ ਆਊਟਪੁੱਟ ਬਾਹਰ ਨਿਕਲ ਕੇ ਆਈ ਹੈ ਨਾ। ਐਂਡ ਸ਼ਾਇਦ ਤੁਸੀਂ ਮਾਈਂਡ ਵੀ ਕਰੋਗੇ ਇਸ ਚੀਜ਼ ਦਾ, ਪਰ ਸੱਚੀ ਮੈਨੂੰ ਸਿਕੰਦਰ ਤੋਂ ਬਾਅਦ ਇਸ ਵੈਬ ਸੀਰੀਜ਼ ਦੇ ਵਿੱਚ ਤੁਹਾਡਾ ਪੋਟੈਂਸ਼ੀਅਲ ਦਿਸਿਆ। ਮੈਨੂੰ ਬਹੁਤ ਟਾਈਮ ਬਾਅਦ, ਮੈਂ ਜਦੋਂ ਵੀ ਕੋਈ ਤੁਹਾਡਾ ਕਰੈਕਟਰ ਦੇਖਦੀ ਸੀ ਮੇਰੇ ਦਿਮਾਗ 'ਚ ਇੱਕ ਲਾਲਾ ਬੈਠਾ ਹੁੰਦਾ ਸੀ ਇੱਕ ਪਾਸੇ, ਤੇ ਮੇਰਾ ਮੈਂ ਹਰ ਕਰੈਕਟਰ ਤੁਹਾਡਾ ਲਾਲੇ ਨਾਲ ਕੰਪੇਅਰ ਕਰਦੀ ਸੀ। ਐਕਚੁਅਲੀ ਮੈਨੂੰ ਕਨਸੀਡਰ ਵੀ ਲਾਲੇ ਨੂੰ ਬੀਟ ਨਹੀਂ ਕਰ ਸਕਿਆ, ਗੈਂਗਸਟਰ ਉਹ ਚੀਜ਼ਾਂ ਲਈ ਨੈਗੇਟਿਵ ਸ਼ੇਡ ਜਾਂ ਗ੍ਰੇਸ਼ਨ ਕਰੈਕਟਰਾਂ ਲਈ ਕੀਤਾ ਜਾਂਦਾ। ਤਾਂ ਇਹਦੇ 'ਚ ਜਦੋਂ ਡਿੰਪਲ ਨੇ ਆਈਡੀਆ ਸੀ ਤਾਂ ਮੈਨੂੰ ਵੀ ਲੱਗਦਾ ਸੀ ਯਾਰ ਵੀ ਮੈਂ ਆਪਦਾ ਹੋਰ ਪੱਖ ਵੀ ਦਿਖਾ ਸਕਦਾ ਇਹ 'ਚ, ਵੀ ਮੈਂ ਰੋਮਾਂਸ ਵੀ ਕਰ ਸਕਦਾ, ਮੈਂ ਕਾਮੇਡੀ ਵੀ ਕਰ ਸਕਦਾ ਗਾ। ਰੋਮਾਂਸ ਕਰੂੰਗਾ ਤਾਂ ਉਹ ਡਿਫਰੈਂਟ ਲੈਵਲ ਦਾ ਰੋਮਾਂਸ ਹੋਊਗਾ, ਮੈਂ ਆਪਦੀ ਗਰਲਫ੍ਰੈਂਡ ਨੂੰ ਯਾਰ ਯਾਰ ਕਹਿ ਗੱਲ ਨਹੀਂ ਕਰੂੰਗਾ, ਫਿਰ ਰੋਮਾਂਸ ਹੋਊਗਾ ਉਹ। ਜੋ ਮੇਰੀ ਟ੍ਰੇਨਿੰਗ ਹੈ ਮੈਨੂੰ ਲੱਗਿਆ ਵੀ ਮੈਂ ਇਹ 'ਚ ਯਾਰ ਮੈਂ ਆਪਦਾ ਕੈਲੀਬਰ ਦਿਖਾ ਸਕਦਾ ਗਾ, ਵੀ ਚਲੋ ਠੀਕ ਹੈ ਮੈਂ ਨਹੀਂ ਕਹਿੰਦਾ ਮੈਂ ਬਹੁਤ ਗ੍ਰੇਟ ਸਕਰੀਨ ਫਾੜਤੀ, ਬਟ ਸਟਿਲ ਇਹ ਮੇਰੇ ਲਈ ਬਹੁਤ ਵਧੀਆ ਚਾਂਸ ਸੀਗਾ ਆਪਦੇ ਦੂਸਰੇ ਪੱਖ ਦਿਖਾਉਣ ਦਾ। ਤੇ ਉਹਨੂੰ ਮਤਲਬ ਰਾਈਟਿੰਗ ਦੇ ਤੌਰ ਤੇ ਮਨਾਲੀ ਨੇ ਸਾਥ ਦਿੱਤਾ ਤੇ ਉਹ ਹੋਰ ਨਿਖਰ ਕੇ ਆਇਆ, ਤਾਂ ਇੱਕ ਪੁਆਇੰਟ ਮੈਨੂੰ ਲੱਗਦਾ ਵੀ ਉਹਦਾ ਵੀ ਮੈਂ ਕਾਫੀ ਹੱਦ ਤੱਕ ਮਤਲਬ ਜੋ ਚਾਹੁੰਦਾ ਸੀਗਾ ਜੋ ਦਿਖਾਉਣਾ ਚਾਹੁੰਦਾ ਸੀ ਅਚੀਵ ਕੀਤਾ। ਪਹਿਲੇ ਐਪੀਸੋਡ ਚ ਮੈਨੂੰ ਸੱਚੀ ਐ ਲੱਗਿਆ, ਮੈਂ ਕਿਹਾ ਵੀ ਦੇਖ ਕੇ ਲੱਗ ਰਿਹਾ ਸੀ ਵੀ ਰਾਜਬਾਈ ਨੂੰ ਦੇਖ ਰਹੇ ਹਾਂ ਆਪਾਂ, ਪਰ ਜਿਵੇਂ ਜਿਵੇਂ ਐਪੀਸੋਡ ਅੱਗੇ ਵੱਧਦੇ ਜਾ ਰਹੇ ਸੀ ਨਾ, ਫਿਰ ਨਾ ਐਂ ਲੱਗਣ ਲੱਗ ਗਿਆ ਕਿ ਧਰਮਿੰਦਰ ਨੂੰ ਹੀ ਦੇਖ ਰਹੇ ਹਾਂ, ਤੇ ਯੂਨੀਵਰਸਿਟੀ ਤੱਕ ਜਦੋਂ ਦੀਪੇ ਨੂੰ ਜਾ ਕੇ ਮਿਲਦਾ ਫਿਰ ਧਰਮਿੰਦਰ ਲੱਗਣ ਲੱਗ ਗਿਆ ਹਨਾ। ਪਰ ਉਹ ਹੌਲੀ ਹੌਲੀ ਕਰੈਕਟਰ ਤੁਹਾਡੇ ਨਾਲ ਇੰਨਾ ਸੋਹਣਾ ਤੁਰਦਾ ਗਿਆ, ਕਿਉਂਕਿ ਤੁਸੀਂ ਉਸ ਚੀਜ਼ ਨੂੰ ਜਿਵੇਂ ਜਿਵੇਂ ਐਪੀਸੋਡ ਦਾ ਜਿਵੇਂ ਜਿਵੇਂ ਕਹਾਣੀ ਅੱਗੇ ਤੁਰਦੀ ਆ ਉਹਨੂੰ ਇੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਪੋਰਟਰੇ ਕੀਤਾ, ਤਾਂ ਮੈਨੂੰ ਲੱਗਿਆ ਕਿ ਲਾਲੇ ਤੋਂ ਬਾਅਦ ਜੇ ਮੇਰਾ ਕੋਈ ਤੁਹਾਡਾ ਫੇਵਰੇਟ ਕਰੈਕਟਰ ਹੋ ਸਕਦਾ ਤਾਂ ਉਹ ਇਸ ਸੀਰੀਜ਼ ਦਾ ਇਹ ਕਰੈਕਟਰ ਹੋ ਸਕਦਾ ਆ। ਈਵਨ ਗੁਰਦੀਪ ਬਹੁਤ ਦੇਖੀ ਲੋਕਾਂ ਨੇ, ਮੈਂ ਪਿੰਡ ਹੁਣ ਗਿਆ ਸੀ, ਮੈਂ ਪਰਸੋਂ ਹੀ ਆਇਆ ਮੈਂ ਵਾਪਿਸ, ਤਾਂ ਪਿੰਡ ਦੇ ਵਿੱਚ ਤੇ ਮੇਰੀ ਆਪਦੀ ਸਿਟੀ ਦੇ ਵਿੱਚ ਪਹਿਲਾਂ ਮੈਨੂੰ ਇੱਕਾ ਦੁੱਕਾ ਸਿਕੰਦਰ ਕਰਕੇ ਪਛਾਣਦੇ ਸੀਗੇ, ਉਹ ਕਹਿੰਦੇ ਸੀ ਬਾਈ ਲਾਲਾ ਨਾ ਤੂੰ ਨਾ, ਮੈਨੂੰ ਪਹਿਲੀ ਵਾਰੀ ਹੋ ਰਿਹਾ, ਮੈਨੂੰ ਕਹਿੰਦੇ ਬਾਈ ਡ੍ਰੀਮਲੈਂਡ ਦੇਖੀ ਯਾਰ ਬਹੁਤ ਘੈਂਟ ਲੱਗੀ, ਤਲਵਿੰਦਰਾ ਹੁਣ ਪਿੱਛੋਂ ਆਵਾਜ਼ ਆਈ ਮੈਂ ਤਲਵਿੰਦਰਾ ਡ੍ਰੀਮਲੈਂਡ ਦੇਖੀ, ਤਾਂ ਮੈਨੂੰ ਐਜ਼ ਏ ਐਕਟਰ ਸੱਚੀ ਉਸ ਗੱਲ 'ਤੇ ਬਹੁਤ ਖੁਸ਼ੀ ਹੁੰਦੀ ਹੈ ਵੀ ਯਾਰ ਇੱਕ ਮੇਰੀ ਹੋਰ ਚੀਜ਼ ਇਹੋ ਜਿਹੀ ਹੈਗੀ ਜਿਹਦੇ ਕਰਕੇ ਮੈਨੂੰ ਜਾਣਦੇ ਨਹੀਂ, ਮੈਨੂੰ ਲੱਗਦਾ ਸੀ ਵੀ ਵਾਕਈ ਸਾਰੇ ਇੱਕੋ ਜਿਹੇ ਕਰੈਕਟਰ ਸੀਗੇ। ਬਿਲਕੁਲ ਬਿਲਕੁਲ, ਪਰ ਵਾਪਸ ਯੂਨੀਵਰਸਿਟੀ ਜਾ ਕੇ ਤੁਸੀਂ ਸ਼ੂਟ ਕੀਤਾ, ਕਿਉਂਕਿ ਸਿਕੰਦਰ ਵੀ ਯੂਨੀਵਰਸਿਟੀ ਸ਼ੂਟ ਸੀਗਾ ਮੈਕਸੀਮਮ, ਹੈ ਨਾ, ਅਤੇ ਵਾਪਸ ਇਸ ਸੀਰੀਜ਼ ਦੇ ਵਿੱਚ ਵੀ ਤੁਸੀਂ ਯੂਨੀਵਰਸਿਟੀ ਜਾ ਕੇ ਸ਼ੂਟ ਕੀਤਾ, ਤਾਂ ਉਹ ਕਿਵੇਂ ਲੱਗਿਆ? ਮੈਨੂੰ ਲੱਗਦਾ ਘੱਟੋ ਘੱਟ ਇੱਕ ਦਹਾਕਾ ਹੀ ਹੋ ਗਿਆ, 10 ਸਾਲ ਹੋ ਗਏ, ਹੈ ਨਾ, 10 ਸਾਲ ਹੋ ਗਏ ਬਾਅਦ। ਇੱਕ ਤਾਂ ਮਤਲਬ 10 ਸਾਲ ਪਹਿਲਾਂ ਮੈਂ ਜੋ ਸੀ, ਹੈ ਨਾ, ਹੁਣ ਉਸ ਲੈਵਲ ਤੇ ਆਉਣਾ ਵੀ ਏਜ ਵਾਈਜ਼ ਮੇਰਾ weight ਬਹੁਤ ਜ਼ਿਆਦਾ ਸੀਗਾ, ਤਾਂ ਪਰ ਇਹ ਇਹਦੇ ਚ ਤੁਸੀਂ ਮੇਨਟੇਨ ਕੀਤਾ। ਹਾਂਜੀ ਹਾਂਜੀ, ਤੁਸੀਂ ਕਰਾਇਆ ਭਾਜੀ, ਹਾਂ ਡੰਡੇ ਲੋ ਅਲਟੀਮੇਟਮ ਹੀ ਸੀਗਾ, ਹਾਂ, ਜੇ ਉਹ ਜਸਟੀਫਾਈ ਨਾ ਕਰਦਾ ਕਰੈਕਟਰ ਤੇ ਫਿਰ ਉਹ ਪੱਦਾ ਲੱਗਦਾ। ਬਿਲਕੁਲ ਬਿਲਕੁਲ, ਕਿਉਂਕਿ ਉਹਨਾਂ ਦੇ ਵਿੱਚ ਜੈਲਨ ਹੋਣਾ ਬਹੁਤ ਜ਼ਰੂਰੀ ਸੀ, ਹਾਂ, ਉਹ ਏਜ ਗਰੁੱਪ ਦੇ ਵਿੱਚ, ਉਹ ਜਿਹੜੀ ਅੱਜ ਦੀ ਜਨਰੇਸ਼ਨ ਆ ਉਹਨਾਂ ਦੇ ਵਿੱਚ ਉਹ ਖੜਾ ਔੜ ਨਹੀਂ ਲੱਗਣਾ ਚਾਹੀਦਾ, ਤੇ ਉਹ ਫਿਰ ਬਈ ਨੇ
ਮੈਨੂੰ ਤਾਂ ਵੀ ਚੰਗਾ ਲੱਗਦਾ ਸੀ ਕਿਉਂਕਿ ਜਦੋਂ ਅਸੀਂ ਪਿੰਡ ਤੋਂ ਨਵੇਂ ਨਵੇਂ ਆਏ ਸੀ ਨਾ ਇੱਕ ਇਨੋਸੈਂਸ ਸੀਗੀ ਸਾਡੇ ਚ ਜਿਵੇਂ ਨਾ ਮਨਾਲੀਏ ਨੇ ਇੱਕ ਗੱਲ ਕਹੀ ਸੀ ਕਹਿੰਦਾ ਬਾਈ ਜੋ ਆਪਾਂ ਅਸੀਂ ਜਦੋਂ ਦੇਖੀ ਵੈਬ ਸੀਰੀਜ਼ ਬਣ ਗਈ ਕਹਿੰਦਾ ਜੋ ਇਨੋਸੈਂਸ ਨਾਲ ਆਪਾਂ ਆਹ ਪਲੇ ਕੀਤੇ ਆ ਹੋ ਸਕਦਾ ਆਪਾਂ ਅੱਗੇ ਨਾ ਕਰ ਸਕੀਏ ਕਿਉਂਕਿ ਇਹਦੇ ਵਿੱਚ ਉਹ ਇਨੋਸੈਂਸ ਆ ਜਿਹੜੀ ਨਵੇਂ ਨਵੇਂ ਮੁੰਡੇ ਜਦੋਂ ਆਉਂਦੇ ਆ ਉਹ ਸੰਗਾਊ ਵੀ ਹੁੰਦੇ ਆ ਥੋੜੇ ਸ਼ਰਮੀਲੇ ਵੀ ਹੁੰਦੇ ਆ ਹਨਾ ਫਿਰ ਉਹਨਾਂ ਨੇ ਆਪਦਾ ਮੈਨੇਜ ਵੀ ਕਰਨਾ ਹੁੰਦਾ ਸਾਰਾ ਕੁਛ ਉਹਦੇ ਵਿੱਚ ਰਹਿ ਕੇ ਹੌਲੀ ਹੌਲੀ ਜਿਵੇਂ ਮਤਲਬ ਇਹ ਪੈਸੇ ਤੋਂ ਭੱਜ ਰਿਹਾ ਢਾਬਿਆਂ ਤੋਂ ਨਾ ਹੋ ਸਕਦਾ ਅੱਗੇ ਜਾ ਕੇ ਮੈਂ ਵੀ ਇਹ ਜਾ ਹੋ ਜਾ ਕਿਉਂਕਿ ਹੌਲੀ ਹੌਲੀ ਤਾਂ ਰਮਾ ਹੋਊਗਾ ਹੀ ਨਾ ਮੈਂ ਇਸ ਮਾਹੌਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਨਾ ਹੀ ਬੰਬੇ ਬਾਰੇ ਬਹੁਤ ਕਹਾਵਤ ਮਸ਼ਹੂਰ ਆ ਵੀ ਉੱਥੇ ਸਮੁੰਦਰ ਹੈ ਤੇ ਉਹ ਬਾਰ ਬਾਰ ਛੱਲ ਲੈ ਗਈ ਨਹੀਂ ਹੋ ਤਾਂ ਰਹੇ ਹੋ ਤੁਸੀਂ ਬੰਦਾ ਤੁਸੀਂ ਪਿੱਲ ਤੇ ਲਾ ਤਾ ਕਨੈਕਟ ਕਰਦੇ ਆ ਤੇ ਉਹ ਜਿਵੇਂ ਹੁਣ ਸਾਡੇ ਤੋਂ ਵੱਡੀ ਉਮਰ ਦੇ ਆ ਜਿਹਨਾਂ ਜਿਹੜੇ ਸ਼ਾਇਦ ਕਦੀ ਕਾਲਜ ਯੂਨੀਵਰਸਿਟੀ ਵੀ ਨਹੀਂ ਆਏ ਬਟ ਉਹ ਕੁਛ ਨਾ ਕੁਛ ਉਹਨਾਂ ਨੂੰ ਐਲੀਮੈਂਟ ਆਪਦੇ ਨਾਲ ਰਲਦੇ ਮਿਲਦੇ ਦਿਖਦੇ ਆ ਤੇ ਉਹ ਕਨੈਕਟ ਆ ਕੀਤਾ ਫੀਲ ਕਰਦੇ ਆ ਹਾਂਜੀ ਨਾਲੇ ਇਹ ਤਾਂ ਸਾਡੇ ਵੱਲੋਂ ਸਰਟੀਫਾਈਡ ਬਾਕੀ ਜਿਹੜੇ ਐਕਸ ਸਟੂਡੈਂਟ ਆ ਯੂਨੀਵਰਸਿਟੀ ਦੇ ਮਤਲਬ ਉਹਨਾਂ ਦੇ ਇੰਨੇ ਮੈਸੇਜ ਆਉਂਦੇ ਆ ਮਤਲਬ ਜਿੱਥੇ ਵੀ ਬੈਠੇ ਆ ਦੁਨੀਆ ਚ ਅੱਡ ਅੱਡ ਜਗ੍ਹਾ ਤੋਂ ਹਨਾ ਬਾਈ ਯਾਰ ਅਸੀਂ ਤਾਂ ਚੰਡੀਗੜ੍ਹ ਹੀ ਪਹੁੰਚ ਗਏ ਦੁਬਾਰੇ ਅਸੀਂ ਯੂਨੀਵਰਸਿਟੀ ਵੀ ਪਹੁੰਚ ਗਏ ਦੁਬਾਰੇ ਮੈਨੂੰ ਲੱਗਦਾ ਉਹ ਰਿਲੇਟ ਕਰ ਰਹੇ ਉਸ ਚੀਜ਼ ਨਾਲ ਕਿਉਂਕਿ ਸਭ ਨੇ ਕੀਤਾ ਹੋਇਆ ਇਹ ਕੰਮ ਲਾਈਫ ਦੇ ਵਿੱਚ ਹਨਾ ਤਾਂ ਉਹ ਸਾਡਾ ਵੀ ਮੇਨ ਮਕਸਦ ਇਹੀ ਸੀਗਾ ਵੀ ਇੱਕ ਵਾਰੀ ਐਂ ਲੱਗੇ ਵੀ ਹਾਂ ਯਾਰ ਆ ਜੋ ਹੋ ਰਿਹਾ ਇਹ ਮੈਂ ਹੈਗਾ ਹਰ ਕਰੈਕਟਰ ਨੂੰ ਲੱਗੇ ਵੀ ਮੈਂ ਜਾਂ ਮੇਰੇ ਦੋਸਤ ਸੀ ਇੱਕ ਉਹ ਇਹੋ ਜਿਹਾ ਸੀਗਾ ਓਰਿਜਨਲ ਜੇ ਕਰੈਕਟਰ ਲੱਗਣ ਮਤਲਬ ਸਾਡੀ ਕੋਸ਼ਿਸ਼ ਇਹ ਸੀ ਮੇਨ ਮਤਲਬ ਬਿਲਕੁਲ ਤੇ ਮੈਂ ਆਪਦੇ ਕਾਲਜ ਤੋਂ ਬਾਅਦ ਆਊਟਸਾਈਡਰ ਵਰਡ ਇਹਦੇ ਚ ਸੁਣਿਆ ਦੁਬਾਰਾ ਪਹਿਲਾ ਮੁੱਦਾ ਆਊਟਸਾਈਡਰ ਦਾ ਉੱਤੇ ਉਹ ਤਾਂ ਬਹੁਤ ਚੱਲਦਾ ਸੀ ਨਾ ਹਾਂਜੀ ਆਊਟਸਾਈਡਰ ਦਾ ਫਲਾਣਾ ਤਾਂ ਜੱਚਦਾ ਹੀ ਨੀ ਗਿਆ ਇਸ ਕਰੈਕਟਰ ਚ ਮੈਂ ਇੱਕ ਵਾਰੀ ਮੈਂ ਪਿੰਡ ਗਈ ਤੇ ਮੈਂ ਆਪਣੇ ਭਰਾ ਨੂੰ ਕਿਹਾ ਕਿਸੇ ਐਕਟਰ ਦੀ ਫਿਲਮ ਉਦੋਂ ਰਿਲੀਜ਼ ਹੋਈ ਸੀ ਮੈਂ ਕਿਹਾ ਉਹ ਫਿਲਮ ਦੇਖੀ ਤੂੰ ਕਹਿੰਦਾ ਛੱਡ ਯਾਰ ਉਹਨੂੰ ਤਾਂ ਤੁਰਨਾ ਵੀ ਨੀ ਆਉਂਦਾ ਹੈਗਾ ਉਹੀ ਹੈ ਜੀ ਰਾਜਿਆਂ ਦੇ ਰਾਜ ਕਰਨ ਵਾਲੀ ਗੱਲ ਹੈ ਨਾ ਤੇ ਮੇਕਿੰਗ ਵਾਈਜ਼ ਵੀ ਲੋਕੀ ਹੁਣ ਦੇਖਦੇ ਨੇ ਵੀ ਫਰੇਮ ਇੱਦਾਂ ਦਾ ਸਿਨੇਮੈਟੋਗ੍ਰਾਫੀ ਇੱਦਾਂ ਦੀ ਆ ਤਾਂ ਉਹਦੇ ਲਈ ਇਹਨਾਂ ਨੇ ਆਪਣਾ ਰੋਲ ਪਲੇ ਕਰਨਾ ਸੀਗਾ ਪਰ ਐਜ਼ ਐਨ ਡਾਇਰੈਕਟਰ ਤੁਹਾਡਾ ਕੀ ਰੋਲ ਸੀਗਾ ਕਿ ਮੈਂ ਕਿਵੇਂ ਦਾ ਦਿਖਾਉਣਾ ਇਸ ਚੀਜ਼ ਨੂੰ ਕਿ ਇਹ ਵੀ ਚੀਜ਼ਾਂ ਜੱਜ ਹੋਣਗੀਆਂ ਜੇ ਕੰਟੈਂਟ ਐਕਟਿੰਗ ਸਭ ਕੁਝ ਜੱਜ ਹੋਊਗਾ ਤਾਂ ਮੇਰਾ ਕੰਮ ਵੀ ਜੱਜ ਹੋਊਗਾ ਮੇਕਿੰਗ ਵੀ ਜੱਜ ਹੋਊਗੀ ਉਹ ਐਕਚੁਅਲੀ ਸਭ ਤੋਂ ਹੀ ਪਹਿਲਾਂ ਸੀਗੀ ਦਿਮਾਗ 'ਚ ਮਤਲਬ ਅਜੇ ਸਟੋਰੀ ਵੀ ਹੈ ਨਹੀਂ ਸੀ ਕੁਛ ਵੀ ਨਹੀਂ ਸੀ ਇੱਕ ਮੇਰੇ ਦਿਮਾਗ 'ਚ ਰਹਿੰਦੀ ਸੀ ਚੀਜ਼ ਕਿ ਮੈਂ ਜਦੋਂ ਕੁਛ ਪਹਿਲਾਂ ਕ੍ਰੀਏਟ ਕਰੂੰਗਾ ਉਹ ਐਟਲੀਸਟ ਇੱਕ ਬਾਰਡਰ ਲਾਈਨ ਜਿਹਦੇ ਤਾਂ ਖੜਾ ਹੋਵੇ ਉਹਦੋਂ ਥੱਲੇ ਨਾ ਹੋਵੇ ਅਤੇ ਉਹ ਮੇਰੀ ਥੋੜ੍ਹੀ ਸਟਰਗਲ ਸੀਗੀ ਆਪਣੇ ਆਪ ਨਾਲ ਹੀ ਸੀ ਕਿਉਂਕਿ ਡਾਇਰੈਕਸ਼ਨ ਪੁਆਇੰਟ ਆਫ ਵਿਊ ਤੋਂ ਚੀਜ਼ਾਂ ਕਲੀਅਰ ਸੀ ਬਟ ਅੱਗੇ ਸਿਨੇਮੈਟੋਗ੍ਰਾਫੀ ਆ ਜਾਂਦੀ ਆ ਤੇ ਬਾਕੀ ਸਾਰਾ ਓਵਰਆਲ ਜਿਹੜਾ ਤੁਸੀਂ ਲੁੱਕ ਐਂਡ ਫੀਲ ਦੇਣਾ ਉਹ ਫਿਰ ਤੁਹਾਨੂੰ ਡੀਓਪੀ ਵੀ ਓਨਾ ਕੁ ਸਕਿੱਲਡ ਚਾਹੀਦਾ ਓਨਾ ਕੁ ਸੈਂਸੀ ਚਾਹੀਦਾ ਤੇ ਮੈਂ ਵੀ ਕੰਮ ਕੀਤਾ ਜੀ ਐਜ਼ ਅ ਡੀਓਪੀ ਵੀ ਕੰਮ ਕੀਤਾ ਇੰਡਸਟਰੀ 'ਚ ਮੈਨੂੰ ਐਂ ਸੀਗਾ ਕਿ ਮੈਂ ਤਾਂ ਜੋ ਕਰ ਹੀ ਰਿਹਾ ਮੈਨੂੰ ਘੱਟੋ ਘੱਟ ਆਪਦੇ ਤੋਂ ਦੋ ਚਾਰ ਪੰਜ ਪਾਇਦਾਨ ਉੱਪਰ ਵਾਲਾ ਬੰਦਾ ਚਾਹੀਦਾ ਨਹੀਂ ਤਾਂ ਫਿਰ ਉਹ ਖੜਕਦੀ ਰਹਿੰਦੀ ਹੈ ਚੀਜ਼ ਵੀ ਯਾਰ ਮੈਂ ਹੀ ਆ ਜਾਂਦਾ ਕੈਮਰੇ 'ਤੇ ਫਿਰ ਮੇਰੇ ਇਹ ਵੀ ਲਿੰਕ 'ਚੋਂ ਹੀ ਸੀਗੇ ਸਰ ਅਨਿਲ ਦਵਈਆ ਹੈਦਰਾਬਾਦ ਤੋਂ ਨੇ ਬੰਬੇ ਤੋਂ ਨੇ ਵੈਸੇ ਤੇ ਉਹਨਾਂ ਨਾਲ ਸਾਡਾ ਰਾਬਤਾ ਹੋਇਆ ਉਹਨਾਂ ਨੇ ਤਾਂ ਫਿਰ ਆਪਦਾ ਕੰਮ ਮੈਨੂੰ ਲੱਗਦਾ ਬਾਖੂਬੀ ਪਲੇ ਕੀਤਾ ਜੀ ਉਹਨਾਂ ਨੇ ਉਹ ਚੀਜ਼ ਮਤਲਬ ਪਹਿਲੇ ਦਿਨ ਹੀ ਮੈਨੂੰ ਟੈਨਸ਼ਨ ਫਰੀ ਕਰਤਾ ਕਿ ਮੈਨੂੰ ਐਂ ਹੁੰਦਾ ਕਿ ਮੈਂ ਉਹਨਾਂ ਨੂੰ ਸਿਰਫ ਇਹ ਦੱਸਦਾ ਸੀ ਕਿ ਸਰ ਮਾਸਟਰ ਕੱਟਣਾ ਹੁਣ ਆਪਾਂ ਮਾਸਟਰ ਲਾਉਣੇ ਆ ਜੋ ਮਾਸਟਰ ਲਾਉਂਦੇ ਸੀ ਉਹ ਮੇਰੀ ਸੋਚ 'ਤੇ ਹੀ ਖੜਾ ਹੁੰਦਾ ਸੀ ਮਤਲਬ ਅਸੀਂ ਇੰਨੇ ਸਿੰਗਡ ਸੀਗੇ ਮੈਂ ਡੀਓਪੀ ਨਾਲ ਮੈਂ ਬਹੁਤ ਕੰਮ ਕੀਤਾ ਅਲੱਗ ਅਲੱਗ ਬੰਦਿਆਂ ਨਾਲ ਉਹ ਪਹਿਲਾ ਬੰਦਾ ਮੈਨੂੰ ਮਿਲਿਆ ਜੋ ਜਿਹੜੇ ਮੇਰੇ ਫਰੇਮ ਦਿਮਾਗ 'ਚ ਨੇ ਉਹ ਪ੍ਰੈਕਟੀਕਲੀ ਇੰਪਲੀਮੈਂਟ ਕਰ ਰਿਹਾ ਹੁੰਦਾ ਸੀ ਸੋ ਮੈਂ ਟੈਨਸ਼ਨ ਫ੍ਰੀ ਹੋ ਕੇ ਆਰਾਮ ਨਾਲ ਬਹਿ ਜਾਂਦਾ ਸੀ ਕਿ ਹੋ ਗਿਆ ਕੰਮ ਤੇ ਇਹ ਸੀਰੀਜ਼ ਨੂੰ ਯੂਟਿਊਬ ਤੇ ਲਿਆਉਣ ਦਾ ਡਿਸੀਜਨ
ਕਿਹਨੇ ਬਣਾਇਆ ਸੀਗਾ, ਕਿਉਂਕਿ ਸਾਡੇ ਕੋਲ ਓ ਟੀ ਟੀ ਪਲੈਟਫਾਰਮਸ ਵੀ ਨੇ, ਮੈਕਸੀਮਮ ਸੀਰੀਜ਼ ਜਿਹੜੀਆਂ ਨੇ ਓ ਟੀ ਟੀ ਪਲੈਟਫਾਰਮ 'ਤੇ ਹੀ ਜਾਂਦੀਆਂ ਨੇ, ਅਤੇ ਯੂਟਿਊਬ ਤੁਸੀਂ ਕਿਉਂ ਚੁਣਿਆ? ਜਿਹੜੀ ਪਹਿਲੀ ਗੱਲ ਜੀ ਆਪਾਂ ਸ਼ੁਰੂ 'ਚ ਹੀ ਕੀਤੀ ਹੈ ਜੀ, ਯੂਟਿਊਬ ਸਾਡਾ ਪਹਿਲਾ ਹੀ ਮਤਲਬ ਪਹਿਲਾਂ ਕਲੀਅਰ ਹੀ ਸੀਗਾ ਕਿ ਅਸੀਂ ਯੂਟਿਊਬ ਲਈ ਬਣਾ ਰਹੇ ਹਾਂ। ਅੱਛਾ, ਸਾਨੂੰ ਵੀ ਪਤਾ ਸੀ ਯੂਟਿਊਬ ਦੇ ਹਿਸਾਬ ਨਾਲ ਥੋੜ੍ਹਾ ਕੈਨਵਸ ਵੱਡਾ ਹੈ, ਵਿਜੂਅਲੀ ਕਹਿ ਲਓ ਜਾਂ ਕਿੱਦਾਂ ਵੀ, ਜੋ ਸਾਡੇ ਐਫਰਟ ਆ ਉਹਦੇ ਹਿਸਾਬ ਨਾਲ, ਬਟ ਸਾਨੂੰ ਇਹ ਸੀਗਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਦੇ ਨਾਲ ਜੋੜਨਾ ਹੈ, ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਪਿੰਡਾਂ 'ਚ ਯੂਟਿਊਬ ਤੱਕ ਹੀ ਸੀਮਿਤ ਨੇ, ਉਹਨਾਂ ਕੋਲ ਅਜੇ ਓ ਟੀ ਟੀਜ਼ ਨਹੀਂ ਹੈ। ਬਿਲਕੁਲ ਹਾਂ, ਖਾਸ ਤੌਰ 'ਤੇ ਜਿਹੜੇ ਸਾਡੇ ਤੋਂ ਵੱਡੇ ਵੀਰੇ ਆ, ਜਿਹੜੇ ਜਾਂ ਸਾਡੀਆਂ ਭੈਣਾਂ ਨੇ ਜਾਂ ਆਂਟੀਜ਼ ਨੇ ਜਾਂ ਮਾਤਾ ਚਾਚੀਆਂ ਨੇ, ਉਹਨਾਂ ਕੋਲ ਓ ਟੀ ਟੀਜ਼ ਨਹੀਂ ਹੈਗੇ, ਉਹ ਹੁਣ ਕਿੱਥੇ ਕੋਈ ਵੀ ਨਹੀਂ ਫੋਲੋ ਕਰਦੇ, ਹੈ ਨਾ, ਉਹਨਾਂ ਨੂੰ ਤਾਂ ਫ੍ਰੀ ਦੀ ਚੀਜ਼ ਚਾਹੀਦੀ ਹੈ, ਅਤੇ ਇੱਕ ਸਰਚ ਇੰਜਨ ਇੰਨਾ ਸੌਖਾ ਚਾਹੀਦਾ ਹੈ ਜਿੱਥੇ ਉਹ ਬੋਲ ਕੇ ਦੱਸ ਸਕਣ ਕਿ ਵੈਬ ਸੀਰੀਜ਼ ਤੇ ਆ ਜਾਣ ਸਾਰੀਆਂ। ਸਾਨੂੰ ਪਹਿਲਾਂ ਸਾਡਾ ਲਾਲਚ ਹੀ ਇਹ ਸੀ ਕਿ ਅਸੀਂ ਲੋਕਾਂ 'ਚ ਵੜਨਾ ਹੈ, ਉਹਦੇ ਲਈ ਯੂਟਿਊਬ ਹੀ ਸੀ ਸਾਡੇ ਕੋਲ ਇੱਕੋ ਇੱਕ। ਤੇ ਇੱਕ ਵਾਰੀ ਤੁਹਾਨੂੰ ਯਾਦ ਹੈ ਕਿ ਆਪਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਆਪਣੇ ਕੋਲ ਨੈਚੁਰਲ ਐਕਟਰ ਬਹੁਤ ਘੱਟ ਨੇਗੇ, ਹਰ ਕੋਈ ਮੈਥਡ ਆਰਟਿਸਟ ਹੀ ਬਣਨਾ ਚਾਹੁੰਦਾ, ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਨੈਚੁਰਲ ਆਰਟਿਸਟ ਬਹੁਤ ਨੈਚੁਰਲ ਹੈ, ਹੈਨਾ, ਬਹੁਤ ਨੈਚੁਰਲ। ਜਿਹੜਾ ਮੋਹਿਤ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਜਿੱਥੇ ਉਹ ਭੂਮਿਕਾ ਇਨਵਾਈਟ ਕਰਕੇ ਜਾਂਦੀ ਹੈ ਕਿ ਤੁਸੀਂ ਡਿਨਰ ਤੇ ਅੱਜ ਮੇਰੇ ਘਰੇ ਆਉਣਾ ਪੀਵਾਂਗੇ, ਤੇ ਜਿੱਥੇ ਕਹਿੰਦਾ ਵੀ ਮੈਂ ਤਾਂ ਪੀਊਂਗਾ ਪੀਵਾਂਗੇ ਤੇ ਪੀਵਾਂਗੇ, ਉਹ ਵਾਲਾ ਜਿਹੜਾ ਐਕਟ ਸੀ ਮੈਨੂੰ ਲੱਗਦਾ ਕਿ ਉਸ ਤੋਂ ਨੈਚੁਰਲ ਹੋ ਹੀ ਨਹੀਂ ਸਕਦਾ, ਵੀ ਜੇ ਕਿਤੇ ਉੱਥੇ ਕੈਮਰਾ ਵੀ ਨਾ ਹੁੰਦਾ, ਜੇ ਕਿਤੇ ਉਹ ਅਸਲ ਜ਼ਿੰਦਗੀ ਦਾ ਕੋਈ ਉਹ ਸੀਨ ਹੁੰਦਾ ਜਾਂ ਵਾਕਿਆ ਹੁੰਦਾ ਤਾਂ ਉਹ ਫਿਰ ਵੀ ਉਵੇਂ ਦਾ ਹੀ ਹੋਣਾ ਸੀਗਾ। ਪਰ ਉਹ ਮੇਰੇ ਤੋਂ ਵੀ ਵਧੀਆ ਬੋਲਿਆ ਸੀ ਮੋਹਿਤ ਨੇ, ਉਹ ਜਦੋਂ ਕੈਮਰੇ ਦਾ ਟੇਕ ਆਇਆ ਉਹਦੇ 'ਚ ਉਨਾ ਉੱਠ ਕੇ ਨਹੀਂ ਆਇਆ, ਮੈਂ ਤਾਂ ਬੋਲਤਾ ਸੀ ਨੋਰਮਲੀ, ਮੇਰਾ ਤਾਂ ਐਕਸੈਂਟ ਹੀ ਐਵੇਂ, ਹੈ ਨਾ, ਮੈਂ ਕਿਹਾ ਵੀ ਪੀਣੀ ਤਾਂ ਹੈਗੀ ਵੀ ਹੈ, ਮੈਂ ਤਾਂ ਐਂ ਕਿਹਾ, ਉਹ ਮੈਂ ਮੋਹਿਤ ਨੂੰ ਹੰਗਾਰਾ ਭਾਲ ਰਿਹਾ ਸੀ, ਉਹ ਕਹਿੰਦਾ ਲੇਕਿਨ ਭਈਆ ਮੈਂ ਤਾਂ ਪੀਤਾ ਹੀ ਨਹੀਂ, ਤੇ ਉਹ ਉਦੋਂ ਦਾ ਨਾ ਸਾਡੇ ਹਾਸੇ ਨਿਕਲ ਗਏ, ਕੈਮਰਾ ਬਾਈ ਨੇ ਡੀ ਓ ਪੀ ਨੇ ਬਹੁਤ ਔਖਾ ਸ਼ੂਟ ਕੀਤਾ, ਹੈਂਡ ਹੈਲਡ ਸ਼ੋਲਡਰ ਤੇ ਕਰ ਰਿਹਾ ਸੀ, ਉਹ ਇੰਨਾ ਮਤਲਬ ਸਪੋਂਟੇਨੀਅਸਲੀ ਉਹਨੇ ਬਹੁਤ ਕਾਸ਼ੀ ਕਰੈਕਟਰ ਨੇਮ ਉਹਨਾਂ ਦਾ ਜਿਹੜੇ ਪੋਲੀਟੀਕਲੀ ਉਹਨਾਂ ਨੂੰ ਗਾਈਡ ਕਰ ਰਹੇ ਨੇ ਰਾਠੀ ਤੇ ਉਹਨਾਂ ਨੇ ਵੀ ਆਪਣਾ ਕਰੈਕਟਰ ਬਹੁਤ ਸੋਹਣਾ ਪਲੇ ਕੀਤਾ ਹਨਾ ਤੇ ਇਸ ਤੋਂ ਇਲਾਵਾ ਹੋਰ ਜਿੱਥੇ ਪ੍ਰੋਡਿਊਸਰ ਬਹੁਤ ਘੱਟ ਮਿਲਦਾ, ਜਿਹੜਾ ਕਹਿੰਦਾ ਬਾਈ ਤੁਸੀਂ ਹੀ ਕਰਨਾ ਜੋ ਕਰਨਾ ਗਾ, ਕ੍ਰੀਏਟੀਵਿਟੀ ਦੇ ਵਿੱਚ ਉਹ ਕੋਈ ਵੀ ਉਂਗਲੀ ਨਹੀਂ ਕਰ ਰਿਹਾ, ਕੋਈ ਐ ਨਹੀਂ ਕਹਿ ਰਿਹਾ ਵੀ ਨਹੀਂ ਯਾਰ ਐ ਨਾ ਕਰੋ ਐ ਕਰ ਲੋ, ਹੈ ਨਾ, ਕ੍ਰੀਏਟਿਵ ਫੀਲਡ ਸਾਰਾ ਹੀ ਉਹਨਾਂ ਨੇ ਤਿੰਨਾਂ ਤੇ ਛੱਡਿਆ ਹੋਇਆ ਸੀਗਾ ਵੀ ਤੁਹਾਨੂੰ ਬੈਟਰ ਪਤਾ ਇਹਦੇ ਬਾਰੇ, ਮੈਂ ਸਿਰਫ ਪੈਸੇ ਲਾ ਸਕਦਾ, ਤਾਂ ਉਹ ਬਹੁਤ ਵੱਡੀ ਰਿਲੀਫ ਸੀ ਸਾਡੇ ਲਈ। ਬਿਲਕੁਲ, ਤੇ ਅੱਗੇ ਸਾਨੂੰ ਇਹ ਸੀਗਾ ਵੀ ਹੁਣ ਅਸੀਂ ਇੱਕ ਗੱਲ ਕਹਿੰਦੇ ਹੁੰਦੇ ਸੀ ਜਦੋਂ ਲਿਖ ਵੀ ਰਹੇ ਸੀ ਤੇ ਬਣ ਵੀ ਰਹੀ ਸੀ ਵੀ ਜੇ ਬੁਰੀ ਬਣਦੀ ਆ ਤਾਂ ਉਹ ਸਾਡੇ ਤਿੰਨਾਂ ਦੀ ਵਜ੍ਹਾ ਕਰਕੇ ਬਣਦੀ, ਜੇ ਅੱਛੀ ਬਣਦੀ ਆ ਤਾਂ ਆਪਾਂ ਲੈ ਲਾਂਗੇ ਕ੍ਰੈਡਿਟ, ਹਾਂ ਯਾਰ ਅਸੀਂ ਕੀਤਾ ਤੇ ਐਫਰਟ ਕੀਤਾ, ਅਸੀਂ ਬਹੁਤ ਕਲੀਅਰ ਸੀ ਮਾਇੰਡ ਦੇ ਵਿੱਚ ਵੀ ਆਹੀ ਕਰਨਾ ਗਾ, ਉਹਦੇ ਉਸੇ ਲੀਕ ਨੂੰ ਫੜ ਕੇ ਅਸੀਂ ਚੱਲੇ ਵੀ ਜਿਹੜੀ ਕਾਮੇਡੀ ਵੀ ਆ ਉਹ ਕਰਨ ਲਈ ਕਾਮੇਡੀ ਨਹੀਂ ਕਰਨੀ। ਜਿਵੇਂ ਮਨਾਲੀਏ ਦਾ ਤੁਸੀਂ ਗੱਲ ਕੀਤੀ ਸੀਗੀ, ਮਨਾਲੀਏ ਦਾ ਇੰਨਾ ਨੈਚੁਰਲ ਇਸ ਕਰਕੇ ਆ, ਇਹ ਕੋਈ ਬੈਗੇਜ ਨਹੀਂ ਲੈ ਕੇ ਆਇਆ ਮੈਂ ਕਿਸੇ, ਐਗਜੈਕਟਲੀ, ਇਹ ਕੋਈ ਬੋਝ ਨਹੀਂ ਲੈ ਕੇ ਆਇਆ ਵੀ ਯਾਰ ਮੈਂ ਨਾ ਮੈਂ ਉੱਥੇ ਐਂ ਕੀਤਾ ਸੀ, ਮੈਂ ਇਹਨੂੰ ਐਂ ਕਰੂੰ ਮੈਂ ਐਂ ਕਰੂੰ, ਇਹਨੂੰ ਇਹ ਨੈਚੁਰਲ ਪਲੇ ਕਰਦਾ, ਇਹਨੂੰ ਜੋ ਸਿਚੁਏਸ਼ਨ ਸਮਝ ਆਉਂਦੀ ਹੈਗੀ ਉਹ ਸਮਝਦਾ, ਇਹ ਇੱਕ ਵਾਰੀ ਪੜ੍ਹਦੇ ਸੀ ਅਸੀਂ ਦੋਨੇ ਸੀਨ ਮੈਂ ਤੇ ਮਨਾਲੀਆ, ਹਨਾ, ਫਿਰ ਫਲੋ ਦੇ ਵਿੱਚ ਇਹ ਇੰਪਰੋਵਾਈਜ਼ ਵੀ ਬਹੁਤ ਕਰ ਜਾਂਦਾ ਸੀ, ਉਹ ਇਹਦਾ ਮਤਲਬ ਆਪਦਾ ਹੈਗਾ ਇੱਕ, ਹਨਾ, ਟੈਲੈਂਟ ਪਤਾ ਲੱਗਦਾ ਸੀ, ਪਤਾ ਲੱਗ ਜਾਂਦਾ, ਹਨਾ, ਤਾਂ ਇਹ ਇੱਕ ਬੈਗੇਜ ਨਹੀਂ ਲੈ ਕੇ ਆਇਆ ਹੋਇਆ ਸੀ, ਇਸ ਕਰਕੇ ਬਹੁਤ ਨੈਚੁਰਲ ਪਲੇ ਕਰਦਾ। ਜਿਹੜੀ ਗੱਲ ਮਨਾਲੀ ਦਾ ਆਪ ਹੀ ਕਹਿੰਦਾ ਵੀ ਯਾਰ ਮੈਨੂੰ ਲੱਗਦਾ ਵੀ ਇੰਨੀ ਨੋ ਸੈਂਸ ਨਾਲ ਅਸੀਂ ਦੁਬਾਰੇ ਨਹੀਂ ਪਲੇ ਕਰ ਸਕਾਂਗੇ, ਹਨਾ, ਇਹਦਾ ਠੀਕ ਹੈ ਕੰਸਰਨ, ਪਰ ਮੈਨੂੰ ਐਂ ਲੱਗਦਾ ਵੀ ਜੇ ਅਸੀਂ ਆਪਾਂ ਬੈਗੇਜ ਨੂੰ ਚੱਕ ਲਵੇ ਅਸੀਂ ਇੰਨਾ ਵਧੀਆ ਕੀਤਾ ਯਾਰ ਉਵੇਂ ਹੀ ਕਰਨਾ, ਤਾਂ ਫਿਰ ਨਹੀਂ ਹੋਊਗਾ, ਫਿਰ ਜੇ ਅਸੀਂ ਉਸੇ ਤਰ੍ਹਾਂ ਕਰੈਕਟਰ ਨੂੰ ਸਮਝ ਕੇ ਚੱਲਾਂਗੇ ਤਾਂ ਮੈਨੂੰ ਲੱਗਦਾ ਉਨੀ ਫੇਰ ਹੋ ਜਾਊਗਾ। ਇਹਨਾਂ ਜੀ ਅਸਲ 'ਚ ਕਹਾਣੀ ਦੀ ਕਿਸਮਤ ਬਾਹਲੀ ਵੱਡੀ ਸੀ,
ਮਤਲਬ ਮੈਂ ਇਹ ਚੀਜ਼ਾਂ 'ਚ ਬਹੁਤ ਵਿਸ਼ਵਾਸ ਰੱਖਦਾ। ਮੈਂ ਰਾਜ ਬਾਈ ਨੂੰ ਕਹਿੰਦਾ ਹੁੰਦਾ, ਮੈਂ ਕਿਹਾ ਜੇ ਮੇਰੇ ਕੋਲ ਬਹੁਤ ਪੈਸਾ ਹੁੰਦਾ ਨਾ ਵੀ ਇੰਨਾ ਕੁ ਪੈਸਾ ਹੁੰਦਾ, ਇਹ ਕਹਾਣੀ ਮੈਂ ਲੈ ਲੈਂਦਾ ਵੀ ਮੈਂ ਆਪ ਪੈਸੇ ਲਾ ਕੇ ਸ਼ੂਟ ਕਰ ਦਿੰਦਾ। ਵੀ ਐਂ ਨਹੀਂ ਸੀ ਕਿ ਡੈਡ ਸ਼ੋਰ ਵੀ ਆਹ ਹੋ ਜੂਗੀ, ਹੈ ਨਾ। ਇੱਕ ਤਾਂ ਵੈਸੇ ਜੀ ਯੂਟਿਊਬ ਦੀ, ਜਿਵੇਂ ਪਹਿਲਾਂ ਯੂਟਿਊਬ ਨਾ ਆਪਣੀ ਇੰਡਸਟਰੀ ਵੱਲੋਂ ਦਰਕਾਰੀ ਵੀ ਹੈ ਵੈਸੇ। ਐਂ ਕਹਿੰਦੇ ਨੇ ਮਤਲਬ ਯੂਟਿਊਬ ਕੀ ਹੈ, ਯੂਟਿਊਬ 'ਚ ਇੰਨਾ ਪੈਸਾ ਹੈ ਆਪਣੀ ਇੰਡਸਟਰੀ ਕੋਲ? ਬਿਲਕੁਲ, ਐਡੇ OTT ਹੈ ਆਪਣੇ ਕੋਲ, ਯੂਟਿਊਬ ਤੋਂ ਵੱਡਾ ਪਲੇਟਫਾਰਮ ਵੀ ਹੁਣ ਤੱਕ ਸਾਡੇ ਕੋਲ ਕੋਈ ਵੀ ਨਹੀਂ ਹੈਗਾ। ਯੂਟਿਊਬ ਸ਼ਹਿਰੀਵਾਨ ਯੂਟਿਊਬ ਨੇ ਬਣਾਇਆ ਹੈ। ਹਾਂ, ਕੋਈ ਕਹਿ ਦੂਗਾ ਅੱਜ ਐਡਾ ਆਰਟਿਸਟ ਹੈ, ਉਹਨੇ ਆਪਦੀ ਸਾਰੀ ਲਾਈਫ ਚੇਂਜ ਕਰ ਲਈ ਯਾਰ ਯੂਟਿਊਬ। ਮਤਲਬ ਯੂਟਿਊਬ ਐ ਨੀ ਹੈਗਾ ਵੀ ਉਹੀ ਹਰੇਕ ਨੂੰ ਹੀ ਚੱਕ ਕੇ ਹਿੱਟ ਕਰ ਦਿੰਦੀ ਆ। ਯੂਟਿਊਬ ਵਧੀਆ, ਇਹ ਵੈਸੇ ਆਪਣੇ ਇੱਕ ਟੈਬੂ ਬਣ ਜਾਂਦਾ ਜੀ, ਹਾਂ OTT ਐਂ ਕਰੋ, ਠੀਕ ਹੈ ਜੇ ਤੁਹਾਨੂੰ। ਅੱਛਾ ਜੇ ਦੌਰ ਆਉਂਦਾ ਜੀ OTT, ਫਿਰ ਦਿਓ ਪੈਸੇ OTT ਵਾਲੇ, ਪੈਸੇ ਦੇਣ ਜਿਹੜੀ ਚੀਜ਼ ਦੇ ਪੈਸੇ। ਮੰਨ ਲਓ ਅੱਜ ਕਿਸੇ ਨੇ 10 ਰੁਪਏ ਰਾਜ ਬਾਈ ਲਾ ਰਿਹਾ, 15 ਦੀ ਵੇਚੂਗਾ ਚੀਜ਼, 10 ਦੀ 8 ਦੀ ਤਾਂ ਵੇਚਣ ਨੂੰ ਰਿਹਾ। OTT ਵਾਲੇ ਤਾਂ ਇੰਨਾ ਤਾਂ ਵਿਚੋਲੇ ਨੀ, ਰਿਸਟ੍ਰਿਕਸ਼ਨਾਂ ਰੱਖਦੇ ਵੀ ਮੁੰਡਾ ਆਹ ਨਾ ਕਰਦਾ, ਜਿੰਨੀਆਂ ਉਹਨਾਂ ਦੀਆਂ ਹੁੰਦੀਆਂ ਨੇ ਅਸੀਂ ਐਂ ਕਰਾਂਗੇ। ਸਾਡਾ ਮੈਨ ਤਾਂ ਹਜੇ ਤੱਕ ਯਕੀਨ ਹੀ ਨੀ ਵੀ ਸਾਡਾ ਕੰਟੈਂਟ ਵਧੀਆ ਚੱਲ ਰਿਹਾ, ਸੱਚੀ ਗੱਲ ਹੈ। ਮੈਂ ਤਾਂ ਜਦੋਂ ਵੀ ਇਹ ਪੁੱਛਦੇ, ਅਸੀਂ ਆਪਸ ਵਿੱਚ ਗੱਲ ਕਰਦੇ, ਮੈਂ ਕਿਹਾ ਯਾਰ ਬਾਈ 10ਵੇਂ ਐਪੀਸੋਡ ਤੋਂ ਬਾਅਦ ਪਤਾ ਲੱਗੂਗਾ, ਮੈਂ ਤਾਂ ਇਹੀ ਕਹਿ ਰਿਹਾ। ਚਲੋ ਜੇ ਬਹੁਤ ਹਿੱਟ ਹੋ ਜਾਏ, ਆਪਾਂ ਨੂੰ ਆਪ ਨੂੰ ਇੰਨਾ ਰਿਲਾਈਜ਼ ਵੀ ਨਹੀਂ ਹੁੰਦਾ ਹੁੰਦਾ, ਆਪਾਂ ਸੁਭਾਅ ਨੇ ਆਪਣੇ ਆਪੋ ਆਪਣੇ, ਕਿਸੇ ਨੇ ਵਿਆਹ 'ਚ ਲਲਕਾਰੇ ਮਾਰਨੇ, ਕਿਸੇ ਨੇ ਗੱਲਾਂ ਮਾਰ ਕੇ ਮੁੜੇ ਆਉਣਾ, ਆਪੋ ਆਪਣੇ ਨੇਚਰ ਹੈ। ਪਰ ਇਹ ਆ ਗੱਲ ਵੀ ਐਂ ਤਾਂ ਨਾ ਯਾਰ ਤੁਸੀਂ ਹਰੇਕ ਨੂੰ ਦਰਕਾਰ ਦਿਆ ਕਰੋ ਵੀ ਯੂਟਿਊਬ ਹੈ ਜੀ, ਇਹ ਯੂਟਿਊਬ ਤੇ ਕਿਉਂ ਨੀ ਵਧੀਆ ਆ ਸਕਦਾ? ਬਿਲਕੁਲ, ਜਦੋਂ ਬਣ ਗਿਆ ਸੀ ਨਾ ਸਾਰਾ ਕੁਛ ਰੈਡੀ ਹੋ ਗਿਆ ਤੇ ਅਸੀਂ ਪੋਸਟਰ ਵਗੈਰਾ ਰੈਡੀ ਕਰ ਲਿਆ, ਤੇ ਸਾਨੂੰ ਹੁਣ ਇੰਡਸਟਰੀ ਆਪਣੀ ਇੰਡਸਟਰੀ 'ਚ ਬਹਿੰਦੇ ਉੱਠਦੇ ਹਾਂ, ਕਈ ਕੰਸਰਨਡ ਬੰਦੇ ਵੀ ਹੁੰਦੇ ਆ, ਕਈ ਸਵਾਲ ਵੀ ਕਰਦੇ ਆ ਕਿ ਯਾਰ ਇਹ ਤੁਸੀਂ ਇੱਥੇ ਕਿਉਂ ਪਾ ਰਹੇ ਹੋ, ਤੁਸੀਂ ਬੜੀ ਵੱਡੀ ਸਟੇਟਮੈਂਟ ਕਹੀ ਸੀ, ਉਹ ਕਹਿੰਦਾ ਵੈਸਟ ਦੀ ਆਰਟ 'ਚ ਨਾ ਆਤਮਾ ਨੀ ਹੁੰਦੀ ਬਈ, ਉਹ ਕਮਰਸ਼ੀਅਲੀ ਆਉਂਦੇ ਨੇ ਪ੍ਰੋਪਰ, ਇਹ ਲੋਕ ਵੀ ਤਾਂ ਆਤਮਾ ਹੀ ਖਤਮ ਕਰ ਰਹੇ ਨੇ, ਹੋਰ ਕੀ ਹੈ। ਮਤਲਬ ਆਪਣੇ ਆਪਣਾ ਕੰਟੈਂਟ ਵਰਲਡ ਵਾਈਡ ਇੰਡੀਆ ਦਾ ਹੀ ਕਹੂੰਗਾ ਮੈਂ ਪ੍ਰੋਪਰ, ਕਿਉਂ ਚੱਲਦਾ ਸਾਊਥ ਦਾ, ਕਿਉਂ ਚੱਲਦੀਆਂ ਨੇ ਇਹਨਾਂ 'ਚ, ਕਿਤੇ ਨਾ ਕਿਤੇ ਭਾਵੁਕਤਾ, ਆਤਮਾ, ਸਾਰੀਆਂ ਚੀਜ਼ਾਂ ਨੇ ਕਮਰਸ਼ੀਅਲ, ਫੁੱਲ ਪੈਕੇਜ ਆਉਂਦਾ। ਇਹ ਐਂ ਨੀ ਆਉਂਦਾ ਵੀ ਹਾਂ ਅਸੀਂ ਜਿਵੇਂ ਆਪਾਂ ਕਹਿੰਦੇ ਝੋਨੇ ਦੀ ਟਰਾਲੀ ਹੈ, ਉਹਦੇ 'ਚ ਭਾਵੁਕਤਾ ਵੀ ਹੁੰਦੀ ਹੈ, ਉਹ ਐਂ ਥੋੜੀ ਹੁੰਦਾ ਵੀ ਉਹੀ ਲੈ ਕੇ ਤੁਰ ਪਿਆ ਜ਼ਿਮੀਦਾਰ, ਉਹਨੇ ਵੱਢੀ ਪਾਲੀ ਸਾਰਾ ਕੁਝ ਕੀਤਾ। ਸੋ ਤਾਂ ਉਹ ਸਵਾਦ ਆਉਂਦਾ, ਝੋਨੇ ਦੀ ਟਰਾਲੀ 'ਚ ਕੋਈ ਇੰਨੇ ਪੈਸੇ ਨਹੀਂ ਬਚਦੇ ਹੁੰਦੇ, ਪਰ ਜਿਹੜਾ ਉਹ ਘਰੇ ਪੈਸਾ ਆਉਣਾ ਉਹਦਾ ਸਵਾਦ ਤਾਂ ਹੁੰਦਾ ਵੀ ਉਹ 'ਚ ਭਾਵੁਕਤਾ ਬਹੁਤ ਆ, ਸਾਰੇ ਪਰਿਵਾਰ ਦੀਆਂ ਇਮੋਸ਼ਨ ਜੁੜੇ ਹੁੰਦੇ ਨੇ। ਇਹ ਤਾਂ ਬਸ, ਇਹ ਤਾਂ ਐਂ ਕਹਿੰਦੇ ਨੇ ਜੀ ਜਿਵੇਂ ਨਾ ਵੀ ਬੋਰੀ 'ਚ ਬੰਨ ਕੇ ਫੜਾ ਦਿਓ ਇਹਨਾਂ ਨੂੰ ਹਾਰਡ ਡਰਾਈਵਾਂ ਤੇ ਵੇਚ ਆਓ। ਉਹ ਡੀਲ ਵੀ ਐਡੀ ਇਮੋਸ਼ਨਲੈਸ ਤਰੀਕੇ ਨਾਲ ਹੋ ਰਹੀ ਹੁੰਦੀ ਹੈ ਨਾ ਉੱਥੇ, ਸੱਚੀ ਕਈ ਥਾਵਾਂ ਦੇ ਸਾਡੇ ਤੋਂ ਬਹੁਤ ਲੋਕੀ ਲੈਣਾ ਚਾਹੁੰਦੇ ਸੀਗੇ ਇਹ ਵੈਬ ਸੀਰੀਜ਼, ਹੈ ਨਾ, ਪਰ ਐਂ ਗਿਲਟ ਫੀਲ ਹੋਣ ਲੱਗ ਜਾਂਦਾ ਸੀ ਵੀ ਯਾਰ ਅਸੀਂ ਕੋਈ ਗਲਤੀ ਕਰਤੀ ਬਣਾ ਕੇ, ਸੱਚੀ ਲੱਗਦਾ ਸੀਗਾ, ਹੈ ਨਾ, ਕਿਉਂਕਿ ਉਹ 'ਚ ਸੱਚੀ ਜਿਵੇਂ ਝੋਨੇ ਦੀ ਟਰਾਲੀ ਦਾ ਚਾਅ ਹੁੰਦਾ ਨਾ ਸਾਰੇ ਪਰਿਵਾਰ ਨੂੰ, ਉਵੇਂ ਸਾਨੂੰ ਇਹਦਾ ਸੀਰੀਜ਼ ਦਾ ਚਾਅ ਸੀ ਵੀ ਅਸੀਂ ਇੱਕ ਚਾਹ ਨਾਲ ਚੀਜ਼ ਬਣਾਈ ਹੈਗੀ, ਬਹੁਤ ਸੱਚੀ ਸਾਰਿਆਂ ਦਾ ਐਫਰਟ ਤੇ ਮਿਹਨਤ ਬਹੁਤ ਲੱਗੀ ਸੀਗੀ, ਇਮੋਸ਼ਨ ਵੀ ਸੀ ਉਹ 'ਚ, ਕਿਉਂਕਿ ਆਪ ਹੀ ਸਾਰੇ ਕ੍ਰੀਏਟ ਕੀਤੀਆਂ ਚੀਜ਼ਾਂ ਹੁੰਦੀਆਂ ਨਾ, ਸਾਡਾ ਮੇਰਾ ਤੇ ਮਨਾਲੀ ਦਾ ਪਹਿਲਾ ਕੰਮ ਸੀ ਐਜ਼ ਏ ਰਾਈਟਰ ਵੀ, ਹੈ ਨਾ, ਚਲੋ ਐਕਟਿੰਗ ਤਾਂ ਕੀਤੀ ਸੀ ਪਰ ਐਜ਼ ਏ ਰਾਈਟਰ ਮਤਲਬ ਮੈਂ ਬਹੁਤ ਉਸ ਚੀਜ਼ ਨੂੰ ਲੈਂਦਾ ਸੀਗਾ ਕਿ ਯਾਰ ਲੋਕਾਂ ਦੇ ਸਾਹਮਣੇ ਆਹ ਆਉਣਾ ਪਹਿਲਾਂ ਐਜ਼ ਏ ਰਾਈਟਰ, ਹੈ ਨਾ। ਪਰ ਸੱਚੀ ਉਹ ਜਿਵੇਂ ਡੀਲ ਕਰਦੇ ਆ ਨਾ, ਤੁਹਾਨੂੰ ਐਂ ਲੱਗਦਾ ਵੀ ਜਿਵੇਂ ਬਾਕੀ ਦਾ ਸਭ ਕੁਛ ਲਿਆ ਕੇ ਉਹਨਾਂ ਨੇ ਸੁੱਟਤਾ ਨਾ ਬੋਰੀ ਮੁੱਦੇ ਕਰਕੇ ਕੱਢ ਲਿਆ ਨਾ, ਉਵੇਂ ਇਹਨੂੰ ਕੱਢਣਗੇ ਤਾਂ ਉੱਥੇ ਹਰਟ ਹੁੰਦਾ ਫਿਰ। ਅਸਲ 'ਚ ਮੈਨੂੰ ਲੱਗਦਾ ਜੀ ਉਹਨਾਂ ਦੇ ਵੀ ਐਕਸਪੀਰੀਅੰਸ ਮਾੜੇ ਰਹਿ ਜਾਂਦੇ ਨੇ, ਉਹ ਵੀ ਹੈ ਤਾਂ ਆਪਣੇ ਬੰਦੇ ਹੀ ਨੇ ਜਿਹੜੇ ਵੀ ਕੋਹੇ ਕਾ, ਉਹਨਾਂ ਨੂੰ ਲੋਕ ਲੁੱਟ ਲੱਟ ਜਾਂਦੇ ਨੇ, 2-4 ਚੂਨਾ ਲਾ ਗਏ, ਉਹ ਅਗਲਾ ਫਿਰ 5ਵੇਂ ਨੂੰ ਵੀ ਐਜ਼ ਇਟ ਇਜ਼ ਹੀ ਡੀਲ ਕਰਦਾ, ਇਹ ਵੀ ਚੱਕਰ ਹੋ ਜਾਂਦਾ। ਇੱਕ ਜਿਵੇਂ ਤੁਸੀਂ ਕਹਿੰਦੇ ਕਿ ਟੈਬੂ ਬਣ ਜਾਂਦਾ ਵੇ, ਕਿਸੇ ਨੇ ਬੜਾ ਸੋਹਣਾ ਕੰਟੈਂਟ ਬਣਾਇਆ ਹੋਇਆ, ਐਵੇਂ ਕਿਸੇ ਕੋਲੇ ਲੈ ਕੇ ਗਏ ਕਿ ਮੈਂ ਕੰਟੈਂਟ ਬਣਾਇਆ, ਮੈਂ ਚਾਹੁੰਦਾ ਕਿ ਤੁਸੀਂ ਆਪਣਾ ਪਲੈਟਫਾਰਮ ਦੇ ਦਿਓ ਮੇਰੇ ਕੰਟੈਂਟ ਨੂੰ, ਉਹ ਕਹਿੰਦੇ ਬਾਕੀ ਸਾਰਾ ਕੁਝ ਵਧੀਆ, ਇੱਕ ਵੱਡਾ ਗਾਣਾ ਪਵਾ ਦੇ, ਉਹ ਕਹਿੰਦੇ ਇਹ ਤਾਂ ਫਿਰ ਸੋਰੀ ਬਦਲ ਜੂਗੀ ਪੂਰੇ ਕੰਟੈਂਟ ਦੀ, ਕਹਿੰਦੇ ਨਹੀਂ ਭਾਜੀ ਫਿਰ ਪ੍ਰਮੋਸ਼ਨ ਤਾਂ ਗਾਣੇ ਨਾਲ ਹੀ ਹੋਣੀ ਹੈ। ਮੇਰੀ ਨਹੀਂ ਅੱਗੇ ਇੱਥੇ ਗੱਲ ਮੈਂ ਕੈਰੀ ਕਰਨੀ ਸੀ ਕਿ ਹੁਣ ਇੱਕ ਪੈਕੇਜ ਬਣਾ ਲਿਆ, ਇੱਕ ਮੇਕਰ ਨੇ, ਐਕਟਰਸ ਨੇ, ਰਾਈਟਰਸ ਨੇ, ਉਹ ਚੀਜ਼ ਬਣਾ ਕੇ ਇੱਕ ਪੈਕੇਜ ਕ੍ਰੀਏਟ ਕਰ ਲਿਆ, ਤੇ ਉਹਨਾਂ ਨੂੰ ਉਹਦੀ ਸਟਾਰਟਿੰਗ ਤੇ ਮਤਲਬ ਐਂਡਿੰਗ ਸਾਰੀ ਪਤਾ ਹੈ, ਤੇ ਉਹਦੀ ਇੱਕ ਸੋਲ ਪਤਾ। ਹੁਣ ਜਿਹੜੇ OTTs ਨੇ, ਅਸੀਂ OTT ਦੇ ਐ ਨੀ ਕਿ ਇੱਥੇ ਅਗੇਂਸਟ ਹੀ ਬੋਲੀ ਜਾਂਦੇ ਹਾਂ, ਅਸੀਂ ਉਹਨਾਂ ਨਾਲ ਵੀ ਫਿਊਚਰ 'ਚ ਕੰਮ ਕਰਨ ਵਾਲੇ ਹਾਂ, ਬਟ
ਉਹ ਉਦੋਂ ਕਰਾਂਗੇ ਜਦੋਂ ਅਸੀਂ ਉਹਨਾਂ ਦੀ ਟਰਮ ਐਂਡ ਕੰਡੀਸ਼ਨ ਦੇ ਹਿਸਾਬ ਨਾਲ ਪ੍ਰੋਜੈਕਟ ਡਿਜ਼ਾਈਨ ਕਰ ਰਹੇ ਹੋਵਾਂਗੇ। ਇਹ ਅਸੀਂ ਇੰਡੀਪੈਂਡੈਂਟਲੀ ਕੀਤਾ ਸੀ, ਹੁਣ ਉਹ ਆਪਣੀਆਂ ਮਤਲਬ ਟਰਮ ਐਂਡ ਕੰਡੀਸ਼ਨ ਵਿੱਚ ਜਦੋਂ ਐਡ ਕਰਨਗੇ ਤੇ ਉਹਦੀ ਸੋਲ ਜਿਹੜੀ ਹੈਗੀ ਆ ਉਹ ਸਾਰੀ ਖਰਾਬ ਹੋ ਜੂਗੀ, ਪੋਲਿਊਟ ਹੋ ਜੂਗੀ ਬੇਸਿਕਲੀ, ਕਿਉਂਕਿ ਉਹਦੇ ਵਿੱਚ ਉਹਨਾਂ ਦੀਆਂ ਰਿਕੁਆਇਰਮੈਂਟਸ ਵੀ ਹੋਣਗੀਆਂ। ਲਾਈਕ ਹੁਣ ਅਸੀਂ ਅੱਧੇ ਘੰਟੇ ਦਾ ਸੀ, ਹਾਲਾਂਕਿ ਸਾਨੂੰ ਬਹੁਤ ਗਾਲਾਂ ਪੈ ਰਹੀਆਂ ਉਹਦੇ ਲਈ ਵੀ ਤੁਸੀਂ ਅੱਧੇ ਘੰਟੇ ਦਾ ਕਿਉਂ ਬਣਾਇਆ, 15 ਮਿੰਟ ਹੁੰਦੇ ਆ। ਸੋ ਜੇ ਅਸੀਂ ਉਹਨਾਂ ਦੀਆਂ ਹੁਣ ਟਰਮ ਐਂਡ ਕੰਡੀਸ਼ਨ ਫੁਲਫਿਲ ਕਰਨ ਜਾਂਦੇ ਤੇ ਸਾਡੇ ਜਿਹੜੇ ਕੱਟ ਰੱਖੇ ਹੋਏ ਸੀ ਕਿ ਇੱਥੇ ਐਪੀਸੋਡ ਖਤਮ ਆ ਉਹ ਖਰਾਬ ਹੋ ਜਾਂਦੇ, ਹਾਂਜੀ ਉਹ ਸਾਰਾ ਹੀ ਹਿੱਲੇ ਜਾਣਾ ਸੀ, ਸਟਰਕਚਰ ਹੀ ਹਿੱਲੇ ਜਾਂਦਾ। ਸੋ ਉਹ ਚੀਜ਼ਾਂ ਉਹ ਅਕਸੈਪਟ ਨਹੀਂ ਕਰਦੇ, ਅਸੀਂ ਉਸ ਚੀਜ਼ ਨਾਲ ਕੰਪਰੋਮਾਈਜ਼ ਕਰਨਾ ਨਹੀਂ ਚਾਹੁੰਦੇ। ਬੇਸਿਕਲੀ ਉਹ ਉੱਥੇ ਵੀ ਖੜੀ ਹੋਈ ਚੀਜ਼ ਹੁੰਦੀ ਹੈ। ਇਸ ਸੀਰੀਜ਼ ਦੀ ਸਭ ਤੋਂ ਵਧੀਆ ਚੀਜ਼ ਇੱਕ ਇਹ ਵੀ ਸੀ, ਜਿਵੇਂ ਤੁਸੀਂ ਕਿਹਾ ਕਿ ਜਿੱਥੇ ਅਸੀਂ ਕੱਟ ਰੱਖਣਾ ਚਾਹੁੰਦੇ ਸੀ ਤਾਂ ਵਾਕਈ ਮਤਲਬ ਐਨ ਪੁਆਇੰਟ ਤੇ ਆ ਕੇ ਉਹ ਐਪੀਸੋਡ ਖਤਮ ਹੁੰਦਾ ਜਿੱਥੇ ਦੇਖਣ ਵਾਲੇ ਲਈ ਹੁੰਦਾ ਦੂਜਾ ਛੇਤੀ ਦੂਜਾ ਐਪੀਸੋਡ ਲੱਭਾ ਮੈਂ ਇਹਦਾ ਛੇਤੀ ਆਇਆ ਕਿ ਨਹੀਂ ਆਇਆ, ਹੈ ਨਾ। ਕਹਾਣੀ ਦੀ ਕਿਸਮਤ ਬਹੁਤ ਤੇਜ਼ ਸੀ ਜੀ, ਮੈਂ ਉੱਥੇ ਗੱਲ ਰਹਿ ਗਈ, ਇਹ ਨਾ ਜਿਹੜਾ ਵੀ ਕੰਮ ਹੋਇਆ ਇਹਦੇ ਚ ਸੱਚੀ ਕਹਾਣੀ ਆਪ ਹੀ ਤੁਰਦੀ ਗਈ। ਮਤਲਬ ਕਈ ਵਾਰ ਹੁੰਦਾ ਤੁਸੀਂ ਲਿਖਦੇ ਹੋ, ਮਤਲਬ ਲਿਖਣ ਵਾਲੇ ਬੰਦੇ ਨੂੰ ਪਤਾ ਹੁੰਦਾ ਵੀ ਬਹੁਤ ਔਖਾ ਲਿਖਣਾ, ਮੈਂ ਨਹੀਂ ਲਿਖਦੀ ਨਹੀਂ, ਚਲੋ ਜਿੰਨਾ ਵੀ ਆਰਟੀਕਲ ਵਗੈਰਾ ਤੁਸੀਂ ਆਪਾਂ ਲਿਖਦੇ ਹਾਂ, ਪਰ ਉਹ ਲਿਖਣਾ ਅੱਖਰ ਬਹੁਤ ਮਤਲਬ ਇੱਕ ਵਾਰ ਉਲਝ ਜਾਣ ਅੱਖਰ ਵਿਚਰੇ ਬਹੁਤ ਔਖੇ ਸੈੱਟ ਨਹੀਂ ਹੁੰਦੇ, ਪਰ ਪਤਾ ਨੀ ਕਿਵੇਂ ਸੀ ਕਹਾਣੀ ਸਮੂਥ ਹੀ ਤੁਰੀ ਗਈ ਆਪ ਹੀ। ਮੈਂ ਬਾਈ ਨੂੰ ਕਹਿੰਦੀ, ਮੈਂ ਕਿਹਾ ਯਾਰ ਏਡੀ ਲੱਕੀ ਕਹਾਣੀ, 18 ਦਿਨ ਚ ਕਹਾਣੀ ਲਿਖੀ ਗਈ ਤੇ 18 ਦਿਨਾਂ ਬਾਅਦ ਕਹਾਣੀ ਲਿਖ ਕੇ 25 ਦਿਨ ਮੈਨੂੰ ਲੱਗਦਾ ਆਪਾਂ ਹੋਵਾਂਗੇ ਸੈੱਟ ਤੇ, ਹੈ ਨਾ। ਚਲੋ ਹੋਏ ਸਾਡੇ ਕੋਲ 26 ਦਿਨ ਸੀ ਟੋਟਲ ਵਿੱਚ ਦੀਵਾਲੀ ਸੀਗੀ, ਅਸੀਂ ਉਹ 18 ਦਿਨਾਂ ਦੇ ਵਿੱਚ ਅਸੀਂ 3 ਡਰਾਫਟ ਕੀਤੇ, 1 ਡਰਾਫਟ ਮੈਂ ਤੇ ਮਨਾਲੀਆ ਫਿਰ ਸੈੱਟ ਤੇ ਕਰਦੇ ਸੀਗੇ, ਸ਼ੂਟ ਹੋਣ ਤੋਂ ਪਹਿਲਾਂ ਜਿਹੜੇ ਸੀਨ ਹੁੰਦੇ ਉਹਨਾਂ ਦਾ ਡਰਾਫਟ ਕਰਦੇ ਸੀਗੇ, ਕਿਉਂਕਿ ਸਾਡੇ ਕੋਲ ਟਾਈਮ ਬਿਲਕੁਲ ਨਹੀਂ ਸੀ, ਪਰ ਅਸੀਂ ਬਹੁਤ ਸਪੀਡ ਨਾਲ ਕੰਮ ਕੀਤਾ ਸੀ, ਸਵੇਰੇ ਅਰਲੀ ਬੈਠ ਜਾਂਦੇ ਸੀਗੇ ਜਲਦੀ, ਤੇ ਨਾਲ ਮਤਲਬ ਇਹ ਵੀ ਸੀਗਾ ਵੀ ਮੈਂ ਮੋਟਾ ਬਹੁਤ ਸੀਗਾ, ਪਤਲਾ ਹੋਣਾ ਸੀਗਾ, ਡਾਇਟ ਵਗੈਰਾ ਸਾਰਾ ਕੁਝ ਦੇਖਦੇ, ਸਵੇਰੇ ਬੈਠ ਜਾਂਦੇ ਸੀ ਸ਼ਾਮ ਦੇ 5-6 ਵਜੇ ਤੱਕ, ਮਤਲਬ ਜਦੋਂ ਜਮਾਂ ਦਿਮਾਗ ਜਵਾਬ ਨਹੀਂ ਸੀ ਦੇਣ ਦਾ ਫਿਰ ਉੱਠਦੇ ਸੀਗੇ। ਫਿਰ ਇਹਨਾਂ ਦੀ ਟੀਮ ਨੇ ਡਿੰਪਲ ਹੋਰਾਂ ਨੇ ਉਹ ਬਣਾਈ ਐਵੇਂ ਬਣ ਵੀ ਆਈ ਗਈ। ਮੈਂ ਕਿਹਾ ਯਾਰ ਵੀ ਮੈਨੂੰ ਥੋੜਾ ਜਿਹਾ ਇਹੋ ਜਿਹੀਆਂ ਚੀਜ਼ਾਂ ਦਾ ਵਹਿਮ ਹੋ ਜਾਂਦਾ, ਮੈਂ ਕਿਹਾ ਯਾਰ ਕਹਾਣੀ ਦੀ ਕਿਸਮਤ ਬਹੁਤ ਤੇਜ਼ ਆ, ਜੇ ਕਿਤੇ ਮੇਰੇ ਕੋਲ ਪੈਸੇ ਸੱਚੀ ਵੀ ਆਇਆ ਸੀ ਮੈਨੂੰ, ਇੱਕ ਤਾਂ ਚਲੋ ਥੋੜੀ ਚੀਜ਼ ਪਸੰਦ ਵੀ ਆ ਜਾਂਦੀ ਹੈ ਵੀ ਉਹ ਪਤਾ ਨੀ ਆਵੇ ਅੱਗੇ ਨਾ ਆਵੇ, ਆਪ ਨੂੰ ਤਾਂ ਪਸੰਦ ਹੋਣੀ ਜ਼ਰੂਰੀ ਹੈ ਨਾ, ਐ ਬਹੁਤ ਸੀ ਕਹਾਣੀ ਦੀ ਆਪਦੀ ਕਿਸਮਤ ਬਹੁਤ ਅਗੜੀ ਸੀ, ਮੈਨੂੰ ਲੱਗਦਾ ਉਹ ਸਭ ਤੋਂ ਵੱਡਾ ਕ੍ਰੈਡਿਟ ਕਹਾਣੀ ਦਾ ਆਪਦਾ। ਥੋੜਾ ਜਿਹਾ ਨਾ ਉੱਥੇ ਇੱਕ ਚੀਜ਼ ਹੁੰਦੀ ਹੈ ਜਿਵੇਂ ਰਾਈਟਰ ਜਦੋਂ ਲਿਖਦਾ, ਜਦੋਂ ਐਕਟਰ ਵੀ ਹੋਣ ਤੇ ਉਹ ਕਿਤੇ ਨਾ ਕਿਤੇ ਦੂਸਰੇ ਕਰੈਕਟਰ ਨੂੰ ਜ਼ਿਆਦਾ ਮਤਲਬ ਪਾਣੀ ਨਹੀਂ ਦਿੰਦੇ ਬੇਸਿਕਲੀ, ਉਹ ਕਹਿੰਦੇ ਕਿ ਨਹੀਂ ਇਹਨੂੰ ਥੋੜਾ ਜਿਹਾ ਵੀ ਸ਼ੈਡੋ 'ਚ ਰੱਖਣਾ ਯਾਰ ਇਹ ਜ਼ਿਆਦਾ ਵੱਧ ਰਿਹਾ। ਇਹਨਾਂ ਦੋਨਾਂ ਦੀ ਮਤਲਬ ਇਹ ਸਿਫਤ ਹੈਗੀ ਆ ਗੁਰਦੀਪ ਦੀ ਤੇ ਰਾਜਵੀਰ ਦੀ ਵੀ ਇਹਨਾਂ ਨੇ ਰੋਕਿਆ ਨਹੀਂ, ਪੈਨ ਨੂੰ ਵੀ ਨਹੀਂ ਰੋਕਿਆ ਤੇ ਮਤਲਬ ਟਾਈਪਿੰਗ ਕਰਦੇ ਸਮੇਂ ਵੀ ਹੱਥਾਂ ਨੂੰ ਵੀ ਨਹੀਂ ਰੋਕਿਆ ਕਿ ਇਹ ਕਰੈਕਟਰ ਜ਼ਿਆਦਾ ਵੱਧ ਰਿਹਾ, ਕਿਉਂਕਿ ਜੇ ਤੁਸੀਂ ਉਹ ਚੀਜ਼ ਸੋਚਦੇ ਨਹੀਂ ਫਿਰ ਚੀਜ਼ ਓਨੈਸਟਲੀ ਨਾਲ ਨਾ ਸੋਹਣੀ ਬਣਦੀ ਆ। ਰਾਈਟਰ ਦਾ ਜਦੋਂ ਲਿਖਣ ਲੱਗਦਾ, ਰਾਈਟਰ ਮੈਂ ਬਹੁਤ ਬਿਲੀਵ ਕਰਦਾ ਇਸ ਗੱਲ ਚ, ਇੱਕ ਪੁਆਇੰਟ ਤੋਂ ਬਾਅਦ ਜਦੋਂ ਲਿਖਦੇ ਲਿਖਦੇ ਨਾ ਤੁਹਾਨੂੰ ਕਹਾਣੀ ਤੇ ਕਰੈਕਟਰ ਆਪ ਲੀਡ ਕਰਨ ਲੱਗ ਜਾਂਦੇ ਰਾਈਟਰ ਨੂੰ ਵੀ ਮੈਂ ਇੱਧਰ ਨੂੰ ਜਾਊਂਗਾ, ਮੈਂ ਇੱਧਰ ਨੂੰ ਜਾਵਾਂ, ਉਹ ਆਪ ਮੂਹਰੇ ਲੱਗ ਕੇ ਨਾ ਉਂਗਲ ਫੜ ਲੈਂਦੇ ਵੀ ਆ ਜਾ ਮੈਂ ਤੈਨੂੰ ਦੱਸਦਾ ਮੈਂ ਕਿੱਧਰ ਜਾਊਂ। ਇਹ ਕਹਾਣੀ ਚ ਉਵੇਂ ਹੀ ਹੋਇਆ ਸੀਗਾ, ਕਿਸੇ ਦਾ ਵੀ ਕਰੈਕਟਰ ਸੀ ਜਾਣ ਬੁੱਝ ਕੇ ਨਾ ਘਟਾਇਆ ਨਾ ਵਧਾਇਆ, ਵੱਧ ਭਵਾਉਂਦੀ ਜਾਂਦਾ ਸੀਗਾ ਪਰ ਘਟਾਇਆ ਨੀ ਅਸੀਂ, ਵੀ ਜਿਹੜਾ ਮੋਹਿਤ ਦੀ ਸਪੇਸ ਪਾਉਣੀ ਸੀ ਨਾ ਇਹ ਆਈਡੀਆ ਮਨਾਲੀਏ ਦਾ ਸੀਗਾ ਵੀ ਆਪਾਂ ਇਹਨੂੰ ਪ੍ਰਧਾਨ ਬਣਾਉਣੇ ਹੈਗੇ, ਇੱਕ ਹਿਮਾਚਲੀ ਬੰਦਾ ਹਿੰਦੀ ਬੋਲਣ ਵਾਲਾ ਉਹਦੇ ਅੱਛਾ ਖੜੀਆਂ ਕਰਾ ਦਿੱਤੀਆਂ ਸੀ, ਉਹਨੂੰ ਬੈਲੀ ਬਣਾਤਾ ਵੀ ਸ਼ਿਮਲੇ ਵਾਲੇ ਬਜਦੇ ਆਮ, ਹੈ ਨਾ। ਇਹ ਮਨਾਲੀ ਦਾ ਆਈਡੀਆ ਕਹਿੰਦਾ ਬਾਈ ਇਹਨੂੰ ਪ੍ਰਧਾਨ ਬਣਾਉਣੇ ਆ, ਜ਼ਿਆਦਾ ਫਨ ਕ੍ਰੀਏਟ ਹੋਊਗਾ, ਜ਼ਿਆਦਾ ਫਨ ਕ੍ਰੀਏਟ ਹੋਊਗਾ, ਉਹ ਸੱਚੀ ਬਹੁਤ ਜ਼ਿਆਦਾ ਕ੍ਰੀਏਟ ਹੋਇਆ ਉੱਥੇ, ਐਂਡ ਉਹ ਸੀਨ ਵੀ ਜਸਟੀਫਾਈ ਹੋਇਆ ਵੀ ਜਿੱਥੇ ਆ ਕੇ ਉਹ ਮੈਸ ਚੋਂ ਨੂੰ ਮਤਲਬ ਕੂਰ ਦੇ ਘਰ ਦੇ ਹੱਥੋਂ ਪਾਈ ਹੁੰਦੇ ਨੇਗੇ ਤੇ ਉਹ ਸੀਨ ਵੀ ਜਸਟੀਫਾਈ ਹੋਇਆ ਉਹਨਾਂ ਦੇ ਪ੍ਰੈਜ਼ੀਡੈਂਟ ਬਣਨ ਦੇ ਨਾਲ। ਹਾਂਜੀ, ਨਾਲੇ ਇੱਕ ਚੀਜ਼ ਹੋਰ ਸੀਗੇ ਵੀ ਉਹ ਵੀ ਸੀਗਾ ਹੀ ਖਿਆਲ ਚ ਵੀ ਪੰਜਾਬ ਦੇ ਕਰੈਕਟਰ ਨੇ ਮੁੰਡੇ, ਜ਼ਰੂਰੀ ਨਹੀਂ ਹਰ ਥਾਂ ਤੇ ਅਸੀਂ ਇਹਨਾਂ ਨੂੰ ਹੀ ਗਲੋਰੀਫਾਈ ਹਰ ਚੀਜ਼ 'ਚ ਕਰੀ ਜਾਣਾ, ਹਰ ਚੀਜ਼ 'ਚ ਪ੍ਰਧਾਨ ਉਹੀ ਹੋਣ, ਉਹ ਐਂ ਲੱਗਣ ਲੱਗ ਜਾਂਦਾ ਕਿ ਹਰ ਪਾਸੇ ਤੁਰਿਆ ਫਿਰਦਾ। ਸੋ ਇੱਕ ਗਰੁੱਪ ਜਦੋਂ ਬਣਦਾ, ਇੱਕ ਪਿਆਰ ਜਦੋਂ ਬਣਦਾ, ਉਹਦੇ ਵਿੱਚ ਨਾ ਤਾਂ ਸਟੇਟ ਦੇਖੀ ਜਾਂਦੀ ਹੈ ਨਾ ਕਾਸਟ ਕ੍ਰੀਡ ਦੇਖੀ ਜਾਂਦੀ ਹੈ। ਇਹ ਵੀ ਸੀਗਾ ਇੱਕ ਬੈਕ ਇਨ ਦੀ ਮਾਈਂਡ ਕਿ ਉਹ ਬੰਦਾ ਵੀ ਉਹ ਮੋਹਿਤ ਲਈ ਜਿਹੜਾ ਉਹਦਾ ਗੱਲ 'ਚ ਹੱਥ ਪਾਉਣਾ ਨਾ ਇੰਦਰ ਦੇ ਗੱਲ 'ਚ ਹੱਥ ਪਾਉਣਾ ਧਰਮਿੰਦਰ ਦਾ, ਅਸੀਂ ਜੋ ਮਰਜ਼ੀ ਕਰੀਏ ਉਹਦੇ ਨਾਲ ਬਾਹਰਲਾ ਬੰਦਾ ਨਹੀਂ ਚੱਕ ਸਕਦਾ, ਹੈ ਨਾ, ਸਾਡਾ ਦੋਸਤ ਹੈਗਾ ਸਾਡੇ ਨਾਲ ਰਹਿੰਦੇ। ਨਾਲੇ ਇੱਕ ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆਈ, ਜਿਹੜਾ ਤੇਜਸ ਦਾ ਕਰੈਕਟਰ ਆ ਨਾ ਉਹਦੇ ਨਾਲ ਹਾਲੇ ਤੱਕ ਮੈਨੂੰ ਹਮਦਰਦੀ ਹੈਗੀ ਆ,
ਉਹ ਇਹ ਨਹੀਂ ਹੋਇਆ ਕਿ ਯਾਰ ਇਹ ਕਿਸੇ ਵੱਡੇ ਪਿਓ ਦਾ ਮੁੰਡਾ ਆ ਜਾਂ ਅਸੀਂ ਉਹ ਜਾਣਗੇ ਲੋਕੀ ਫੀਲ ਕਰਨਗੇ ਇਹਨੂੰ ਜਾਂ ਨਾ ਕਰਨਗੇ ਹੈ ਨਾ ਅਸੀਂ ਸੱਚੀ ਉਹ ਬੜਾ ਅਨਸੈਟ ਜਿਹਾ ਰੱਖਿਆ ਸੀਗਾ ਕਿਹੜੀ ਆ ਕਾਰਡਸ ਆਫ ਅਮਰੀਕਾ ਸੀਰੀਜ਼ ਆਈ ਸੀਗੀ ਨਾ ਆਪਣੀ ਕਾਰਡਸ ਆਫ ਅਮਰੀਕਨ ਕਾਰਡਸ ਕੁਝ ਹਾਊਸ ਆਫ ਕਾਰਡਸ ਹਾਊਸ ਆਫ ਕਾਰਡਸ ਆਈ ਸੀ ਅਮਰੀਕਾ ਦੀ ਪੋਲਿਟਿਕਸ ਤੇ ਉਹਦਾ ਜਿਹੜਾ ਲੀਡ ਆ ਨਾ ਉਹਦੇ ਐਂਡ ਤੱਕ ਤੁਹਾਨੂੰ ਉਸ ਬੰਦੇ ਨੂੰ ਚਾਹੇ ਉਹ ਜਿੰਨਾ ਮਰਜ਼ੀ ਗਲਤ ਕਰ ਰਿਹਾ ਤੁਹਾਨੂੰ ਗੁੱਸਾ ਹੀ ਨਹੀਂ ਆ ਰਿਹਾ ਉਹਦੇ ਤੇ ਚੰਗਾ ਲੱਗ ਰਿਹਾ ਜੀ ਉਹ ਬੰਦਾ ਤੁਹਾਨੂੰ ਵਿਲਨ ਚੰਗਾ ਵਿਲਨ ਵੀ ਨਹੀਂ ਹੈਗਾ ਉਹ ਪਤਾ ਨਹੀਂ ਉਹ ਕਰੈਕਟਰ ਦੇ ਨਾਲ ਤੁਹਾਡੀ ਹਮਦਰਦੀ ਆ ਹਨਾ ਤਾਂ ਸੇਮ ਜਿਹੜਾ ਤੇਜਸ ਦਾ ਕਰੈਕਟਰ ਆ ਉਹ ਤੁਹਾਨੂੰ ਦਿਸ ਰਿਹਾ ਕਿ ਇਹ ਬੰਦੇ ਨੂੰ ਮਤਲਬ ਕਰਪਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਹਲੇ ਹੋ ਨਹੀਂ ਰਿਹਾ ਹੈਗਾ ਉਹ ਇਹ ਵਰਡ ਹੀ ਸੀਗੇ ਜਿਹੜੇ ਤੁਸੀਂ ਐਜ਼ ਇਟ ਇਜ਼ ਬੋਲਿਆ ਇਹੀ ਲਿਖਣ ਵੇਲੇ ਧਿਆਨ ਚ ਰੱਖੇ ਸੀ ਵੀ ਘਰੇ ਵੀ ਆ ਉਹਦੇ ਆਸੇ ਪਾਸੇ ਵੀ ਜਿਹੜੇ ਦੋ ਬੰਦੇ ਨੇ ਉਹ ਵੀ ਉਹਨੂੰ ਕਿਤੇ ਨਾ ਕਿਤੇ ਲੱਗੇ ਹੋਏ ਆ ਡੀਰੇਲ ਕਰਨ ਚ ਹੁਣ ਉਹ ਦੇਖੋ ਵੀ ਉਹ ਕੀ ਕਰਦਾ ਅੱਗੇ ਉਹਦੇ ਕੀ ਡਿਸੀਜਨ ਆ ਉਹ ਸਰੈਂਡਰ ਕਰਦਾ ਜਾਂ ਉਹਦੇ ਡਾਇਲੋਗ ਵੀ ਬੜਾ ਸੋਹਣਾ ਕਹਿੰਦਾ ਵੀ ਇਹਨੂੰ ਸਟੂਡੈਂਟ ਪੋਲਿਟਿਕਸ ਨੂੰ ਗੰਦੀ ਨਾ ਕਰੋ ਤੁਸੀਂ ਨਾ ਤੇ ਉਹ ਮੈਨੂੰ ਲੱਗਦਾ ਕਿ ਉਹੀ ਜਸਟੀਫਿਕੇਸ਼ਨ ਬਸ ਉਹਨਾਂ ਕਰਕੇ ਸੀ ਬਸ ਜੀ ਤੇ ਉਹ ਬਹੁਤ ਵੱਡਾ ਮੈਸੇਜ ਵੀ ਆ ਕਿ ਅੱਜ ਦੇ ਟਾਈਮ ਚ ਅਨਸੈਡ ਇਮੋਸ਼ਨ ਜਿਹੜੇ ਹੁੰਦੇ ਨੇ ਇਹ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਕਰੀਨ ਤੇ ਲਿਖਣੇ ਵੀ ਪੋਰਟਰੇ ਕਰਨੇ ਵੀ ਅਸੀਂ ਹਰ ਚੀਜ਼ ਪ੍ਰੀਚ ਨਹੀਂ ਕਰ ਸਕਦੇ ਪ੍ਰੀਚ ਕਰਨ ਵਾਲੀਆਂ ਚੀਜ਼ਾਂ ਤੁਸੀਂ ਦੇਖੋ ਬੋਰ ਕਰਨ ਲੱਗ ਜਾਂਦੀਆਂ ਤਾਂ ਉਹ ਛੋਟੀਆਂ ਛੋਟੀਆਂ ਚੀਜ਼ਾਂ ਹੋਰ ਵੀ ਕਰੈਕਟਰਾਂ ਦੀਆਂ ਜਿਵੇਂ ਕਿਰਨ ਆ ਉਹਦੀਆਂ ਆਪਦੀਆਂ ਪ੍ਰੋਬਲਮ ਹੈਗੀਆਂ ਹਨਾ ਪਰ ਉਹ ਜਿਵੇਂ ਉਹ ਦੁਨੀਆਂ 'ਚ ਮਤਲਬ ਆਪਦੀ ਮਾਂ ਤੇ ਪਿਓ ਦੇ ਸੁਪਨੇ ਪੂਰੇ ਕਰਨ ਆਈ ਹੋਈ ਆ ਉਹਦਾ ਵੀ ਹੱਕ ਬਣਦਾ ਉਹ ਖੁੱਲ੍ਹ ਕੇ ਜਿਵੇਂ ਜੇ ਉਹਨੂੰ ਕੁਛ ਪਸੰਦ ਆਉਂਦਾ ਹੈ ਵਾਈ ਨੋਟ ਹੈ ਨਾ ਉਹਨੂੰ ਕਿਉਂ ਨਹੀਂ ਆ ਸਕਦਾ ਉਹ ਤੇ ਥੋਪਿਆ ਹੋਇਆ ਰਿਸ਼ਤਾ ਹੀ ਕਿਉਂ ਨਿਭਾਵੇ ਉਹ ਹਨਾ ਉਹ ਕਿੰਨਾ ਕੁਛ ਕੈਰੀ ਕਰਕੇ ਚੱਲ ਰਹੀ ਹੈ ਮੇਰਾ ਨਾ ਇਹ ਸੀਰੀਜ਼ 'ਚ ਸਭ ਤੋਂ ਫੇਵਰੇਟ ਸੀਨ ਆ ਜਿਹੜਾ ਜਦੋਂ ਕਿਰਨ ਤੇ ਉਹਦੀ ਮਾਸੀ ਗੱਲ ਕਰਦੇ ਨਾ ਵੀ ਤੇਰੀ ਮੰਮੀ ਐ ਹੁੰਦੀ ਸੀ ਹਨਾ ਵੀ ਉਹ ਬਹੁਤ ਬ੍ਰਾਈਟ ਕਿਡ ਸੀ ਹਨਾ ਵੀ ਅਸੀਂ ਕੰਮ ਕਰਦੀਆਂ ਸੀ ਉਹ ਸਭ ਤੋਂ ਛੋਟੀ ਸੀ ਅਸੀਂ ਕਹਿਣਾ ਵੀ ਚਾਹ ਬਣਾ ਲਿਆ ਉਹ ਮੇਰੀ ਬੇਬੇ ਮੈਨੂੰ ਅਕਸਰ ਸੁਣਾਉਂਦੀ ਹੁੰਦੀ ਸੀ ਆਪਦੀਆਂ ਮਾਂ ਭੈਣਾਂ ਦੇ ਨਾਲ ਜਿਹੜੇ ਹੁੰਦੇ ਸੀ ਹਨਾ ਛੋਟੇ ਹੁੰਦੇ ਜਦੋਂ ਕੰਮ ਕਰਦੇ ਹੁੰਦੇ ਸੀ ਮੈਂ ਨਾ ਜੀ ਇਸ ਵਾਰੀ ਜਦੋਂ ਮੈਂ ਘਰੇ ਗਿਆ ਮੈਂ ਨਾ ਉਹ ਸੀਰੀਜ਼ ਬੇਬੇ ਮੈਥੋਂ ਪਹਿਲਾਂ ਹੀ ਦੋ ਐਪੀਸੋਡ ਦੇਖ ਚੁੱਕੇ ਸੀਗੇ ਉਹ ਐਪੀਸੋਡ ਦੇਖ ਰਹੇ ਸੀ ਤੇ ਮੈਂ ਨਾ ਕੈਮਰਾ ਲਾ ਕੇ ਬੈਠ ਗਿਆ ਬੇਬੇ ਦਾ ਉਹਤੇ ਟੇਕ ਦੇਖਣ ਲਈ ਵੀ ਕਿਉਂਕਿ ਬੇਬੇ ਨੂੰ ਤਾਂ ਪਤਾ ਹੋਊਗਾ ਨਾ ਵੀ ਆਹ ਸੀਨ ਇਹਨੇ ਕਿੱਥੋਂ ਲਿਆ ਹੈਗਾ ਉਹਨਾਂ ਨੇ ਜਦੋਂ ਉਹਨੇ ਕਿਹਾ ਵੀ ਸਭ ਕੁਝ ਠੀਕ ਸੀ ਪਰ ਕਦੇ ਕਦੇ ਉਹ ਕਹਿੰਦੀ ਹੈ ਨਾ ਵੀ ਜ਼ਿੰਦਗੀ ਬਿਨਾਂ ਮਤਲਬ ਹੀ ਅਨਫੇਅਰ ਹੋ ਜਾਂਦੀ ਹੈ ਨਾ ਬੇਬੇ ਨੇ ਕਿੰਨੇ ਸਕਿੰਟ ਅੱਖਾਂ ਮੀਚੀ ਰੱਖੀਆਂ ਹੁੰਦੇ ਮੇਰੇ ਕੋਲ ਵੀਡੀਓ ਆ ਉਹ ਬੇਬੇ ਦੀ ਹੈ ਨਾ ਹਾਲਾਂਕਿ ਮੈਂ ਬੇਬੇ ਨੂੰ ਦੱਸਿਆ ਨਹੀਂ ਮੈਂ ਬਣਾ ਰਿਹਾ ਹੈਗਾ ਉਹ ਸੱਚੀ ਉਹ ਇਮੋਸ਼ਨ ਹੈ ਜਿਹੜਿਆਂ ਦੀ ਅਸੀਂ ਕਦੇ ਅਸੀਂ ਪਾਸ ਦੀ ਵੀ ਦੇਖਿਓ ਆਪਦੇ ਮਾਂ ਪਿਓ ਦੀ ਇਮੋਸ਼ਨ ਦੀ ਕਦੇ ਗੱਲ ਨਹੀਂ ਕਰਦੇ ਸੀ ਉਹਨਾਂ ਦੀ ਕਦੇ ਨਹੀਂ ਪੁੱਛਦੇ ਵੀ ਤੁਹਾਡੀਆਂ ਕੀ ਪ੍ਰੋਬਲਮ ਆ ਰਹੀਆਂ ਸੀ ਹਨਾ ਵੀ ਤੁਸੀਂ ਮਾਂ ਕੀ ਕਰਨਾ ਚਾਹੁੰਦੇ ਸੀ ਹਨਾ ਲਾਈਫ ਚ ਕੀ ਕਰਨਾ ਚਾਹੁੰਦੇ ਸੀ ਜਾਂ ਤੁਸੀਂ ਕੀ ਬਣਨਾ ਚਾਹੁੰਦੇ ਸੀ ਥੋੜੇ ਦਿਨ ਪਹਿਲਾਂ ਮੇਰੀ ਭੈਣ ਨੇ ਮੰਮਾ ਦੀ ਇੱਕ ਵੀਡੀਓ ਬਣਾ ਕੇ ਭੇਜੀ ਜਿੱਥੇ ਉਹ ਮਤਲਬ ਪੰਜ ਪੰਜੀਆਂ ਦੇ ਨਾਲ ਨਾ ਝੂਟੇ ਲੈ ਰਹੇ ਨੇਗੇ ਕਿਤੇ ਉਹ ਰਾਈਡ ਸੈਕਸ਼ਨ ਦੇ ਵਿੱਚ ਉੱਥੇ ਕਿਤੇ ਗਏ ਉਹ ਤੇ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਕਿਉਂਕਿ ਮੈਂ ਆਪਣੀ ਮਦਰ ਨੂੰ ਕਦੇ ਦੇਖਿਆ ਹੀ ਨਹੀਂ ਸੀਗਾ ਉਸ ਰੂਪ 'ਚ ਮੈਂ ਕਿਹਾ ਵੀ ਉਹ ਉਹਨਾਂ ਨੂੰ ਕਿਵੇਂ ਲੱਗਿਆ ਹੈ ਨਾ ਕਹਿੰਦੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਮੰਮੀ ਕਹਿੰਦੇ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਝੂਲੇ ਝੂਟੇ ਨੇ ਕਹਿੰਦੇ ਮੈਂ ਕਿਹਾ ਆਪਾਂ ਉਹਨਾਂ ਨੂੰ ਕਦੇ ਪੁੱਛਦੇ ਹੀ ਨਹੀਂ ਹੈਗੇ ਅਸੀਂ ਅਸੀਂ ਉਹ ਦੱਸਦੇ ਰਹਿੰਦੇ ਹਾਂ ਮੈਂ ਆਹ ਕਰਨਾ ਚਾਹੁੰਦਾ ਤੁਸੀਂ ਮੇਰੇ ਲਈ ਆਹ ਕਰ ਦਿਓ ਨਾ ਅਸੀਂ ਮਾਂ ਦੀ ਜ਼ਿੰਮੇਵਾਰੀ ਤੋਂ ਵੱਧ ਉਹਨਾਂ ਨੂੰ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸਮਝਣ ਆਪਾਂ ਇਹ ਨਹੀਂ ਸੋਚਦੇ ਕਿ ਉਹਨਾਂ ਦੇ ਵੀ ਸੁਪਨੇ ਹੋ ਸਕਦੇ ਆ ਉਹਨਾਂ ਦੀ ਕਿਸੇ ਲੇਅਰ ਦੀ ਗੱਲ ਨਹੀਂ ਕਰਦੇ ਅਸੀਂ ਇਵਨ ਉਹਨਾਂ ਕੋਲੇ ਨਾ ਹੁਣ ਤੱਕ ਉਸ ਚੀਜ਼ ਦਾ ਜਵਾਬ ਵੀ ਹੈ ਨਹੀਂਗਾ ਮੈਂ ਉਹਨਾਂ ਨੂੰ ਪਿਛਲੀ ਵਾਰ ਜਦੋਂ ਇੰਡੀਆ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਮੰਮਾ ਤੁਸੀਂ ਕੀ ਕਰਨਾ ਚਾਹੁੰਦੇ ਸੀ ਜ਼ਿੰਦਗੀ 'ਚ ਕਿਹਨੇ ਕੀ ਕਰਨਾ ਚਾਹੁੰਦੀ ਸੀਗੀ ਔਲਾਦ ਵੀ ਖੁੱਲ ਕੇ ਗੱਲ ਨੀ ਕਰ ਰਹੀ ਹੁੰਦੀ ਤੇ ਉਹਨਾਂ ਦੀ ਇੱਕ ਦੂਜੇ ਲਈ ਮਤਲਬ ਨੋ ਡਾਊਟ ਪਿਆਰ ਕਿੰਨਾ ਉਸ ਤੋਂ ਨੇੜੇ ਦਾ ਕੋਈ ਪਿਆਰ ਦਾ ਰਿਸ਼ਤਾ ਹੋ ਨਹੀਂ ਨਾ ਸਕਦਾ ਬਟ ਅਸੀਂ ਬਹੁਤ ਘੱਟ ਐਕਸਪ੍ਰੈਸ ਕਰਦੇ ਹਾਂ ਕਰਦੇ ਨੀ ਤੇ ਸਾਨੂੰ ਕਿਤੇ ਨਾ ਕਿਤੇ ਪਿੱਛੋਂ ਹੀ ਚੱਲਦੀ ਰੀਤ ਐਵੇਂ ਆ ਰਹੀ ਹੈ ਕਿ ਇਹ ਚੀਜ਼ਾਂ ਤਾਂ ਐਕਸਪ੍ਰੈਸ ਕਰਨ ਵਾਲੀਆਂ ਹੁੰਦੀਆਂ ਹੀ ਨਹੀਂ ਦਬਾਉਂਦਾ ਦਬਾਉਂਦਾ ਉਹ ਐਕਸਪ੍ਰੈਸ ਕਰਦੇ ਰਹਿੰਦੇ ਹਾਂ ਥੌਟ ਦਾ ਹਿੱਸਾ ਹੀ ਨਹੀਂ ਰਹਿੰਦੀਆਂ ਕਿ ਇਹ ਚਾਹ ਜਾਂ ਇਹ ਜਿਹੜੇ ਸਾਡੇ ਗੋਲ ਏਮ ਜਾਂ ਡ੍ਰੀਮ ਇਹ ਸਾਡੇ ਜ਼ਰੂਰੀ ਹੁੰਦੇ ਵੀ ਹੈ ਕਿ ਨਹੀਂ ਹੁੰਦੇ ਉਹ ਸੋਚਦੇ ਹੀ ਨਹੀਂ ਉਹਨਾਂ ਲਈ ਸੈਕੰਡਰੀ ਚੀਜ਼ਾਂ ਮਨਪਸੰਦ ਜਿੰਨੇ ਵੀ ਸੀਨਸ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਆ ਨੀਤੇ ਧਰਮਿੰਦਰ ਪਹਿਲੀ ਵਾਰੀ ਕੈਮਰੇ ਦੇ ਸਾਹਮਣੇ
ਸ਼ਾਰਟ ਫਿਲਮ ਉਹ ਸ਼ੂਟ ਕਰਨ ਜਾ ਰਹੇ ਨੇ ਕਿ ਜਿਹੜਾ ਉੱਥੇ ਤੁਹਾਡੀ ਨਰਵਸਨੈਸ ਨਿਕਲ ਕੇ ਆਉਂਦੀ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਤਾਂ ਬਹੁਤ ਰਿਲੇਟ ਕੀਤਾ ਜਦੋਂ ਮੈਂ ਪਹਿਲੀ ਵਾਰ ਕੈਮਰਾ ਫਿਲਮ ਕੈਮਰਾ ਜਦੋਂ ਮੈਂ ਫੇਸ ਕੀਤਾ ਸੀਗਾ ਕਿ ਮੈਂ ਇਹੀ ਫੇਸ ਕੀਤਾ ਸੀ ਕਿ ਮੈਨੂੰ ਲੱਗਦਾ ਸੀ ਮੈਂ ਪੰਗਾ ਲੈ ਉਹ ਸਾਰੇ ਆਪਣੀ ਲਾਈਫ 'ਚ ਹੁੰਦਾ ਹੈ ਨਾ ਐਂਡ ਉਸ ਤੋਂ ਬਾਅਦ ਜਦੋਂ ਉਹ ਕਿਰਨ ਨੂੰ ਬੁਲਾ ਕੇ ਲੈ ਕੇ ਆਉਂਦੇ ਨੇ ਵੀ ਉਹ ਤਾਂ ਬੜਾ ਡਰਿਆ ਬੈਠਾ ਨਾ ਵੀ ਮੈਨੂੰ ਪਤਾ ਵੀ ਉਹ ਹੈ ਕਿੱਥੇ ਤਾਂ ਉੱਥੇ ਜਿਹੜੀ ਉਹ ਗੱਲਾਂ ਉਹਨੂੰ ਕਹਿੰਦੀ ਆ ਮੈਨੂੰ ਲੱਗਦਾ ਕਿ ਉਹ ਸਿਰਫ ਇੱਕ ਐਕਟਰ ਦੇ ਲਈ ਨਹੀਂ ਉਹ ਲਾਈਫ 'ਚ ਜੇ ਕੋਈ ਵੀ ਬੰਦਾ ਆਪਣੀ ਕਿਸੇ ਵੀ ਸਿਚੁਏਸ਼ਨ 'ਚ ਸਟੱਕ ਹੋਇਆ ਹੋਊਗਾ ਨਾ ਉਹਨੂੰ ਮੋਟੀਵੇਟ ਕਰੂਗੀ ਮੂਵ ਔਨ ਹੋਣ ਦੇ ਲਈ ਜਾਂ ਉਸ ਸਿਚੁਏਸ਼ਨ 'ਚੋਂ ਨਿਕਲਣ ਦੇ ਲਈ ਅਤੇ ਉਹ ਕੀ ਕਹਿੰਦੀ ਹੈ ਮੈਂ ਕਹਿੰਦੀ ਹਾਂ ਫਿਰ ਉਹ ਦੇਖ ਲੈਣਗੇ ਐਪੀਸੋਡ 'ਚ ਹੈ ਨਾ ਸੋ ਬਹੁਤ ਸ਼ੁਕਰੀਆ ਤੁਸੀਂ ਇੰਨਾ ਟਾਈਮ ਕੱਢਿਆ ਧੰਨਵਾਦ ਜੀ ਕਿਸੇ ਨੂੰ ਬੜਾ ਵੱਧ ਘੱਟ ਬੋਲ ਗਏ ਜੀ ਆਪਣਾ ਬੇਸਿਕਲੀ ਕੰਮ ਟੂ ਕੰਮ ਹੁੰਦਾ ਨਾ ਆਪਾਂ ਬੰਦੇ ਦੇ ਬਾਰੇ ਬੰਦਿਆਂ ਦਾ ਤਾਂ ਚਲੋ ਠੀਕ ਆਉਂਦੇ ਜਾਂਦੇ ਰਹਿੰਦੇ ਆ ਸਾਰੇ ਬਿਲਕੁਲ ਪਰਮਾਤਮਾ ਕਰੇ ਸਭ ਦੇ ਪੂਰੇ ਹੋਣ ਤੇ ਜੋ ਤੁਸੀਂ ਸੋਚਿਆ ਹੋਇਆ ਤੁਹਾਡਾ ਵੀ ਪੂਰਾ ਹੋਵੇ ਅੱਜ ਕੱਲ੍ਹ ਇਹ ਕਹਿੰਦੇ ਮੈਂ ਬਿਜ਼ਨਸਮੈਨਾਂ ਦੀਆਂ ਕਿਤਾਬਾਂ ਪੜ੍ਹ ਰਿਹਾ ਇੰਟਰਵਿਊ ਸੁਣ ਰਿਹਾ ਕਿਉਂਕਿ ਅੱਜ ਕੱਲ੍ਹ ਇਹਨਾਂ ਦਾ ਇੱਕੋ ਹੀ ਸੁਪਨਾ ਵੀ ਪੈਸੇ ਕਮਾਉਣੇ ਨੇ ਸੋ ਬਹੁਤ ਸਾਰੇ ਪੈਸੇ ਆਉਣ ਤੁਹਾਡੇ ਕੋਲ ਤੇ ਕਹਾਣੀਆਂ ਤੁਸੀਂ ਖਰੀਦੋ ਵੀ ਤੇ ਪ੍ਰੋਡਿਊਸ ਵੀ ਕਰੋ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਇਹ ਸੀ ਸਾਡੇ ਨਾਲ ਡ੍ਰੀਮ ਲੈਂਡ ਦੀ ਪੂਰੀ ਟੀਮ ਡਾਇਰੈਕਟਰ ਡਿੰਪਲ ਭੁੱਲਰ ਹੋਰੀ ਫਿਲਮ ਦੇ ਅਦਾਕਾਰ ਸਟੋਰੀ ਰਾਈਟਰ ਸਕਰੀਨ ਪਲੇ ਰਾਈਟਰ ਰਾਜ ਸਿੰਘ ਚਿੰਜਰ ਅਤੇ ਗੁਰਦੀਪ ਮਨਾਲੀਆ ਮੈਨੂੰ ਗੁਰਦੀਪ ਗਰੇਵਾਲ ਨੂੰ ਇਜਾਜ਼ਤ ਦੇ ਦਿਓ ਆਪਾਂ ਫਿਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ